ਫਿਲਮ ਵਾਰਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਖੁਸ਼ਮਿੰਦਰ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਆਪਣੇ ਚੈਨਲ ਤੋਂ ਹਮੇਸ਼ਾ ਤੁਹਾਨੂੰ ਕਿਸੇ ਅਦਾਕਾਰ ਨਾਲ, ਕਲਾਕਾਰ ਨਾਲ, ਗੀਤਕਾਰ ਨਾਲ ਰੂਬਰੂ ਕਰਵਾਉਂਦੇ ਹਾਂ ਅਤੇ ਅੱਜ ਇਸੇ ਲੜੀ ਵਿੱਚ ਇਜ਼ਾਫਾ ਕਰਦੇ ਹਾਂ, ਤੁਹਾਨੂੰ ਲੈ ਕੇ ਆਏ ਹਾਂ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਹਰਮਨ ਦੇ ਘਰ, ਜਿਨ੍ਹਾਂ ਨੇ ਕਿਤਾਬ ਰਾਣੀ ਤੱਤ ਸੋਹਲੇ ਧੂੜ ਮਿੱਟੀ ਕੇ ਲਿਖ ਕੇ ਦੇਸ਼ ਵਿਦੇਸ਼ ਵਿੱਚ ਨਾਮ ਕਮਾਇਆ ਹੈ, ਸਾਹਿਤ ਦੇ ਖੇਤਰ ਵਿੱਚ ਨਵੇਂ ਮੁਕਾਮ ਛੋਹੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ ਬਿਨਾਂ ਕਿਸੇ ਦੇਰੀ ਦੇ। ਚੱਲਦੇ ਹਾਂ ਉਹਨਾਂ ਨੂੰ ਮਿਲਣ ਦੇ ਲਈ। ਕਿਤਾਬਾਂ ਅਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ, ਉਹ ਘਰ ਕਾਹਦੇ ਘਰ ਨੇ, ਉਹ ਦਰ ਕਾਹਦੇ ਦਰ ਨੇ। ਜੀ, ਜਦੋਂ ਕਿਤਾਬਾਂ ਦੀ ਗੱਲ ਹੁੰਦੀ ਹੈ ਤਾਂ ਕਿਤਾਬਾਂ ਦੇ ਨਾਲ ਜੁੜੇ ਲੇਖਕਾਂ ਦੀ ਗੱਲ ਹੋਣੀ ਲਾਜ਼ਮੀ ਹੈ, ਅਤੇ ਜਦੋਂ ਲੇਖਕਾਂ ਦੀ ਗੱਲ ਹੁੰਦੀ ਹੈ ਤਾਂ ਸਾਡਾ ਸੋਚਣ ਦਾ ਜਿਹੜਾ ਨਜ਼ਰੀਆ ਆ ਉਹ ਬਹੁਤ ਸਾਰੇ ਲੇਖਕਾਂ ਦੇ ਵੱਲ ਘੁੰਮਦਾ ਹੈ। ਅੱਜ ਕੱਲ੍ਹ ਬੇਸ਼ੱਕ ਸੋਸ਼ਲ ਮੀਡੀਆ ਨੇ ਹਰ ਜਗ੍ਹਾ ਪਸਾਰਾ ਕਰ ਲਿਆ ਹੈ ਅਤੇ ਕਿਤਾਬਾਂ ਦੀ ਜਗ੍ਹਾ ਜਿਹੜੀ ਹੈ ਉਹ ਬਹੁਤ ਘੱਟ ਗਈ ਹੈ ਲੋਕਾਂ ਦੇ ਦਿਲਾਂ ਵਿੱਚੋਂ, ਪਰ ਫਿਰ ਵੀ ਇੰਨੇ ਕੰਪੀਟੀਸ਼ਨ ਦੇ, ਇੰਨੇ ਮੁਕਾਬਲੇ ਦੇ ਯੁੱਗ ਵਿੱਚ ਹਰਮਨ ਦੀ ਇਹ ਕਿਤਾਬ ਨੇ ਚਾਰੇ ਪਾਸੇ ਧੂੜਾਂ ਪੱਟੀਆਂ ਨੇ। ਸਵਾਗਤ ਹੈ ਜੀ ਸਾਡੇ ਚੈਨਲ ਫਿਲਮ ਵਾਰਤਾ 'ਤੇ ਹਰਮਨ। ਮਿਹਰਬਾਨੀ ਜੀ, ਥੈਂਕ ਯੂ। ਤੁਸੀਂ ਮਤਲਬ ਇਸ ਸਬੱਬ ਬਣਿਆ, ਜੋ ਵੀ ਮੌਕਾ ਬੜਾ ਸੋਹਣਾ ਔਰ ਹਸੀਨ ਇੱਕ ਪਲ ਬਣਦਾ ਹੁੰਦਾ ਨਾ, ਜੋ ਵੀ ਪਲੈਨਡ ਹੁੰਦਾ ਚੀਜ਼ਾਂ, ਸੋ ਮਿਹਰਬਾਨੀ ਸਰ, ਥੈਂਕ ਯੂ। ਜਾਣਦੇ ਹਾਂ ਜੀ ਪਹਿਲਾਂ ਅਸੀਂ ਹਰਮਨ ਤੋਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ, ਤੋ ਪੁੱਛਦੇ ਹਾਂ ਕਿ ਉਹਨਾਂ ਦਾ ਪਿਛੋਕੜ ਔਰ ਉਹਨਾਂ ਦੇ ਘਰ ਪਰਿਵਾਰ ਬਾਰੇ। ਮੇਰੇ ਪਰਿਵਾਰ 'ਚ ਜੀ ਅਸੀਂ ਮੰਮੀ ਡੈਡੀ ਮੇਰੇ, ਮੈਂ ਔਰ ਮੇਰੀ ਵਾਈਫ, ਅਸੀਂ ਸਾਰੇ ਰਹਿ ਰਹੇ ਹਾਂ। ਵੱਡੇ ਭੈਣ ਨੇ, ਉਹਨਾਂ ਦਾ ਵਿਆਹ ਹੋਇਆ ਨੇ ਔਰ ਖਿਆਲਾ ਕਲਾਂ ਪਿੰਡ ਤੁਸੀਂ ਸਾਰੇ ਇੱਥੇ ਪਹੁੰਚੇ ਹੋਏ ਅੱਜ, ਔਰ ਬੜੇ ਸੋਹਣੇ ਤਰੀਕੇ ਨਾਲ ਸਾਰਾ ਕੁਛ ਮਾਹੌਲ ਚੱਲ ਰਿਹਾ। ਇਸ ਤੋਂ ਬਾਅਦ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਤੁਹਾਡੀ ਵਿੱਦਿਅਕ ਤਾਲੀਮ ਬਾਰੇ, ਕਿੰਨੀ ਵਿੱਦਿਆ ਜਿਹੜੀ ਹੈ ਤੁਸੀਂ ਉਹ ਹਾਸਿਲ ਕੀਤੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਤੱਕ? ਮੈਂ ਜੀ ਗ੍ਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ ਟੀਚਿੰਗ ਕੋਰਸ ਕੀਤਾ ETT, ਔਰ ਫਿਰ ਨਾਲ ਦੀ ਨਾਲ ਮੇਰੀ ਜੋਬ ਦਾ ਸਾਰਾ ਇੱਕ ਸਿਸਟਮ ਉਹ ਪਲਾਨ ਹੋ ਗਿਆ, ਅਤੇ ਬਾਕੀ ਮੇਰੀ ਪੜ੍ਹਾਈ ਨਾਲ ਦੀ ਨਾਲ ਚੱਲ ਰਹੀ ਹੈ ਜੀ ਸਾਰਾ, ਜੋ ਵੀ ਅੱਗੇ ਬੇਸ਼ੱਕ ਉਹ ਲਿਖਣ ਪੜ੍ਹਨ ਦਾ ਕੰਮ ਸੀ ਔਰ ਬੇਸ਼ੱਕ ਉਹ ਵਿੱਦਿਅਕ ਤਾਲੀਮ ਦਾ ਸੀ, ਹੈ ਨਾ, ਉਹ ਨਾਲ ਦੀ ਨਾਲ ਸਾਰਾ ਕੁਛ ਚੱਲ ਰਿਹਾ ਅਜੇ। ਤੁਹਾਡੀ ਪ੍ਰਸਿੱਧੀ ਜਿਹੜੀ ਹੈ ਉਹ ਲਿਖਣ ਦੇ ਨਾਲ ਹੋਈ ਹੈ, ਅਤੇ ਮੈਂ ਤੁਹਾਨੂੰ ਇਸੇ ਲੜੀ ਦੇ ਵਿੱਚ ਪੁੱਛਣਾ ਚਾਹੂੰਗੀ ਕਿ ਤੁਹਾਨੂੰ ਲਿਖਣ ਦੀ ਚੇਟਕ ਕਿੱਥੋਂ ਲੱਗੀ? ਮੇਰੇ ਖਿਆਲ 'ਚ ਜ਼ਿਆਦਾ ਇਹ ਜਿਹੜੀ ਚੀਜ਼ ਹੁੰਦੀ ਹੈ ਕੁਦਰਤੀ ਹੁੰਦਾ ਸਾਰਾ ਮਾਹੌਲ ਦਾ ਬਣਨਾ, ਹੈ ਨਾ, ਤੁਹਾਡੇ ਅੰਦਰ ਹੀ ਕਿਸੇ ਚੀਜ਼ ਦਾ ਉਤਰ ਆਉਣਾ ਕੁਦਰਤੀ ਆ ਜ਼ਿਆਦਾ। ਬੇਸ਼ੱਕ ਉਹ ਡਾਂਸ ਹੈ, ਬੇਸ਼ੱਕ ਉਹ ਪੇਂਟਿੰਗ ਹੈ, ਬੇਸ਼ੱਕ ਉਹ ਕੋਈ ਵੀ ਕਲਾ ਹੈ, ਮੇਰੇ ਖਿਆਲ ਸਾਰੀਆਂ ਕਲਾਵਾਂ ਇੱਕ ਜੋੜ 'ਚ ਹੀ ਬਣੀਆਂ ਹੋਈਆਂ ਨੇ ਸਾਰੀਆਂ, ਕੋਈ ਇਹਨਾਂ ਦੇ ਵਿੱਚ ਬਹੁਤਾ ਡਿਫਰੈਂਸ ਨਹੀਂ, ਬਹੁਤਾ ਕੋਈ ਇਹਦੇ ਵਿੱਚ ਫਰਕ ਨਹੀਂ ਹੈਗਾ। ਸੋ ਮੈਨੂੰ ਇਹ ਸੀ ਕਿ ਘਰੇ ਇੱਕ ਬੜਾ ਸੋਹਣਾ ਮਾਹੌਲ ਵੀ ਮਿਲ ਗਿਆ ਮੈਨੂੰ, ਕੁਦਰਤੀ ਤਾਂ ਹੈ ਹੀ ਸੀ, ਜਿਹੜਾ ਇੱਕ ਮਾਹੌਲ ਮਿਲ ਗਿਆ ਉਹਨੇ ਮੈਨੂੰ ਬੜੀ ਇੱਕ ਪੋਜ਼ਿਟਿਵਿਟੀ ਔਰ ਬੜਾ ਵਧੀਆ ਚੀਜ਼ ਦਿੱਤੀ, ਕਿਉਂਕਿ ਡੈਡੀ ਨੂੰ ਘਰੇ ਲਿਖਣ ਦਾ, ਪੜ੍ਹਨ ਦਾ, ਕਿਤਾਬਾਂ ਦਾ ਸਾਰਾ ਇੱਕ ਮਾਹੌਲ ਪਹਿਲਾਂ ਹੀ ਸੀਗਾ, ਤਾਂ ਕਰਕੇ ਮੈਨੂੰ ਕੋਈ ਦਿੱਕਤ ਨਹੀਂ ਆਈ ਕਦੇ ਵੀ ਕਿਸੇ ਵੀ ਤਰ੍ਹਾਂ ਦੀ। ਬੇਸ਼ੱਕ ਉਹ ਮੈਂ ਕਿਤਾਬਾਂ ਖਰੀਦਣੀਆਂ ਸੀ, ਬੇਸ਼ੱਕ ਉਹ ਪੜ੍ਹਨੀਆਂ ਸੀ, ਕੋਈ ਮੈਗਜ਼ੀਨ ਹੁੰਦੇ ਸੀ, ਸੋ ਦੋਵਾਂ ਚੀਜ਼ਾਂ ਦਾ ਮੈਂ ਇਹ 'ਚ ਯੋਗਦਾਨ ਮੰਨਦਾ। ਪਹਿਲੀ ਗੱਲ ਨੈਚੁਰਲੀ ਕੁਦਰਤੀ, ਜਿਹੜਾ ਸਾਰਾ ਕੁਛ ਮੇਰੇ ਅੰਦਰ ਸੀ ਉਹ ਬਾਹਰ ਆਇਆ, ਔਰ ਬਾਕੀ ਉਸ ਅੰਦਰਲੀ ਚੀਜ਼ ਨੂੰ ਬਾਹਰਲਾ ਮਾਹੌਲ ਸੀਗਾ ਉਹ ਸਾਜ਼ਗਾਰ ਮਿਲ ਗਿਆ ਨਾ, ਤਾਂ ਕਰਕੇ ਸਾਰਾ ਕੁਛ ਚੱਲੀ ਜਾਂਦਾ ਜੀ। ਲਿਖਣ ਕਲਾ ਵਿੱਚ ਤੁਸੀਂ ਕਿਸੇ ਤੋਂ ਪ੍ਰੇਰਿਤ ਰਹੇ ਹੋਵੋ ਜਾਂ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪੜ੍ਹਿਆ ਹੋਵੇ, ਉਹਨਾਂ ਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਜੀ। ਲਿਖਣ ਦੇ ਸਾਰੇ ਮਾਹੌਲ 'ਚ ਕੋਈ ਇੱਕ ਫਿਗਰ ਨਹੀਂ ਮੈਂ ਦੇਖਦਾ ਕਿ ਇੱਕ ਫਿਗਰ ਕੋਈ ਇੱਕ ਬੰਦੇ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਉੱਭਰ ਕੇ ਆਉਂਦੀ ਆ, ਪਰ ਫਿਰ ਵੀ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜਿਹੜਾ ਮੇਰਾ ਪਾਸਟ ਆਪਣਾ ਰਿਹਾ, ਆਪਣੀਆਂ ਕਲਾਵਾਂ, ਆਪਣੇ ਪੰਜਾਬ ਦਾ ਜਿਹੜਾ ਸਾਰਾ ਇੱਕ ਬੜਾ ਆਲੀਸ਼ਾਨ ਇੱਕ ਤਬੀਅਤ ਰਹੀ ਹੈ ਪਿੱਛੇ ਜਿਹੜੀ ਬਣਤਰਾਂ ਦੀ, ਹੈ ਨਾ, ਉਹ ਉਹਨਾਂ ਨੂੰ ਮੰਨਦਾ ਕਿ ਮੈਂ ਇਹੀ ਮੇਰੀ ਪ੍ਰੇਰਨਾ ਸਰੋਤ ਰਹੀ ਹੈ, ਹੈ ਨਾ, ਕੋਈ ਖਾਸ ਬੰਦਾ ਜਾਂ ਖਾਸ ਇੱਕ ਕਿਸੇ ਦਾ ਨਾਮ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ ਫਿਲਹਾਲ। ਜਿਹੜੀ ਸਾਡੀ ਵਿਰਾਸਤ ਸੀ, ਜਿਹੜਾ ਸਾਡਾ ਕਲਾ ਸੀ, ਜਿਹੜੀ ਸਾਡੇ ਬਾਬਿਆਂ ਦੀ, ਸਾਡੀ ਗੁਰਬਾਣੀ ਦਾ ਇੱਕ ਵੱਡਾ ਥੰਮ ਸੀ ਜਿਹੜਾ ਸਾਡੇ ਪਿੱਛੇ ਖੜਾ, ਸੋ ਉਹ ਮੇਰੇ ਵਾਸਤੇ ਬੜਾ ਵੱਡਾ ਇੱਕ ਪ੍ਰੇਰਨਾ ਸਰੋਤ ਵੀ ਰਿਹਾ ਔਰ ਇੱਕ ਰੋਲ ਮਾਡਲ ਵੀ ਰਿਹਾ ਮੈਂ ਕਹਿ ਸਕਦਾ ਨਾ, ਜਾਂ ਜਿਹੜੀਆਂ ਉਹ ਮੈਂ ਕਿ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਪੰਜਾਬੀ ਸਾਡੀ ਤਾਂ ਵਡਿਆਈ, ਮਤਲਬ ਪੰਜਾਬੀ ਦੀ ਇਹ ਹੈ ਕਿ ਸਾਡੇ ਕੋਲ ਐਸੀਆਂ ਸਾਹਿਤਕ ਬਣਤਰਾਂ ਨੇ ਕਿ ਉਹ ਕਹਿੰਦੀਆਂ ਕਿ ਲਿਖੋ, ਉਹ ਆਪਣੇ ਆਪ ਹੀ ਤੁਹਾਨੂੰ ਉਛਾਲਾ ਦਿੰਦੀਆਂ ਨੇ ਇੱਕ ਲਿਖਾਉਣ ਦਾ ਨਾ, ਸੋ ਸਾਡੇ ਕੋਲ ਤਾਂ ਇੱਕ ਬੜੀ ਵਧੀਆ ਇੱਕ ਸੁਵਿਧਾ ਰਹੀ ਹੈ ਸਾਡੇ ਕੋਲ ਤਾਂ ਪੰਜਾਬੀ ਵਾਸਤੇ। ਜਿਸ ਚੀਜ਼ ਨੇ ਤੁਹਾਨੂੰ ਇੰਨੀ ਪ੍ਰਸਿੱਧੀ ਦਿੱਤੀ ਹੈ, ਇਸ ਬਾਰੇ ਥੋੜ੍ਹੀ ਜਿਹੀ ਆਪਾਂ ਗੱਲ ਦਰਸ਼ਕਾਂ ਦੇ ਨਾਲ ਕਰਦੇ ਹਾਂ
ਇਹ ਸਫ਼ਰ ਤੁਹਾਡਾ ਕਿੱਦਾਂ ਸ਼ੁਰੂ ਹੋਇਆ? ਰਾਣੀ ਤੱਤ ਪਿਛਲੇ 2-3 ਸਾਲਾਂ ਦਾ ਮੇਰੀਆਂ ਕਵਿਤਾਵਾਂ ਔਰ ਵਾਰਤਿਕ ਦਾ ਸੰਗ੍ਰਹਿ ਸੀ ਜੀ। ਅੱਜ ਤੋਂ 4-5 ਸਾਲ ਪਹਿਲਾਂ ਵੀ ਮੈਨੂੰ ਕਿਸੇ ਨੇ ਅਪਰੋਚ ਕੀਤਾ ਕਿ ਤੁਹਾਡੀ ਕਿਤਾਬ ਇੱਕ ਛਪਵਾਉਣੀ ਆ। ਅਸੀਂ ਬੜੇ ਵਧੀਆ ਇੱਕ ਅਦਾਰਾ ਸੀ, ਬੜੇ ਵਧੀਆ ਤਰੀਕੇ ਨਾਲ ਛਾਪ ਵੀ ਰਹੇ ਸੀ, ਪਰ ਮੈਂ ਉਦੋਂ ਸੰਤੁਸ਼ਟ ਨਹੀਂ ਸੀ, ਬਿਲਕੁਲ ਵੀ ਮੇਰੀ ਸੰਤੁਸ਼ਟੀ ਨਹੀਂ ਸੀ, ਤਾਂ ਕਰਕੇ ਮੈਂ ਉਦੋਂ ਰੁਕ ਗਿਆ, ਉਹ ਚੀਜ਼ ਮੈਂ ਪਾਸੇ ਰੱਖੀ। ਬਾਅਦ 'ਚ ਕੀ ਹੋਇਆ ਕਿ ਹੁੰਦਾ ਹੀ ਆ, ਕੁਦਰਤੀ ਗੱਲ ਆ ਕਿ ਤੁਹਾਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਦਾ, ਕੁਛ ਘਟਨਾਵਾਂ ਐਸੀਆਂ ਹੁੰਦੀਆਂ ਨੇ, ਕੁਛ ਬੰਦੇ ਮਿਲਦੇ ਨੇ, ਕੁਛ ਇੱਕ ਕੁਦਰਤ ਦਾ ਹੱਥ ਹੁੰਦਾ ਤੁਹਾਡੇ 'ਤੇ ਨਾ, ਫਿਰ ਉਹ ਸਾਰਾ ਕੁਛ ਇੱਕ ਮਾਹੌਲ ਬਣਿਆ ਜਿਹੜਾ ਕਿ ਰਾਣੀ ਤੱਤ ਹੀ ਸੀ, ਜਿਹਨੂੰ ਮੈਂ ਰਾਣੀ ਤੱਤ ਦਾ ਮਤਲਬ ਵੀ ਇਹੀ ਆ ਕਿ ਰਾਣੀ ਤੱਤ ਸਿਰਮੌਰ ਤੱਤ, ਜਿਹਦੇ ਵਿੱਚ ਸਾਡੀ ਕਲਾ ਵੀ ਆ ਗਈ, ਸਾਡੀ ਵਿਰਾਸਤ ਵੀ ਆ ਗਈ, ਸਾਡੀ ਧੂੜ ਮਿੱਟੀ ਵੀ ਆ ਗਈ, ਹੈ ਨਾ, ਸਾਡੇ ਜਿਹੜੀ ਪਿਛੋਕੜ ਵੀ ਆ ਗਿਆ, ਸਾਡਾ ਵਰਤਮਾਨ ਔਰ ਸਾਡਾ ਜਿਹੜਾ ਅਗਲੇਰੀਆਂ ਜਿਹੜੀਆਂ ਬਣਤਰਾਂ ਉਹ ਵੀ ਆ ਗਈਆਂ। ਸੋ ਰਾਣੀ ਤੱਤ ਦੇ ਵਿੱਚ ਪੋਇਟਰੀ ਔਰ ਵਾਰਤਿਕ ਦਾ ਇੱਕ ਸੰਗ੍ਰਹਿ ਸੀ ਜੀ, ਕੁਛ ਕਵਿਤਾਵਾਂ ਔਰ ਕੁਛ ਵਾਰਤਿਕ ਸੀ, ਜਿਨ੍ਹਾਂ ਨੂੰ ਲਿਖਿਆ ਔਰ ਉਨੇ ਹੀ ਅਦਬ ਨਾਲ, ਉਨੇ ਹੀ ਪਿਆਰ ਨਾਲ ਸਭ ਨੇ ਪੜ੍ਹਿਆ ਵੀ, ਉਸ ਸ਼ਿੱਦਤ ਨਾਲ ਜੀ। ਇਸ ਕਿਤਾਬ ਨੂੰ ਲਿਖਣ ਵੇਲੇ ਜਾਂ ਪਬਲਿਸ਼ ਕਰਨ ਵੇਲੇ ਕੋਈ ਦਿੱਕਤਾਂ ਤੁਹਾਨੂੰ ਆਈਆਂ ਹੋਣ? ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਇਸ ਕਿਤਾਬ ਨਾਲ ਮੇਰੀ ਅਭੁੱਲ ਯਾਦ ਕੋਈ ਜੁੜੀ ਹੈ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕੁਝ। ਦਿੱਕਤ ਇਹ ਸੀ ਜੀ, ਕਿਉਂਕਿ ਅਸੀਂ ਬਿਲਕੁਲ ਨਵੇਂ ਸੀ, ਫਰੈਸ਼ ਸੀ, ਜਦੋਂ ਵੀ ਅਸੀਂ ਲਿਖਤਾ ਲਿਆ ਸਾਰਾ ਕੁਝ, ਪਰ ਛਪਾਉਣ ਦਾ ਜਾਂ ਛਪਾਈ ਦਾ ਕੰਮ ਤਾਂ ਬਿਲਕੁਲ ਹੀ ਨਵਾਂ ਸੀ ਸਾਡੇ ਵਾਸਤੇ, ਸਾਨੂੰ ਪਤਾ ਹੀ ਨਹੀਂ ਸੀ ਕਿ ਇੱਦਾਂ ਇਹ ਕੀ ਕਿੱਦਾਂ ਦਾ ਇਹ ਸਾਰਾ ਕੁਝ ਹੁੰਦਾ। ਸੋ ਮੇਰੇ ਮਨ 'ਚ ਇੱਕ ਪਬਲਿਸ਼ਰ ਸੀਗੇ ਕਿ ਪੰਜਾਬ ਦੇ ਕਾਫੀ ਵੱਡੇ ਨੇ, ਉਹਨਾਂ ਦਾ ਨਾਮ, ਕਿ ਮੈਂ ਇਹਨਾਂ ਤੋਂ ਛਪਾਵਾਂ ਜਾ ਕੇ। ਅਸੀਂ ਉਹਨਾਂ ਤੱਕ ਗਏ, ਉਹਨਾਂ ਨੇ ਪਰ ਸਾਨੂੰ ਨਾ ਕਰਤੀ। ਵੱਡੀ ਇੱਕ ਜਿਹੜੀ ਮੈਂ ਹੁਣ ਤੱਕ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਉਹਨਾਂ ਦੀ ਗੱਲ ਸੀਗੀ ਕਿ ਪੋਇਟਰੀ ਤਾਂ ਵਿਕਦੀ ਨਹੀਂ, ਇੱਕ ਉਹਨਾਂ ਨੇ ਸਟੇਟਮੈਂਟ ਸੀ ਕਿ ਅੱਜ ਕੱਲ੍ਹ ਪੰਜਾਬੀ ਪੋਇਟਰੀ ਨਹੀਂ ਵਿਕਦੀ। ਸੋ ਅਸੀਂ ਥੋੜ੍ਹੇ ਜਿਹੇ ਨਿਰਾਸ਼ ਵੀ ਹੋਏ, ਪਰ ਐਡੀ ਵੀ ਅਸੀਂ ਕਿਹਾ ਕਿ, ਕਿਉਂਕਿ ਅਸੀਂ ਬਹੁਤਾ ਨਹੀਂ ਮੰਨਦੇ ਹੁੰਦੇ, ਠੀਕ ਹੈ ਚਲੋ ਆਪ ਕਰ ਲਾਂਗੇ ਨਾ। ਸੋ ਅਸੀਂ ਮਿਲ ਜੁਲ ਕੇ, ਸਾਡੇ ਮਿੱਤਰ ਸੀ, ਅਸੀਂ 4-5 ਜਣਿਆਂ ਦੀ ਟੀਮ ਸੀ ਸਾਡੀ, ਹੈ ਨਾ, ਅਸੀਂ ਉਹਨਾਂ ਸਾਰਿਆਂ ਨੇ ਮਿਲ ਜੁਲ ਕੇ ਹੀ ਅਸੀਂ ਆਪ ਹੀ ਪ੍ਰਿੰਟਿੰਗ ਕਰਵਾ ਲਈ ਪ੍ਰੈਸ ਤੋਂ, ਪਰ ਜਿਹੜਾ ਡਿਸਟ੍ਰੀਬਿਊਸ਼ਨ ਸਭ ਤੋਂ ਵੱਡਾ ਕੰਮ ਸੀ ਉਹ ਅਸੀਂ ਆਪ ਕੀਤਾ। ਬਾਕੀ ਸੋਸ਼ਲ ਮੀਡੀਆ ਨੇ 'ਚ ਬੜਾ ਵਧੀਆ ਯੋਗਦਾਨ ਪਾਇਆ, ਡਿਸਟ੍ਰੀਬਿਊਸ਼ਨ ਤਾਂ ਬਾਹਲੀ ਸੌਖੀ ਹੋ ਗਈ, ਮਤਲਬ ਕਹਿ ਲਓ ਕਿ ਬੇਸ਼ੱਕ ਉਹ ਅਬਰੋਡ ਸੀ, ਬੇਸ਼ੱਕ ਆਪਣੇ ਸੀ, ਸਾਨੂੰ ਕੋਈ ਔਖ ਨਹੀਂ ਆਈ। ਉਹਦੇ ਅਸੀਂ ਇੱਕ ਸਟੇਟਸ ਪਾ ਦਿੰਦੇ ਹੁੰਦੇ ਸੀ ਕਿ ਕਿਤਾਬ ਇੱਥੋਂ ਮਿਲ ਜਾਣੀ, ਇੱਥੋਂ ਮਿਲ ਜਾਣੀ ਆ, ਸਾਰੇ ਲੋਕਾਂ ਨੇ ਉਸ ਚੀਜ਼ ਨੂੰ ਹੁੰਗਾਰਾ ਦਿੱਤਾ ਬੜਾ ਵਧੀਆ। ਦਿੱਕਤ ਬਸ ਇਹੀ ਸੀ, ਪਰ ਦਿੱਕਤਾਂ ਵੀ ਦਿੱਕਤਾਂ ਹੀ ਲੱਗਦੀਆਂ ਹੁੰਦੀਆਂ ਜਦੋਂ ਤੁਸੀਂ ਤੁਹਾਡੇ ਕੋਲ ਪੈਸ਼ਨ ਹੋਵੇ ਕੰਮ ਕਰਨ ਦਾ, ਫਿਰ ਦਿੱਕਤ ਨੂੰ ਵਧੀਆ ਹੁੰਦੀ ਹੈ ਉਹ। ਤੁਸੀਂ ਗੱਲ ਕੀਤੀ ਕਿ ਤੁਹਾਨੂੰ ਕਿਤਾਬ ਦੇ ਲਈ ਕੁਝ ਕੁ ਦਿੱਕਤਾਂ ਆਈਆਂ, ਪਰ ਤੁਹਾਨੂੰ ਬਾਅਦ ਵਿੱਚ ਲੱਗੀਆਂ ਨਹੀਂ ਕਿ ਦਿੱਕਤਾਂ ਨੇ, ਤਾਂ ਤੁਹਾਨੂੰ ਹੋਰ ਕਿਹੜੇ ਬੰਦਿਆਂ ਦਾ ਯੋਗਦਾਨ ਇਸ ਕਿਤਾਬ ਦੀ ਪਬਲਿਸਿਟੀ, ਪਬਲਿਸ਼ਿੰਗ ਤੋਂ ਲੈ ਕੇ ਪਬਲਿਸਿਟੀ ਤੱਕ, ਜਿੰਨਾ ਵੀ ਤੁਸੀਂ ਕਾਰ ਵਿਹਾਰ ਕੀਤਾ ਇਸ ਕਿਤਾਬ ਨਾਲ ਵਾਵਸਤਾ, ਉਸ ਦੇ ਦੌਰਾਨ ਤੁਹਾਨੂੰ ਕਿਹੜੇ ਕਿਹੜੇ ਬੰਦਿਆਂ ਦਾ ਜ਼ਿਆਦਾ ਯੋਗਦਾਨ ਰਿਹਾ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਸਭ ਤੋਂ ਪਹਿਲਾਂ ਮੈਂ ਪਰਿਵਾਰ ਦਾ ਜ਼ਿਕਰ ਕਰੂੰਗਾ। ਸਾਰਿਆਂ ਨੇ ਹੀ ਮੈਨੂੰ, ਮਤਲਬ ਜਿਹੜੇ ਸੋਸ਼ਲੀ ਕਾਰ ਵਿਹਾਰ ਕੰਮ ਕਰ ਹੁੰਦੇ, ਮੈਨੂੰ ਤੋਂ ਮੁਕਤ ਕੀਤਾ ਹੋਇਆ ਕਿ ਬਾਹਲਾ ਮੈਨੂੰ ਨਹੀਂ ਉੱਧਰ ਇਨਵੋਲਵ ਕਰਦੇ, ਇਹੀ ਕਿਹਾ ਕਿ ਤੂੰ ਆਪਣਾ ਕੰਮ ਕਰ, ਉਹਨਾਂ ਵਾਸਤੇ ਅਸੀਂ ਹੈਗੇ ਹਾਂ ਨਾ। ਸੋ ਕਿਉਂਕਿ ਇੱਕ ਇਸ ਲਿਖਣ ਪੜ੍ਹਨ ਵਾਲੇ ਕੰਮ ਵਾਸਤੇ ਨਾ ਇੱਕ ਵਿਹਲ ਕਹਿ ਲਓ, ਉਹ ਚਾਹੀਦਾ ਹੁੰਦਾ। ਸੋ ਉਹ ਮੈਨੂੰ ਮਿਲਿਆ, ਘਰ ਦੀ ਬੜੀ ਵੱਡੀ ਸਪੋਰਟ ਸੀ, ਅਤੇ ਉਹ ਡਿਸਟ੍ਰੀਬਿਊਸ਼ਨ ਤੱਕ ਰਹੀ, ਕਿਤਾਬਾਂ ਕਿਤੇ ਪਹੁੰਚਾਉਣੀਆਂ ਨੇ, ਇਹਨਾਂ ਨੇ ਬੜਾ ਯੋਗਦਾਨ ਪਾਇਆ ਨਾ। ਬਾਕੀ ਜਿਹੜੇ ਮੇਰੇ ਮਿੱਤਰ ਸੀ, ਜਿਹੜੀ ਮਿੱਤਰ ਮੰਡਲੀ ਆ, ਜਿਹੜੀ ਮੇਰੇ ਉਹ ਸਤਵਿੰਦਰ ਸਿੰਘ ਸਾਡੇ ਮਾਨਸਾ ਤੋਂ ਨੇ, ਅਜੈਪਾਲ ਸਿੰਘ ਨੇ, ਜਸਵਿੰਦਰ ਸਿੰਘ ਨੇ, ਹੈ ਨਾ, ਔਰ ਵੱਡੀ ਇੱਕ ਜਿਹੜੀ ਸਪੋਰਟ ਰਹੀ ਉਹ ਹਰ ਬਾਈ ਹਰ ਫਾਰਮਰ ਹੋਰਾਂ ਦੀ, ਕਿਉਂਕਿ ਉਹਨਾਂ ਦੇ ਹੀ ਅਸੀਂ ਪਬਲੀਕੇਸ਼ਨ ਬਣਾਇਆ ਆਪ ਨਵਾਂ, ਕਲਰਸ ਆਫ ਪੰਜਾਬ, ਔਰ ਉਸ ਦੇ ਵਿੱਚ ਹੀ ਅਸੀਂ ਇਹਨੂੰ ਪਬਲਿਸ਼ ਕੀਤਾ। ਸੋ ਉਹਨਾਂ ਦੀ ਕਾਫੀ ਵੱਡੀ ਸਪੋਰਟ ਸੀ। ਬਾਕੀ ਬਾਈ ਜਗਦੀਪ ਸਿੰਘ ਫਰੀਦਕੋਟ ਤੋਂ ਨੇ, ਉਹਨਾਂ ਦਾ ਹਮੇਸ਼ਾ ਨਾਲ ਸਹਿਯੋਗ ਰਿਹਾ ਕਾਫੀ ਵੱਡਾ। ਸੋ ਇਹੀ ਰਲ ਮਿਲ ਕੇ ਸਾਡੀ ਸਾਰੀ ਇੱਕ ਟੀਮ ਬਣ ਗਈ, ਅੱਗੇ ਵੀ ਅਸੀਂ ਸਾਰੀ ਇਹੀ ਟੀਮ ਕੰਮ ਕਰ ਰਹੇ ਹਾਂ। ਹਾਂਜੀ, ਜਿੱਦਾਂ ਤੁਸੀਂ ਦੱਸਿਆ ਕਿ ਮੇਰੇ ਪਿੱਛੇ ਮੇਰੀ ਕਿਤਾਬ ਦੇ ਯੋਗਦਾਨ ਦੇ ਲਈ ਬਹੁਤ ਸਾਰੇ ਦੋਸਤਾਂ ਦਾ, ਘਰ ਪਰਿਵਾਰ ਦਾ ਔਰ ਬਹੁਤ ਸਾਰੇ ਮਿੱਤਰ ਮੰਡਲੀ ਦਾ ਯੋਗਦਾਨ ਜਿਹੜਾ ਰਿਹਾ, ਨਾਲ ਦੀ ਨਾਲ ਤੁਸੀਂ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਦਾ ਵੀ ਮੈਂ ਬਹੁਤ ਰਿਣੀ ਹਾਂ ਇਸ ਚੀਜ਼ ਨੂੰ ਲੈ ਕੇ ਕਿ ਉੱਥੇ ਤੁਹਾਨੂੰ ਡਿਸਟ੍ਰੀਬਿਊਸ਼ਨ ਕਰਨੀ ਬਹੁਤ ਆਸਾਨ ਰਹੀ। ਤੁਸੀਂ ਕੀ ਸੋਚਦੇ ਹੋ ਕਿ ਸੋਸ਼ਲ ਮੀਡੀਆ 'ਤੇ ਜਿਹੜੇ ਲੋਕਾਂ ਨੇ ਤੁਹਾਨੂੰ ਪੜ੍ਹਿਆ ਆ, ਜ਼ਿਆਦਾਤਰ ਉਹਦੇ ਵਿੱਚੋਂ, ਜਾਂ ਕਹਿ ਲਿਆ ਜਾਵੇ ਕਿ ਤੁਹਾਡੀ ਕਿਤਾਬ ਨੂੰ ਪੜ੍ਹਨ ਵਾਲਾ ਜ਼ਿਆਦਾ ਕਿਹੜਾ ਵਰਗ ਤੁਸੀਂ ਮੰਨਦੇ ਹੋ, ਕਿ ਕਿਹੜੇ ਵਰਗ ਨੇ ਤੁਹਾਡੀ ਕਿਤਾਬ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ? ਸੋਸ਼ਲ ਮੀਡੀਆ 'ਤੇ ਲਗਭਗ ਮੈਂ ਜਿੰਨੇ ਕੁ ਵੀ ਆਪਾਂ ਦੇਖਦੇ ਹਾਂ, ਉਹ ਯੰਗ ਵੀ ਨੇ, ਵੱਡੇ ਵੀ ਨੇ, ਬਜ਼ੁਰਗ ਵੀ ਹੈਗੇ ਨੇ,
ਸਾਰਿਆਂ ਦੀ ਰਿਹਾ, ਮਤਲਬ ਕਿਤਾਬ ਦੇ ਛਪਣ ਤੋਂ ਪਹਿਲਾਂ ਹੀ ਮੈਂ ਨਾ ਮੈਂ ਕੀ ਕਰਦਾ ਸੀ ਕਿ ਮੇਰੇ ਖਿਆਲ 'ਚ 2010-11 ਦੇ ਅਰਾਊਂਡ ਮੈਂ ਸੋਸ਼ਲ ਮੀਡੀਆ ਯੂਜ਼ ਕਰਨ ਲੱਗਿਆ ਨਾ, ਵਰਤਣ ਲੱਗਿਆ, ਤਾਂ ਉਦੋਂ ਤੋਂ ਲੈ ਕੇ ਮੈਂ ਕੁਛ ਨਾ ਕੁਛ ਲਿਖਦਾ ਰਹਿੰਦਾ ਸੀ ਉਹਦੇ 'ਤੇ। ਤਾਂ ਕਿਤਾਬ ਤਾਂ ਬਹੁਤ ਬਾਅਦ ਦੀ ਗੱਲ, ਉਹ ਤੋਂ ਪਹਿਲਾਂ ਹੀ ਬੜਾ ਇੱਕ ਸਹਿਯੋਗ ਸਾਰਿਆਂ ਦਾ, ਇੱਕ ਲਿਖਣ ਨੂੰ ਲੈ ਕੇ, ਪੜ੍ਹਨ ਨੂੰ ਲੈ ਕੇ ਸਾਰਾ ਇੱਕ ਮਾਹੌਲ ਪਹਿਲਾਂ ਹੀ ਬਣ ਚੁੱਕਿਆ ਸੀ। ਸਾਰਿਆਂ ਨੂੰ ਉਡੀਕ ਸੀ ਕਿ ਕਿਤਾਬ, ਇਹ ਸਾਰਾ ਕੁਛ ਕਿਤਾਬ ਦੇ ਰੂਪ 'ਚ ਕਦੋਂ ਆਵੇ ਨਾ। ਸੋ ਸਾਰੇ ਸੀ ਉਹਦੇ ਵਿੱਚ ਸ਼ਾਮਿਲ ਜੀ। ਜਿਹੜੀ ਵੱਡੀ ਖੁਸ਼ੀ ਮੈਨੂੰ ਇਹ ਰਹੀ ਕਿ ਜਿਹੜੇ ਯੰਗਸਟਰ ਸੀ, ਮੁੰਡੇ ਕੁੜੀਆਂ ਸੀਗੇ ਜਿਹੜੇ ਨਾ, ਉਹ ਕਿਤਾਬਾਂ ਨਾਲ ਜੁੜ ਗਏ, ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ। ਕਿਉਂਕਿ ਰਾਣੀ ਤੱਤ ਇੱਕ ਸ਼ਬਦ ਹੀ ਇਹਨਾਂ ਦੇ ਐਸਾ ਸਾਰਿਆਂ ਦੇ ਕੋਲੇ ਪਹੁੰਚ ਗਿਆ ਬੜਾ ਵਧੀਆ ਤਰੀਕੇ ਨਾਲ, ਕਿ ਉਹ ਇਹ ਤੋਂ ਬਾਅਦ ਕਿਤਾਬਾਂ ਨਾਲ ਜੁੜ ਗਏ। ਮਤਲਬ ਮੈਨੂੰ ਬਹੁਤ ਫੋਨ ਕਰਦੇ ਨੇ ਕਿ ਇਹ ਤਾਂ ਪੜ੍ਹ ਲਈ, ਅਸੀਂ ਹੋਰ ਕੀ ਅੱਗੇ ਪੜ੍ਹੀਏ। ਮਤਲਬ ਬਹੁਤ ਹੀ, ਸਭ ਤੋਂ ਵੱਡੀ ਮੈਨੂੰ ਖੁਸ਼ੀ ਇਹੀ ਹੈ ਕਿ ਨਵੇਂ ਮੁੰਡੇ ਕੁੜੀਆਂ ਕਿਤਾਬਾਂ ਪੜ੍ਹਨ ਲੱਗ ਗਏ। ਵੱਡੇ ਤਾਂ ਚਲੋ ਸਿਆਣੇ ਪੜ੍ਹਦੇ ਹੀ ਸੀਗੇ ਪਹਿਲਾਂ ਵੀ, ਹੈ ਨਾ। ਸੋ ਇਹ ਵੱਡੀ ਖੁਸ਼ੀ ਰਹੀ। ਬਾਕੀ ਕਈ ਮੌਕੇ ਮਿਲੇ, ਕਈ ਕਈ ਫੋਨ 'ਤੇ ਜਦੋਂ ਮੁੰਡਿਆਂ ਦੇ ਫੋਨ ਆਉਂਦੇ ਨੇ, ਕਿ ਉਹ ਇੱਕ ਵਾਰੀ ਪਾਕਿਸਤਾਨ ਤੋਂ ਕਿਸੇ ਦਾ ਫੋਨ ਆਇਆ ਕਿ ਉਹਨਾਂ ਦੇ ਫਾਦਰ ਸਾਹਿਬ ਸੀ, ਕਿ ਉਹ ਪੋਇਟਰੀ ਪੜ੍ਹਦੇ ਸੀ ਪਹਿਲਾਂ ਵੀ, ਉਹ ਮੇਰੀ ਪੋਇਟਰੀ ਸੁਣਾ ਦਿੰਦੇ ਸੀ ਉਹਨਾਂ ਨੂੰ, ਮਤਲਬ ਬੋਲ ਕੇ ਨਾ। ਉਹਨਾਂ ਨੇ ਸਪੈਸ਼ਲ ਆਪਣੀ ਗੁਰਮੁਖੀ ਲਿਪੀ ਸਿੱਖਣੀ ਸ਼ੁਰੂ ਕਰਤੀ ਇਸ ਨੂੰ ਪੜ੍ਹਨ ਵਾਸਤੇ ਨਾ। ਸੋ ਬੜੇ ਕਨੈਕਟੀਵਿਟੀ ਕਾਫੀ ਥਾਵਾਂ 'ਤੇ ਬੜੀ ਵਧੀਆ ਰਹੀ, ਤਾਂ ਕਰਕੇ ਬਸ ਲੱਗੇ ਹੋਏ ਆ ਜੀ। ਇਹ ਇੱਕ ਵੱਡਾ ਕੰਮ ਹੈ। ਹਾਂਜੀ, ਜਿਸ ਤਰ੍ਹਾਂ ਤੁਹਾਡੀ ਕਿਤਾਬ ਰਾਣੀ ਤੱਤ ਨੇ ਸਾਹਿਤਕ ਵਿਧਾਵਾਂ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ, ਸਾਹਿਤਕ ਖੇਤਰ ਦੇ ਵਿੱਚ ਇੱਕ ਨਵਾਂ ਮੁਕਾਮ ਬਣਾਇਆ, ਉਸ ਤਰ੍ਹਾਂ ਤੁਸੀਂ ਵੀ ਕੁਝ ਆਪਣੇ ਮਨ ਦੇ ਵਿੱਚ ਕਿਤਾਬ ਦੀ ਰਚਨਾ ਕਰਨ ਵੇਲੇ ਇੱਕ ਸੁਪਨਾ ਸਿਰਜਿਆ ਹੋਣਾ ਹੈ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਕੀ ਸੋਚ ਕੇ ਇਹ ਕਿਤਾਬ ਦੀ ਰਚਨਾ ਕੀਤੀ ਸੀ? ਜਦੋਂ ਪੈਸ਼ਨ ਹੁੰਦਾ ਨਾ, ਉਦੋਂ ਫਿਰ ਤੁਹਾਡੀ ਜਿਹੜੀ ਮੌਜੂਦਾ ਲਿਵਿੰਗ ਆ ਨਾ, ਸੁਪਨੇ ਫਿਰ ਛੋਟੇ ਹੋ ਜਾਂਦੇ ਨੇ ਮੇਰੇ ਖਿਆਲ 'ਚ। ਜਿਹੜਾ ਆਹ ਚੀਜ਼ ਆ ਜਿਹੜੀ ਹੁਣ ਲਿਵਿੰਗ ਐਟ ਦਾ ਪ੍ਰੈਜ਼ੈਂਟ, ਜਿਹੜਾ ਮੂਮੈਂਟ ਹੁਣ, ਜਿਹੜੀ ਹੁਣ ਦੀ ਮੂਮੈਂਟ, ਇਸੇ 'ਚ ਹੀ ਸਾਰਾ ਇੱਕ ਆਨੰਦ ਹੁੰਦਾ। ਫਿਰ ਉਹ ਅੱਗੇ ਦਾ ਵੀ ਕੋਈ ਬਹੁਤਾ ਨਹੀਂ ਆਇਆ, ਫਿਕਰ ਨਹੀਂ ਹੁੰਦੇ ਕਿ ਅੱਗੇ ਪਤਾ ਨਹੀਂ ਇਹ ਪਸੰਦ ਆਊ ਜਾਂ ਨਹੀਂ ਆਊਗੀ ਨਾ, ਫਿਰ ਕੋਈ ਬਹੁਤੇ ਵੱਡੇ ਫਿਕਰ ਨਹੀਂ ਰਹਿੰਦੇ, ਕਿਉਂਕਿ ਉਹ ਕੰਮ ਦਾ ਜਨੂੰਨ ਹੀ ਇੰਨਾ ਸੀ। ਮੈਨੂੰ ਯਾਦ ਆ ਕਿ ਉਹ ਟਾਈਟਲ ਬਣਾਉਣ ਤੋਂ ਲੈ ਕੇ ਉਹ ਫੌਂਟ ਕਿਹੜਾ ਰੱਖਣਾ, ਠੀਕ ਹੈ, ਉਹ ਕਿੰਨੇ ਕਿਤਾਬ ਪੇਜ ਨੇ, ਕੀ ਮਤਲਬ ਨਿੱਕੀ ਤੋਂ ਨਿੱਕੀ ਜਿਹੜੀ ਚੀਜ਼ ਸੀ ਉਹ ਗਲਤੀਆਂ ਕਰਨੀਆਂ ਕੱਢਣੀਆਂ ਉਹਦੇ ਵਿੱਚੋਂ। ਸੋ ਬੜਾ ਵੱਡਾ ਇੱਕ ਉਹਦੇ ਟਾਈਮ ਵੀ ਸਾਡਾ ਲੱਗਿਆ, ਅਤੇ ਜਨੂੰਨ ਰਿਹਾ ਸਭ ਨੂੰ ਸਾਨੂੰ ਕਿ ਕਿਤਾਬ ਕਰਨੀ ਆ, ਕਿਉਂਕਿ ਕਿਤਾਬ ਨੂੰ ਮੈਂ ਛੋਟੀ ਚੀਜ਼ ਨਹੀਂ ਮੰਨਦਾ ਹੁੰਦਾ। ਅੱਜ ਕੱਲ੍ਹ ਕੀ ਟ੍ਰੈਂਡ ਆ ਕਿ ਕਿਤਾਬ ਨੂੰ ਨਾ ਅਸੀਂ ਲਾਈਟ ਲੈ ਲੈਂਦੇ ਹਾਂ, ਵੀ ਕਿਤਾਬ ਆ ਕਿ ਕਿੱਡੀ ਗੱਲ ਆ, ਛਪਾ ਲਓ, ਗੂਗਲ ਤੋਂ ਇੱਕ ਫੋਟੋ ਲਓ, ਡਾਊਨਲੋਡ ਕਰੋ, ਉਹਨੂੰ ਟਾਈਟਲ 'ਤੇ ਲਾ ਲਓ, ਹੈ ਨਾ। ਸੋ ਪਰ ਮੈਨੂੰ ਇਹ ਲੱਗਦਾ ਕਿ ਕਿਤਾਬ ਨੇ ਸੈਂਕੜੇ ਸਾਲਾਂ ਤੱਕ ਅਗਲੀਆਂ ਪੀੜ੍ਹੀਆਂ 'ਤੇ, ਅਗਲੇ ਲੋਕਾਂ 'ਤੇ, ਜਾਂ ਤੁਸੀਂ ਜਿਸ ਮਾਹੌਲ 'ਚੋਂ ਪਈ ਹੋਊਗੀ, ਜਿਸ ਥਾਂ 'ਤੇ ਪਈ ਹੋਊਗੀ, ਉਹਨਾਂ ਥਾਵਾਂ ਨੂੰ ਨਾ ਉਹਨੇ ਕਾਫੀ ਪ੍ਰਭਾਵਿਤ ਕਰਨਾ ਹੁੰਦਾ। ਸੋ ਉਹਦਾ ਰੰਗ, ਉਹਦੀ ਬਣਤਰ, ਉਹਦਾ ਆਕਾਰ, ਇਹ ਗੱਲਾਂ ਬੜੀਆਂ ਹੀ ਮਾਇਨੇ ਰੱਖਦੀਆਂ ਹੁੰਦੀਆਂ ਨੇ। ਸੋ ਮੇਰਾ ਹੀ ਇਹੀ ਸੁਪਨਾ ਕਹਿ ਲਓ ਇਹਨੂੰ, ਜਾਂ ਸੁਪਨਾ ਤਾਂ ਨਹੀਂ, ਇਹ ਤਾਂ ਇੱਕ ਮੌਜੂਦਾ ਗੱਲ ਸੀ ਉਦੋਂ। ਬਾਕੀ ਜਿਹੜੀ ਇਹ ਸੀ ਕਿ ਮੈਨੂੰ ਅੱਗੇ ਕਿਤਾਬ ਦਾ ਰਿਸਪੌਂਸ ਕੀ ਹੋਣਾ, ਉਹ ਇਹ ਹੁੰਦਾ ਕਿ ਤੁਹਾਨੂੰ ਇਹਨਾਂ ਕੁ ਪਤਾ ਹੀ ਹੁੰਦਾ, ਜਦੋਂ ਤੁਹਾਨੂੰ ਆਪ ਨੂੰ ਆਨੰਦ ਆ ਰਿਹਾ ਨਾ, ਜੋ ਲਿਖਣ ਵੇਲੇ ਆਨੰਦ ਆ ਰਿਹਾ, ਜਦੋਂ ਤੁਸੀਂ ਲਿਖਣ ਵੇਲੇ ਰੋ ਰਹੇ ਹੋ ਜਾਂ ਹੱਸ ਰਹੇ ਹੋ, ਤਾਂ ਅਗਲਾ ਵੀ ਜੋ ਰੋਣ ਵਾਲੀ ਚੀਜ਼ ਵੇਲੇ ਰੋ ਰਿਹਾ, ਸੇਮ ਸ਼ਿੱਦਤ ਹੋ ਰਹੀ ਆ ਨਾ, ਜਾਂ ਹੱਸ ਰਿਹਾ, ਜਾਂ ਕਿਸੇ ਵੀ ਸਟੇਟ 'ਚ ਜਾ ਰਿਹਾ ਹੋ ਇਮੋਸ਼ਨਲ 'ਚ, ਤਾਂ ਫਿਰ ਉਹ ਤੁਹਾਨੂੰ ਪਤਾ ਹੁੰਦਾ ਕਿ ਇਹ ਕਿੱਡੀ ਕੁ ਮਾਰ ਹੈ ਇਸ ਚੀਜ਼ ਦੀ, ਕਿੰਨਾ ਕਿਹਨੇ ਸਵਾਦ ਦੇਣਾ, ਕਿੰਨੇ ਕੁ ਲੋਕਾਂ ਨੂੰ ਪ੍ਰਭਾਵਿਤ ਕਰਨਾ। ਬਾਕੀ ਫਿਰ ਵੀ ਮੈਂ ਇਹਦੇ ਵਿੱਚ ਆਪਣਾ ਕੋਈ ਬੜਾ ਵੱਡਾ ਯੋਗਦਾਨ ਨਹੀਂ ਮੰਨਦਾ, ਮੈਂ ਤਾਂ ਇੱਕ, ਮੈਨੂੰ ਤਾਂ ਇੱਕ ਵੱਲ ਆ ਗਿਆ, ਅੱਖਰਾਂ ਨੂੰ ਚੱਕ ਧਰ ਕਰਨ ਦਾ ਵੱਲ ਆ ਗਿਆ। ਜਿਹੜੀ ਜ਼ਿਆਦਾ ਵਡਿਆਈ ਆ ਉਹ ਸਾਡੀ ਪੰਜਾਬੀ ਭਾਸ਼ਾ ਦੀ ਆ, ਕਿਉਂਕਿ ਭਾਸ਼ਾ ਕੋਲ ਐਡੀ ਵੱਡੀ ਇੱਕ ਬਣਤਰ ਸੀ ਜਿਹੜੀ, ਜਾਂ ਇੱਕ ਐਸਾ ਵੱਡਾ ਇੱਕ ਸਿਸਟਮ ਉਹਦੇ ਕੋਲ ਪਹਿਲਾਂ ਹੀ ਸੀਗਾ, ਕਿ ਉਹ ਭਾਸ਼ਾ ਹੀ ਸਾਨੂੰ, ਕਿਉਂਕਿ ਪੰਜਾਬੀ ਜਾਂ ਕਿਸੇ ਵੀ ਭਾਸ਼ਾ 'ਚ ਕਹਿ ਲਓ ਕਿ ਕਈ ਚੀਜ਼ਾਂ ਜਦੋਂ ਪ੍ਰੋਪਰ ਇੱਕ ਐਨ ਖਾਸ ਧਰਤੀ ਵਿੱਚ ਬਣੀਆਂ ਹੋਣ ਨਾ, ਉਦੋਂ ਬੇਸ਼ੱਕ ਉਹ ਤੁਹਾਨੂੰ ਸਮਝ ਨਾ ਆਉਣ, ਪਰ ਤੁਹਾਨੂੰ ਸਵਾਦ ਦਿੰਦੀਆਂ ਹੁੰਦੀਆਂ ਨੇ, ਉਹ ਤੁਹਾਨੂੰ ਉਹ ਆਨੰਦ ਦਿੰਦੀਆਂ ਨੇ। ਕੋਈ ਮੰਤਰ ਹੈ, ਤੁਹਾਨੂੰ ਸਮਝ ਨਹੀਂ ਆਊਗਾ ਉਹ, ਪਰ ਤੁਹਾਨੂੰ ਇੱਕ ਆਨੰਦ ਦੇ ਰਿਹਾ ਹੋਊਗਾ। ਸੋ ਮੇਰਾ ਜਿਹੜਾ ਜ਼ਿਆਦਾ ਫੋਕਸ ਰਹਿੰਦਾ ਉਹ ਇਸ ਚੀਜ਼ 'ਤੇ ਰਹਿੰਦਾ ਕਿ ਜਿਹੜੀ ਉਹ ਬਣਤਰਾਂ ਦੀ, ਜਿਹੜੀ ਉਹ ਲੰਬਾਈਆਂ ਚੁੜਾਈਆਂ ਨਾ ਅੱਖਰਾਂ ਦੀਆਂ, ਜਿਹੜੀ ਉਹ ਬਣਤਰਾਂ ਦੀ ਤਰਤੀਬ ਆ, ਪਹਿਲਾਂ ਉਹਨੂੰ ਹੀ ਸਿੱਖਾਂ, ਬਾਕੀ ਜਿਹੜੇ ਅਗਲੇ ਜਿਹੜੇ ਹੁੰਗਾਰੇ ਹੁਲਾਰੇ ਨੇ ਉਹ ਅੱਗੇ ਰਹਿਣ ਦਿਓ। ਫਿਲਹਾਲ ਮੈਂ ਇਹ 'ਤੇ ਕੰਮ ਕਰ ਰਿਹਾ, ਸਾਊਂਡ ਕੁਆਲਿਟੀ ਭਾਸ਼ਾ ਦੀ, ਹੈ ਨਾ। ਇਹ ਤਾਂ ਕਹਿੰਦੇ ਆ ਕਿ ਚੰਗਾ ਲਿਖਣ ਦੇ ਨਾਲੋਂ ਪਹਿਲਾਂ ਚੰਗਾ ਪੜ੍ਹਨਾ ਲਾਜ਼ਮੀ ਹੁੰਦਾ,
ਤੁਸੀਂ ਇਸ ਮੁਤਲਕ ਕੀ ਸੋਚਦੇ? ਤੁਸੀਂ ਜ਼ਿਆਦਾ ਕਿਸ ਨੂੰ ਪੜ੍ਹਿਆ ਆ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਇਹ ਵਾਕਈ ਮਤਲਬ ਵਧੀਆ ਗੱਲ ਆ ਕਿ ਚੰਗਾ ਪੜ੍ਹਨਾ ਲਿਖਣ ਨਾਲੋਂ, ਹੈ ਨਾ, ਇੱਕ ਇਹ ਵੀ ਨਾਲ ਨਾਲ ਬੜਾ ਜ਼ਰੂਰੀ ਹੁੰਦਾ, ਕਿਉਂਕਿ ਜਿੰਨਾ ਲੋਕਾਂ ਦਾ ਅਸੀਂ ਪੜ੍ਹ ਰਹੇ ਉਹਨਾਂ ਨੇ ਵੀ ਲਿਖਿਆ ਹੀ ਹੋਇਆ, ਹੈ ਨਾ, ਸਾਰੀਆਂ ਗੱਲਾਂ ਮੇਲ ਖਾਂਦੀਆਂ ਹੁੰਦੀਆਂ ਨੇ। ਬਾਕੀ ਜਦੋਂ ਤੁਸੀਂ ਵਾਕਈ ਇੱਕ ਲੇਖਕ ਹੁੰਦੇ ਹੋ, ਫਿਰ ਦੁਨੀਆ ਦੇ ਸਾਰੇ ਲੇਖਕ ਹੀ, ਲੇਖਕਾਂ ਦੀ ਸ਼ਮੂਲੀਅਤ ਹੋ ਜਾਂਦੀ ਹੈ ਇੱਕ ਇੱਕ ਪੁਆਇੰਟ 'ਤੇ ਆ ਕੇ, ਫਿਰ ਸਾਰੇ ਇੱਕੋ ਹੀ ਹੁੰਦੇ ਨੇ। ਸੋ ਕਾਫੀ ਪੜ੍ਹਿਆ ਜੀ, ਬੇਸ਼ੱਕ ਪੰਜਾਬੀ ਸੀ, ਪਹਿਲਾਂ ਮੈਂ ਹਿੰਦੀ ਬੜਾ ਪੜ੍ਹਦਾ ਰਿਹਾ ਛੋਟਾ ਹੁੰਦਾ, ਹਿੰਦੀ ਬੜਾ ਪੜ੍ਹਿਆ, ਫਿਰ ਪੰਜਾਬੀ ਪੜ੍ਹਿਆ, ਔਰ ਇੰਗਲਿਸ਼ ਲਿਟਰੇਚਰ ਦਾ ਬੜਾ ਸੁਮੇਲ ਰਿਹਾ ਇਹਨਾਂ ਸਾਰੀਆਂ ਗੱਲਾਂ ਨਾਲ, ਕਿਉਂਕਿ ਦੁਨੀਆ ਦਾ ਸਾਹਿਤ ਪੜ੍ਹਨ ਵੇਲੇ ਤੁਹਾਡਾ ਮੱਥਾ ਖੁੱਲ੍ਹ ਜਾਂਦਾ, ਹੋਰ ਚੌੜਾ ਹੋ ਜਾਂਦਾ, ਵਾਕਈ ਯਾਰ ਆਹ ਨਜ਼ਰੀਆ, ਆਹ ਤਾਂ ਕਦੇ ਗੱਲ ਦੇਖੀ ਪਰਖੀ ਨਹੀਂ ਸੀ ਕਦੇ ਵੀ, ਹੈ ਨਾ। ਸੋ ਪੜ੍ਹਦਾ ਰਿਹਾ, ਕੋਈ ਇੱਕ ਖਾਸ ਕਿਤਾਬ ਦਾ ਜ਼ਿਕਰ ਮੈਂ ਨਹੀਂ ਕਰ ਸਕਦਾ, ਪਰ ਇੱਕ ਸਾਰੀ ਜਿਹੜੀ ਧਾਰਾ ਰਹੀ ਆ ਲਿਟਰੇਚਰ ਦੀ, ਸਾਰੇ ਲੋਕਾਂ ਦੀਆਂ ਜਿਹੜੀਆਂ ਸਿਆਣੀਆਂ ਗੱਲਾਂ ਰਹੀਆਂ ਨੇ, ਜਾਂ ਉਹ ਅੱਖਰਾਂ ਦੀ ਜਿਹੜੀ ਇੱਕ ਥਾਪੜਾ ਰਿਹਾ ਮੇਰੇ 'ਤੇ ਸ਼ਬਦਾਂ ਦਾ, ਉਹ ਸਾਰਿਆਂ ਦਾ ਹੀ ਯੋਗਦਾਨ ਆ। ਇੱਕ ਇਹ ਰਲਿਆ ਮਿਲਿਆ ਇੱਕ ਮੁਕਾਮ, ਇੱਕ ਰਲਿਆ ਮਿਲਿਆ ਕੰਮ ਹੁੰਦਾ ਕਿ ਜਦੋਂ ਹੁਣ ਮੈਂ ਕੁਛ ਲਿਖ ਰਿਹਾ, ਮੰਨ ਲਓ ਕੁਛ ਲਿਖਿਆ, ਤਾਂ ਉਹ 'ਚ ਇਕੱਲਾ ਮੇਰਾ ਯੋਗਦਾਨ ਨਹੀਂ, ਉਹ ਜਿਹੜੀ ਚੀਜ਼ ਲਿਖਾ ਰਹੀ ਹੈ ਮੈਨੂੰ, ਕਈ ਵਾਰੀ ਕੋਈ ਦ੍ਰਿਸ਼ ਦੇਖ ਕੇ, ਕਈ ਵਾਰੀ ਕੋਈ ਰੰਗ ਦੇਖ ਕੇ, ਕਈ ਵਾਰੀ ਕੋਈ ਸਮੈਲ, ਕੋਈ ਮਹਿਕ ਹੈਗੀ, ਤਾਂ ਬੜੀ ਟੈਂਡਰ ਜੀ ਚੀਜ਼ ਆ ਨਾ ਮਹਿਕ, ਬਹੁਤ ਇੱਕ ਬਰੀਕ ਪਰਤ ਹੈ ਇਹਦੀ, ਪਰ ਉਹ ਲਿਖਵਾ ਕੀ ਜਾਵੇ ਕੁਛ ਨਹੀਂ ਪਤਾ ਹੁੰਦਾ, ਹੈ ਨਾ। ਸੋ ਇਹ ਗੱਲਾਂ ਦਾ ਕੋਈ ਸਿਰਾ ਨਹੀਂ ਹੈਗਾ ਕਿ ਕੌਣ ਲਿਖਣ 'ਚ ਯੋਗਦਾਨ ਪਾ ਰਿਹਾ ਜਾਂ ਲਿਖਣਾ ਪੜ੍ਹਨਾ ਬਰਾਬਰ। ਸੋ ਕਿਸੇ ਨਾ ਕਿਸੇ ਹੱਥ 'ਤੇ ਜਾ ਕੇ ਸਾਰਾ ਕੁਛ ਇੱਕ ਇੱਕ ਪੈਟਰਨ 'ਚ ਬੱਝ ਜਾਂਦਾ, ਇੱਕ ਇੱਕੋ ਪੱਧਰ 'ਤੇ ਆ ਜਾਂਦਾ। ਕਿਤਾਬ ਰਾਣੀ ਤੱਤ ਬਾਰੇ ਗੱਲ ਕਰੀਏ, ਉਸ ਕਿਤਾਬ ਦੇ ਵਿੱਚ ਕੁੱਲ ਉਸ ਵਿੱਚ 58 ਰਚਨਾਵਾਂ ਨੇ, ਜਿਨ੍ਹਾਂ ਦੇ ਵਿੱਚੋਂ 12 ਵਾਰਤਕ ਨੇ ਔਰ 46 ਉਹਦੇ ਵਿੱਚ ਕਵਿਤਾਵਾਂ ਨੇ। ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ, ਜੇ ਤੁਸੀਂ ਇਸ ਨੂੰ ਇੱਕ ਲਾਈਨ ਦੇ ਵਿੱਚ ਦੱਸਣਾ ਹੋਵੇ ਤਾਂ ਤੁਹਾਡੀ ਕਿਤਾਬ ਜਿਹੜੀ ਆ ਸਮੂਹਿਕ ਸੰਗ੍ਰਹਿ ਦੇ ਰੂਪ ਵਿੱਚ ਕਿਸ ਵਿਧਾ 'ਚ ਤੁਸੀਂ ਉਹਨੂੰ ਸਮਿਟੋਂਗੇ? ਲਾਈਕ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕਈ ਵਾਰ ਕੋਈ ਮਾਰਕੀਟ ਦੇ ਵਿੱਚ ਨਵੀਂ ਕਿਤਾਬ ਆਉਂਦੀ ਹੈ ਤਾਂ ਅਸੀਂ ਅਕਸਰ ਕਹਿੰਦੇ ਹਾਂ ਵੀ ਫਲਾਨਿਆਂ ਤੂੰ ਪੜ੍ਹੀ ਉਹ ਕਿਤਾਬ, ਇੱਕ ਗਜ਼ਲ ਸੰਗ੍ਰਹਿ ਆਇਆ, ਕਿਸੇ ਦੀ ਕਵਿਤਾਵਾਂ ਦੀ ਕਿਤਾਬ ਆਈ ਹੈ। ਤੁਹਾਡੀ ਕਿਤਾਬ ਨੂੰ ਕਿਸ ਤਰ੍ਹਾਂ ਕਹਿ ਕੇ ਮਤਲਬ ਪ੍ਰਸਿੱਧੀ ਮਿਲੀ ਹੈ ਜਾਂ ਕਿੱਦਾਂ ਕਹਿ ਕੇ ਬੁਲਾਇਆ ਜਾਂਦਾ, ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ? ਤੁਸੀਂ ਉਹਨੂੰ ਇੱਕ ਵਿਧਾ 'ਚ ਕਿਹੜੀ 'ਚ ਸਮਿਟਣਾ ਚਾਹੋਗੇ ਕਿ ਮੇਰੀ ਇਹ ਕਿਤਾਬ ਆਈ ਹੈ ਅਤੇ ਇਸ ਚੀਜ਼ ਦੀ ਕਿਤਾਬ ਆ? ਮੇਰੇ ਖਿਆਲ 'ਚ ਜਿਹੜੀ ਕਵਿਤਾ ਔਰ ਵਾਰਤਕ ਮੇਰੇ ਵਾਸਤੇ, ਬਾਕੀਆਂ ਵਾਸਤੇ ਮੈਨੂੰ ਪਤਾ ਨਹੀਂ, ਮੈਨੂੰ ਕਿ ਬਹੁਤਾ ਇਹਦੇ ਵਿੱਚ ਨਾ ਨਹੀਂ ਲੱਗਦਾ ਕਿ ਮੈਂ ਕਵਿਤਾ ਤੋਂ ਜਦੋਂ ਵਾਰਤਕ 'ਚ ਜਾਣਾ ਤਾਂ ਮੈਨੂੰ ਖਾਸ ਕੋਈ ਤਰਦਤ ਕਰਨਾ ਪੈਂਦਾ, ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ, ਮਤਲਬ ਮੈਨੂੰ ਆਰਾਮਦਾਇਕ ਹੀ ਹਾਂ ਮੈਂ ਕਿ ਮੈਂ ਵਾਰਤਕ, ਮੈਂ ਤਾਂ ਮੈਂ ਇਹ ਮੰਨਦਾ ਹੁੰਦਾ ਕਿ ਮੈਂ ਕਵੀ ਵੀ ਬਹੁਤਾ ਕਹਾਉਣਾ ਪਸੰਦ ਨਹੀਂ ਕਰਦਾ ਹੁੰਦਾ ਕਿ ਮੈਂ ਲਿਖਣ ਵਾਲਾ ਬੰਦਾ, ਅਤੇ ਉਹ ਮੂਡ ਮੁਤਾਬਕ, ਉਹ ਕਦੇ ਜਿੱਦਾਂ ਦਾ ਮੂਡ ਹੁੰਦਾ ਉਹ, ਕਈ ਵਾਰੀ ਪੋਇਟਰੀ 'ਚ ਉਹ ਗੱਲ ਸੋਹਣੀ ਆ ਜਾਂਦੀ ਹੈ, ਕਈ ਵਾਰੀ ਉਹ ਵਾਰਤਕ 'ਚ ਆ ਜਾਂਦੀ ਆ, ਜਾਂ ਅਸੀਂ ਗੀਤ ਕਰਦੇ ਹਾਂ, ਮੈਨੂੰ ਗੀਤਾਂ ਦਾ ਬੜਾ ਚਾਅ ਹੈ, ਅਤੇ ਕਈ ਵਾਰੀ ਉਹ ਗੱਲ ਗੀਤ 'ਚ ਬੜੀ ਸੋਹਣੀ ਤਰੀਕੇ ਨਾਲ ਵੱਜਦੀ ਹੈ। ਸੋ ਇਹ ਕੋਈ ਮੈਨੂੰ ਬਹੁਤਾ ਖਾਸ ਮੁੱਦਾ ਨਹੀਂ ਮੰਨਦਾ ਕਿ ਉਹ ਵਾਰਤਕ ਆ ਜਾਂ ਕਵਿਤਾ। ਪਹਿਲਾਂ ਵੈਸੇ ਇਹ ਕਵਿਤਾ ਸੰਗ੍ਰਹਿ ਸੀ, ਜਦੋਂ ਅਸੀਂ ਸਾਰਾ ਕੁਛ ਪਲਾਨ ਕਰ ਲਿਆ, ਮਤਲਬ ਛਾਪਣ ਛਪਾਈ ਦੇ ਨੇੜੇ ਪਹੁੰਚ ਗਏ, ਕੁਦਰਤੀ ਪਤਾ ਨਹੀਂ ਉਹ ਕੀ, ਉਦੋਂ ਫਿਰ ਮੈਨੂੰ ਵਾਰਤਕ, ਅਸੀਂ ਸੋਚਿਆ ਕਿ ਵਾਰਤਕ ਵੀ ਕਿਉਂ ਨਾ ਵਿੱਚ ਸ਼ਾਮਿਲ ਕਰ ਦਈਏ, ਕਿਉਂਕਿ ਵਾਰਤਕ ਮੇਰੇ ਕੋਲ ਪਏ ਸੀ ਕਾਫੀ ਕੁਛ ਗੱਲਾਂ, ਬਾਕੀ ਕੁਛ ਗੱਲਾਂ ਮੈਂ ਸੁਚੇਤ ਹੋ ਕੇ ਕੀਤੀਆਂ ਨੇ। ਇੱਕ ਤਾਂ ਵੈਸੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਲਿਖਣਾ ਪੜ੍ਹਨ ਦਾ ਜਿਹੜਾ ਸਾਰਾ ਇਹ ਪੱਧਰ ਆ, ਇਹ ਇੱਕ ਬੜਾ ਅਚੇਤ ਮਨ ਦੀਆਂ ਪਰਤਾਂ, ਹੈ ਨਾ, ਆਪਾਂ ਸੋਚਦੇ ਹਾਂ ਜਦੋਂ ਕਿਆਮਤ ਹੁੰਦੀ ਆ ਜਾਂ ਇੱਦਾਂ ਦੀ ਕੋਈ ਗੱਲ, ਪਰ ਮੇਰੇ ਨਾਲ ਕਈ ਵਾਰੀ ਮੈਂ ਇਹ ਹੋਇਆ ਕਿ ਮੈਂ, ਕਿਉਂਕਿ ਇੱਕ ਜ਼ਿੰਮੇਵਾਰੀ ਵੀ ਫੀਲ ਕਰਦਾ ਇਹਨੂੰ, ਕਿਉਂਕਿ ਕੁਛ ਇਹਦੇ ਵਿੱਚ ਟੋਪਿਕ ਸੀਗੇ ਜਿਵੇਂ ਹਿਊਮਨ ਬੋਡੀ 'ਤੇ, ਇੱਕ ਪਾਣੀ 'ਤੇ ਸੀ, ਇੱਕ ਹਾਂਜੀ ਜੰਗਲੀਆਂ ਕਬੂਤਰੀਆਂ, ਅਤੇ ਕੁਛ ਗੱਲਾਂ ਹੋਰ ਸੀਗੀਆਂ ਗੁਰੂ ਗੋਬਿੰਦ ਸਾਹਿਬ ਬਾਰੇ ਸੀ, ਉਹ ਮੈਂ ਸੁਚੇਤ ਹੋ ਕੇ ਲਿਖੇ ਨੇ ਕਿ ਵਾਕਈ ਹੀ ਮੇਰਾ ਕੰਮ ਹੈ ਇਹ, ਮੈਂ ਲਿਖਣਾ, ਔਰ ਮੇਰਾ ਉਸ ਪਾਸੇ ਝੁਕਾਅ ਵੀ ਹੈਗਾ ਸੀ, ਕਿਉਂਕਿ ਉਹਨਾਂ ਗੱਲਾਂ ਦੀ ਗੱਲ ਕਰਨਾ ਮੈਨੂੰ ਉਸ ਟਾਈਮ 'ਤੇ ਲੱਗਦਾ ਸੀ ਕਿ ਜ਼ਰੂਰੀ ਆ, ਕਿਉਂਕਿ ਹੁਣ ਮੈਂ ਦੇਖਦਾ ਵੀ ਹਾਂ ਤਾਂ ਉਹਦਾ ਫਲ ਵੀ ਮੈਨੂੰ ਮਿਲ ਰਿਹਾ ਕਿ ਉਹ ਪਾਣੀ ਵਾਲਾ ਇੱਕ ਆਰਟੀਕਲ ਸੀ, ਉਹ ਕਿੰਨੇ ਬੰਦਿਆਂ ਦੇ ਫੋਨ ਆਏ ਕਿ ਅਸੀਂ ਪਾਣੀ ਡੋਲਣੀ ਘੱਟ ਲੱਗ ਗਈ, ਮਤਲਬ ਅਸੀਂ ਗਾਰ ਸਾਫ਼ ਕਰਦੇ ਹਾਂ, ਕੁਛ ਨਹਾਉਣੇ ਹਾਂ, ਹੱਥ ਧੋਣੇ ਹਾਂ, ਤਾਂ ਸਾਨੂੰ ਐਂ ਲੱਗਣ ਲੱਗ ਗਿਆ ਤਾਂ ਬੜੀ ਕਮਾਲ ਦੀ ਚੀਜ਼ ਆ ਪਾਣੀ ਦਾ, ਪਹਿਲਾਂ ਅਸੀਂ ਅਜਾਈ, ਮਤਲਬ ਉਹਨੂੰ ਅਜਾਈ ਗਵਾ ਦਿੰਦੇ ਸਾਰੀ ਚੀਜ਼ ਨੂੰ। ਸੋ ਤਾਂ ਕਰਕੇ ਇਹਨਾਂ ਗੱਲਾਂ ਦਾ ਇੱਕ ਰੋਲ ਤਾਂ ਰਹਿੰਦਾ ਹੀ ਆ ਕਿਤੇ ਨਾ ਕਿਤੇ, ਸਾਰੀਆਂ ਚੀਜ਼ਾਂ ਦਾ।
ਤੁਹਾਡੀ ਨਜ਼ਰ ਦੇ ਵਿੱਚ ਕਵਿਤਾ ਕੀ ਹੈ? ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਕਵਿਤਾ ਨੂੰ ਕਿਸ ਤਰ੍ਹਾਂ ਸਮਝਦੇ? ਪਹਿਲਾਂ ਗੱਲ ਕੀਤੀ ਸੀ ਲਿਵਿੰਗ, ਹੈ ਨਾ, ਕਿ ਜਾਂ ਐਕਟੀਵਿਟੀ ਦੀ, ਮੈਂ ਕਹਿਣਾ ਨਾ ਕਿ ਪੋਇਟਰੀ ਐਕਟੀਵਿਟੀ ਹੈ ਤੁਹਾਡੀ, ਤੁਸੀਂ ਤੁਹਾਡਾ ਵੇ ਆਫ ਲਿਵਿੰਗ ਆ, ਤੁਸੀਂ ਰਹਿੰਦੇ ਸਹਿੰਦੇ ਕਿੱਦਾਂ ਹੋ, ਤੁਸੀਂ ਗੱਲਬਾਤ ਦੇ ਤਰੀਕੇ ਸਲੀਕੇ ਤੁਹਾਡੇ ਕਿੱਦਾਂ ਨੇ, ਹੈ ਨਾ, ਤੁਸੀਂ ਉੱਠਦੇ ਬਹਿੰਦੇ ਕਿੱਦਾਂ, ਤੁਰਦੇ ਕਿੱਦਾਂ, ਉਹ ਤੁਰਨਾ ਉੱਠਣ ਫਿਰਨ 'ਚ ਕਿੰਨੀ ਕੁ ਰਿਚਨੈਸ ਆ, ਕਿੰਨੀ ਕੁ ਪਕਿਆਈ ਆ, ਕਿਉਂਕਿ ਜਿਹੜੀ ਆਹ ਆਪਾਂ ਰਾਣੀਤਾ ਦੀ ਗੱਲ ਆ ਜਾਂ ਵੈਸੇ ਜੋ ਵੀ ਕਿਤਾਬਾਂ ਨੇ, ਇਹਨਾਂ ਨੂੰ ਮੈਂ ਸੈਕੰਡਰੀ ਮੰਨਦਾ। ਜਿਹੜੇ ਆ ਲਿਖਿਆ ਹੋਇਆ ਮਟੀਰੀਅਲ ਆ ਨਾ, ਇਹ ਬਾਅਦ 'ਚ ਆ, ਪਹਿਲਾਂ ਤੁਸੀਂ ਹੈ ਕਿੱਦਾਂ ਦੇ ਹੋ, ਤੁਸੀਂ ਵਾਕਈ ਪਹਿਲਾਂ ਤੁਸੀਂ ਕਿਉਂਕਿ ਤੁਹਾਡੇ ਹੱਡ ਪੈਰ ਤੁਹਾਡੇ ਪਹਿਲੇ ਛੰਦ ਨੇ, ਹੈ ਨਾ, ਤੁਹਾਡਾ ਬੋਡੀ, ਤੁਹਾਡਾ ਮਨ, ਤੁਹਾਡੀ ਜਿਹੜੀ ਕੌਨਸ਼ੀਅਸਨੈਸ ਆ, ਸਾਰਾ ਕੁਛ ਜਿਹੜਾ ਹੈਗਾ ਆਪਣਾ, ਅਸਲੀ ਪੋਇਟਰੀ ਇਹ ਆ, ਇਹਨੂੰ ਤੁਸੀਂ ਤਰਾਸ਼ਣਾ ਪਹਿਲਾਂ। ਉਹ ਚੀਜ਼ਾਂ ਸਾਡੇ ਸ਼ੌਂਕ ਨਾਲ ਜੁੜ ਕੇ ਉਹਨੂੰ ਬਾਹਰੀ ਰੂਪ ਮਿਲ ਜਾਂਦਾ, ਪਰ ਜਿਹੜਾ ਅੰਦਰੂਨੀ ਤੁਹਾਡਾ ਕਾਰ ਵਿਹਾਰ ਆ ਨਾ, ਇਹ ਬੜੀ ਵੱਡੀ ਗੱਲ ਆ ਮੇਰੇ ਹਿਸਾਬ ਨਾਲ। ਪੋਇਟਰੀ ਤੁਹਾਡੀ ਤੁਹਾਡੀਆਂ ਨਿੱਕੀਆਂ ਨਿੱਕੀਆਂ ਐਕਟੀਵਿਟੀਜ਼ ਨੇ, ਤੁਹਾਡੀ ਲਿਵਿੰਗ ਆ, ਤੁਹਾਡਾ ਜ਼ਿੰਦਗੀ ਆ ਤੁਹਾਡੀ, ਤੁਸੀਂ ਜ਼ਿੰਦਗੀ ਨੂੰ ਕਿੱਦਾਂ ਬਤੀਤ ਕਰ ਰਹੇ ਹੋ ਨਾ, ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨਾਲ, ਪਰਿਵਾਰ ਨਾਲ ਤੁਹਾਡੇ ਸੰਬੰਧ ਕਿੱਦਾਂ ਦੇ ਨੇ। ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਸੰਬੰਧ ਤਾਂ ਬੜੇ ਕੌੜੇ ਹੁੰਦੇ ਆ, ਪੋਇਟਰੀ 'ਚ ਤੁਸੀਂ ਅਸੀਂ ਬੜਾ ਕੁਛ ਕਹਿ ਜਾਂਦੇ ਹਾਂ। ਸੋ ਤਾਲਮੇਲ ਹੋਣਾ ਵੀ ਜ਼ਰੂਰੀ ਆ, ਕਿਤੇ ਨਾ ਕਿਤੇ ਜ਼ਰੂਰੀ ਕਿ ਉਹ ਬਣ ਹੀ ਜਾਂਦਾ, ਜੇ ਤੁਸੀਂ ਵਾਕਈ ਹੀ ਇਮਾਨਦਾਰ ਹੋ ਤਾਂ ਉਹ ਤਾਲਮੇਲ ਆਪਣੇ ਆਪ ਹੀ ਬਹਿ ਜਾਂਦਾ, ਉਹਦੇ ਵਾਸਤੇ ਕੋਈ ਅਲੱਗ ਚੀਜ਼ ਨਹੀਂ ਕਰਨੀ ਪੈਂਦੀ ਫਿਰ। ਸੋ ਪੋਇਟਰੀ ਮੇਰੇ ਵਾਸਤੇ ਬੜੀ ਹੀ ਆਰਾਮਦਾਇਕ, ਬੜੀ ਨੋਰਮਲ, ਬੜਾ ਇੱਕ ਅੱਜ ਦੀ ਇਸ ਘੜੀ ਦਾ ਪਲ ਹੈ। ਸਾਡਾ ਆਲਾ ਦੁਆਲਾ ਵੀ ਆ, ਸਾਡਾ ਆਪਣਾ ਆਪਾ ਵੀ ਆ, ਕਿਉਂਕਿ ਆਲਾ ਦੁਆਲਾ ਵੀ ਆਪਣੇ ਆਪ ਦੀ ਹੀ ਇੱਕ ਐਕਸਟੈਂਸ਼ਨ ਹੈ। ਜਿਹੜਾ ਸੋਸ਼ਲ ਸਟਰਕਚਰ ਆ, ਜਿਹੜੀ ਕਲਚਰਲ ਜਿਹੜੀ ਵੈਲਿਊਜ਼ ਨੇ, ਉਹ ਸਾਡੀਆਂ ਅੰਦਰ ਦੀਆਂ ਹੀ ਇੱਕ ਪ੍ਰੋਜੈਕਸ਼ਨ ਜੀ ਹੈ ਬਾਹਰ। ਸੋ ਮੇਰੇ ਹਿਸਾਬ ਨਾਲ ਇਹੀ ਮੇਰੇ ਖਿਆਲ 'ਚ ਠੀਕ ਜਵਾਬ ਰਹੂਗਾ। ਕਵਿਤਾ ਬਾਰੇ ਜਿੱਦਾਂ ਤੁਸੀਂ ਗੱਲ ਕੀਤੀ, ਬਹੁਤ ਸਾਰਾ ਸਾਹਿਤ ਸਾਡੀਆਂ ਨਜ਼ਰਾਂ ਤੋਂ ਲੰਘਿਆ ਆ, ਪਾਠਕ ਪੜ੍ਹਨ ਵਾਲੇ ਨੇ, ਸਰੋਤੇ ਸੁਣਨ ਵਾਲੇ ਨੇ, ਜਿੱਦਾਂ ਤੁਸੀਂ ਦੱਸਿਆ ਗੀਤ ਵੀ ਲਿਖਦਾ ਮੈਂ, ਤਾਂ ਤੁਹਾਡੀ ਜਿਹੜੀ ਲਿਖਣ ਸ਼ੈਲੀ ਹੈ ਉਹ ਦੂਜਿਆਂ ਨਾਲੋਂ ਥੋੜ੍ਹੀ ਵਿਲੱਖਣ ਹੈ, ਇਹਦੇ ਪਿੱਛੇ ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਕਿਹੜੀ ਚੀਜ਼ ਲੁਕੀ ਹੈ, ਕਿਹੜੀ ਚੀਜ਼ ਉਹਦੇ ਪਿੱਛੇ ਤੁਸੀਂ ਰੱਖੀ ਹੈ, ਕਿੱਥੋਂ ਤੁਸੀਂ ਇਹ ਸ਼ਬਦ ਜਿਹੜੇ ਆ ਉਹ ਗ੍ਰਹਿਣ ਕੀਤੇ, ਕਿੱਦਾਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਸ਼ਬਦ ਆਉਂਦੇ ਨੇ, ਕਿੱਥੋਂ ਸਿੱਖਦੇ ਹੋ ਤੁਸੀਂ ਇਹਦੇ ਬਾਰੇ, ਇਸ ਵਿਲੱਖਣ ਲਿਖਣ ਸ਼ੈਲੀ ਬਾਰੇ ਥੋੜ੍ਹਾ ਜਿਹਾ ਦੱਸੋ। ਸ਼ਬਦਾਂ ਨਾਲ ਜਦੋਂ ਤੁਹਾਡੀ ਤੁਹਾਡਾ ਅੰਦਰਲਾ ਜੁੜਿਆ ਹੋਵੇ ਨਾ ਕਿਸੇ ਚੀਜ਼ ਨਾਲ, ਫਿਰ ਉਹ ਤੁਹਾਡੇ ਕੋਲ ਆਪਣੇ ਆਪ ਟੱਕਰਦੇ ਆ ਤੁਹਾਨੂੰ, ਆ ਕੇ ਮਤਲਬ ਲੱਭਣੇ ਨਹੀਂ ਪੈਂਦੇ, ਟੱਕਰਦੇ ਆ ਵੀ ਆਪ ਆਉਂਦੇ ਨੇ ਸਾਹਮਣੇ ਤੁਹਾਨੂੰ, ਤੁਹਾਡੀ ਰੂਟੀਨ 'ਚ ਤੁਹਾਨੂੰ ਮਿਲਦੇ ਆ, ਫਿਰ ਤੁਹਾਨੂੰ ਸੱਥ 'ਚੋਂ ਹੋਕਾ ਦੇਣ ਵਾਲਿਆਂ 'ਚੋਂ ਵੀ, ਫਿਰ ਤੁਸੀਂ ਉੱਥੋਂ ਵੀ ਸਿੱਖ ਲੈਂਦੇ ਹੋ ਜੇ ਸਿੱਖਣਾ ਹੀ ਹੋਵੇ ਤੁਸੀਂ। ਸੋ ਮੈਨੂੰ ਇੱਕ ਤਾਂ ਆਪਣਾ ਮਾਹੌਲ ਪਿੰਡ 'ਚ ਜੰਮੇ ਪਲੇ, ਫਿਰ ਵੀ ਪਿੰਡਾਂ ਦਾ ਅਸਰ ਹੈਗਾ ਹੀ ਆ, ਕਿਉਂਕਿ ਹਜੇ ਸਾਡੇ ਕੋਲ ਟਕਸਾਲੀ ਉਸ ਤਰ੍ਹਾਂ ਦੇ ਅਣਘੜ ਸ਼ਬਦ ਹੈਗੇ ਨੇ, ਅਸੀਂ ਬਹੁਤੇ ਲਿਪੇ ਪੋਚੇ ਲੋਕ ਨਹੀਂ ਹਜੇ ਵੀ, ਹੈ ਨਾ, ਅਤੇ ਸਾਡੇ ਕੋਲ ਉਹ ਵਾਈਲਡ ਜੀ ਜਿਹੜੀ ਇੱਕ ਚੀਜ਼ ਹੈਗੀ ਆ ਹਜੇ ਪਈ ਆ। ਸੋ ਮੈਨੂੰ ਇੱਥੋਂ ਹੀ ਮਿਲਿਆ ਬੜਾ ਕੁਛ, ਤਾਂ ਬਾਕੀ ਕਿਉਂਕਿ ਸ਼ੌਂਕ ਸੀ, ਲਿਖਣ ਪੜ੍ਹਨ ਦਾ ਜਨੂੰਨ ਸੀ, ਤਾਂ ਉਹ ਕਿਤਾਬਾਂ ਤੋਂ ਜਾਂ ਕੁਛ ਵੀ ਪੜ੍ਹਿਆ ਉਹਨਾਂ ਤੋਂ ਮਿਲਿਆ। ਬਾਕੀ ਤੁਸੀਂ ਸਿੱਖ ਲੈਂਦੇ ਹੁੰਦੇ ਹੋ ਇਹ ਕੋਈ, ਬਾਕੀ ਮੈਂ ਇਹ ਵੀ ਮੰਨਦਾ ਕਿ ਇਹਦੇ ਵਿੱਚ ਵੀ ਉਹਨਾਂ ਲੋਕਾਂ ਦਾ ਹੱਥ ਆ ਜਿਨ੍ਹਾਂ ਨੇ ਸ਼ਬਦ ਘੜੇ ਨੇ, ਅਸੀਂ ਤਾਂ ਵਰਤ ਲਏ ਨਾ। ਬੇਸ਼ੱਕ ਮੈਂ ਇਹ ਵੀ ਮੰਨਦਾ ਕਿ ਇੱਕ ਲੇਖਕ ਦਾ ਇੱਕ ਫਰਜ਼ ਆ ਕਿ ਉਹ ਨਵੇਂ ਸ਼ਬਦਾਂ ਨੂੰ ਘੜੇ, ਬੇਸ਼ੱਕ ਉਹ ਸਾਡੇ ਬਾਬੇ ਰਹੇ ਆ, ਬੇਸ਼ੱਕ ਸਾਡੇ ਉਹ ਵੱਡੇ ਕਲਾਕਾਰ ਲੋਕ ਰਹੇ ਨੇ, ਲੇਖਕ ਲੋਕ ਰਹੇ ਨੇ, ਉਹਨਾਂ ਨੇ ਇਹ ਚੀਜ਼ ਕੀਤੀ ਆ, ਬੇਸ਼ੱਕ ਉਹ ਬਾਹਰ ਦੇ ਸੀਗੇ ਜੀ, ਬੇਸ਼ੱਕ ਆਪਣੇ ਸੀ। ਸੋ ਮੇਰਾ ਵੀ ਕਦੇ ਕਦੇ ਹੁੰਦਾ ਕਿ ਮੈਂ ਇਹ ਕੁਛ ਨਵੇਂ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਜੋੜ ਬਣਾ ਦਾਂ, ਕੁਛ ਨਵਾਂ ਕੁਛ ਕਰਦਾ ਰਹਾਂ, ਜੇ ਵਿਸ਼ਾ ਪੁਰਾਣਾ ਤਾਂ ਮੇਰੇ ਸ਼ਬਦ ਨਵੇਂ ਹੋਣ, ਜੇ ਸ਼ਬਦ ਨਵੇਂ ਆ ਤਾਂ ਸ਼ਬਦ ਪੁਰਾਣਿਆਂ ਦਾ ਵਿਸ਼ਾ ਨਵਾਂ ਹੋਵੇ, ਕੁਛ ਚੀਜ਼ ਤਾਂ ਮੇਰੇ ਕੋਲ ਨਵੀਂ ਹੋਵੇ ਹੋਵੇ, ਯੂਨੀਕਨੈਸ ਆ ਜਿਹੜੀ ਹੈਗੀ ਆ, ਤਾਂ ਹੀ ਉਹ ਤੁਹਾਡੀ ਮਕਬੂਲੀਅਤ ਦਾ ਕਾਰਨ ਬਣਦੀ ਆ। ਜੇ ਮੈਂ ਉਹੀ ਪੈਟਰਨਾਂ 'ਤੇ ਉਹੀ ਤਰਤੀਬਾਂ 'ਤੇ ਕੰਮ ਕਰਨ ਲੱਗ ਜੂੰਗਾ, ਫਿਰ ਉਹ ਤਾਂ ਆਲਰੇਡੀ ਸਾਰੇ ਹੈਗੇ ਆ ਕਿਤੇ, ਹੈ ਨਾ। ਸੋ ਸ਼ਬਦ ਮੈਨੂੰ ਮਿਲ ਜਾਂਦੇ ਨੇ ਜੀ ਆਰਾਮ ਨਾਲ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਮੈਂ ਆਪਣੀ ਕਿਤਾਬ ਪਬਲਿਸ਼ ਹੋਣ ਤੋਂ ਪਹਿਲਾਂ, ਛਪਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਨਾਲ ਜੁੜ ਗਿਆ ਸੀ, ਤਾਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੱਸਿਆ ਕਿ ਮੈਨੂੰ ਪੜ੍ਹਨ ਵਾਲੇ ਵੀ ਜ਼ਿਆਦਾ ਲੱਗਦਾ ਹੈ ਕਿ ਟੀਨੇਜਰ ਨੇ, ਅਤੇ ਉਹਨਾਂ ਨੇ ਤੁਹਾਨੂੰ ਉੱਥੋਂ ਜ਼ਿਆਦਾ ਫੇਮਸ ਕੀਤਾ ਇਸ ਕਿਤਾਬ ਨੂੰ ਲੈ ਕੇ। ਤੁਸੀਂ ਕੀ ਸੋਚਦੇ ਹੋ ਕਿ ਉਸ ਕਿਤਾਬ ਦੇ ਵਿੱਚ ਕੁਝ ਲਾਈਨਾਂ ਨੇ ਜਿਹੜੀਆਂ ਅੱਜ ਕੱਲ੍ਹ ਬੱਚੇ ਜਾਂ ਟੀਨੇਜਰ ਨੌਜਵਾਨ ਜਿਹੜੇ ਨੇ ਉਹ
ਹਾਈਕੂ ਦੇ ਤੌਰ ਤੇ ਵਰਤਦੇ ਨੇ, ਜਿਵੇਂ ਕੋਈ ਵੀ ਵਟਸਐਪ ਤੇ ਸਟੇਟਸ ਪਾ ਲਿਆ, ਇੰਸਟਾਗ੍ਰਾਮ ਤੇ ਪਾ ਲਿਆ ਜਾਂ ਫੇਸਬੁੱਕ ਤੇ ਪਾ ਲਿਆ। ਤੁਸੀਂ ਕੁਝ ਇਸ ਤਰ੍ਹਾਂ ਸੋਚ ਕੇ ਲਿਖਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਟ੍ਰੈਂਡ ਚੱਲਦਾ ਪਿਆ, ਤੇ ਮੈਂ ਕੁਝ ਇਸ ਤਰ੍ਹਾਂ ਦੀਆਂ ਲਾਈਨਾਂ ਵਿੱਚ ਥੋੜੀਆਂ ਜਿਹੀਆਂ ਧਿਆਨ 'ਚ ਰੱਖਾਂ ਆਪਣੀ ਕਿਤਾਬ ਲਿਖਣ ਵੇਲੇ, ਇਹਦੇ ਬਾਰੇ ਥੋੜਾ ਜਿਹਾ ਦੱਸੋ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਮਤਲਬ ਮੈਂ ਟੈਕਨੀਕਲ, ਵੈਸੇ ਵੀ ਟੈਕਨੀਕ ਉਹਦੇ ਵਿੱਚ ਬਹੁਤ ਤੁਹਾਨੂੰ ਘੱਟ ਮਿਲੂਗੀ, ਮੰਨਦਾ ਮੈਂ ਚੰਗਾ ਉਸ ਚੀਜ਼ ਨੂੰ, ਮੈਂ ਬੈਲੈਂਸ ਨੂੰ ਚੰਗਾ ਮੰਨਦਾ ਕਿ ਟੈਕਨੀਕ ਦਾ ਔਰ ਸਾਡੇ ਜਿਹੜੀ ਪਿਛੋਕੜ ਕਹਿ ਲਓ ਜਾਂ ਸਾਡਾ ਸੱਭਿਆਚਾਰ ਕਹਿ ਲਓ ਜਿਹੜਾ ਪੁਰਾਣਾ ਚੱਲੀ ਜਾਂਦਾ, ਕਿਉਂਕਿ ਸੱਭਿਆਚਾਰ ਵੀ ਬਦਲਦੀ ਹੋਈ ਚੀਜ਼ ਆ, ਇੱਕ ਵਰਬ ਆ, ਆਪਾਂ ਉਹਨੂੰ ਨਾਊਨ ਮੰਨ ਲੈਂਦੇ ਹਾਂ। ਜਦੋਂ ਇਹਨੂੰ ਨਾਊਨ ਮੰਨ ਲਿਆ ਤਾਂ ਸਾਡੇ ਕੋਲ ਪ੍ਰੋਬਲਮ ਆ ਜਾਂਦੀ ਹੈ, ਅਸੀਂ ਫਿਰ ਕਹਿੰਦੇ ਹਾਂ ਕਿ ਉਹ ਚਰਖੇ ਕਿੱਧਰ ਗਏ, ਉਹ ਵਧਾਣੀਆਂ ਕਿੱਧਰ ਗਈਆਂ, ਪਰ ਇਹ ਚੀਜ਼ ਹੀ ਬਦਲਣ ਵਾਲੀ ਆ, ਇਹਦਾ ਤਾਂ ਮਤਲਬ ਹੀ, ਇਹਦੀ ਡੈਫੀਨੇਸ਼ਨ ਹੀ ਇਹ ਹੈ ਕਿ ਹੁਣ ਜੇ ਇਹਨੂੰ ਤੋੜ ਕੇ ਦੇਖੀਏ ਸੱਭਿਅਕ ਆਚਾਰ, ਤੁਹਾਡਾ ਆਚਾਰ ਕਿੱਦਾਂ ਦਾ, ਜਿੱਦਾਂ ਮੈਂ ਪੋਇਟਰੀ ਦੀ ਗੱਲ ਕੀਤੀ ਸੀ, ਤੁਹਾਡਾ ਆਚਾਰ ਮੇਨ ਆ, ਤੁਹਾਡੇ ਸਿਰਾਂ 'ਚ, ਤੁਹਾਡੀਆਂ ਦਿਮਾਗਾਂ 'ਚ, ਤੁਹਾਡੇ ਦਿਲਾਂ 'ਚ ਕਿੰਨੀ ਕੁ ਅਮੀਰੀ ਆ। ਸੱਭਿਆਚਾਰ ਇਹ ਆ, ਚੀਜ਼ਾਂ ਇਕੱਲੀਆਂ ਸੱਭਿਆਚਾਰ ਨਹੀਂ ਹੈਗੀਆਂ, ਸੱਭਿਆਚਾਰ ਦਾ ਅੰਗ ਨੇ, ਉਹ ਬਦਲਦੀਆਂ ਰਹਿੰਦੀਆਂ ਨੇ, ਪਰ ਠੀਕ ਹੈ, ਉਹ ਤੌਰ ਤਰੀਕਿਆਂ 'ਚ, ਨਵੇਂ ਵਹਾਅ 'ਚ, ਕਦੇ ਕੁਛ, ਕੱਲ੍ਹ ਨੂੰ ਇਹ ਚੀਜ਼ਾਂ ਵੀ ਪੁਰਾਣੀਆਂ ਹੋ ਜਾਣਗੀਆਂ। ਸੋ ਇੱਦਾਂ ਕੁਛ ਸੋਚ ਕੇ ਨਹੀਂ ਸੀ ਲਿਖਿਆ ਮੈਂ, ਪਰ ਮੈਂ ਕਈ ਵਾਰੀ ਹੈਰਾਨ ਹੁੰਦਾ ਹੁੰਦਾ ਕਿ ਅੱਜ ਦੇ ਇਸ ਤਰ੍ਹਾਂ ਦੇ ਯੁੱਗ ਦੇ ਡਿਜੀਟਲ ਟਾਈਪ ਸਾਰਾ ਕੁਛ ਹੈਗਾ ਤਾਂ ਲੋਕ ਜਾਂ ਮੁੰਡੇ ਆਹ ਲੈਣ ਪਸੰਦ ਕਰ ਰਹੇ ਨੇ। ਮਤਲਬ ਇਹ ਵੀ ਮੈਨੂੰ ਕਈ ਵਾਰੀ ਵੱਡੀ ਗੱਲ ਲੱਗਦੀ ਹੁੰਦੀ ਆ, ਜਾਂ ਹੁਣ ਕਈਆਂ ਦੀ ਮੈਨੂੰ ਫੋਟੋਆਂ ਭੇਜਦੇ ਨੇ ਕਿ ਆਪਣੇ ਮੋਟਰਸਾਈਕਲਾਂ 'ਤੇ ਜਾਂ ਆਪਣੀਆਂ ਟਰਾਲੀਆਂ 'ਤੇ ਲੋਕਾਂ ਨੇ ਲਿਖਾਇਆ ਹੁੰਦਾ ਪਿੱਛੇ ਰਾਣੀ ਤੱਤ ਜਾਂ ਉਹ 'ਚੋਂ ਲੈਣਾ ਕੋਈ। ਸੋ ਇਹ ਜ਼ਿਆਦਾ ਖੁਸ਼ੀ ਆ ਕਿਉਂਕਿ ਲੋਕਾਂ 'ਚ ਇਸ ਕਦਰ ਪਹੁੰਚ ਜਾਣਾ, ਇਹੀ ਠੀਕ ਆ, ਬਜਾਏ ਇਹਦੇ ਕਿ, ਕਿਉਂਕਿ ਜਿਹੜੀ ਮੈਨੂੰ ਰਾਣੀ ਤੱਤ ਤੋਂ ਪਹਿਲਾਂ ਇੱਕ ਚੀਜ਼ ਲੱਗਦੀ ਹੁੰਦੀ ਸੀ ਨਾ ਕਿ ਬੜਾ ਖੁਸ਼ਕੀ ਆ ਗਈ ਸਾਰੇ ਕਿਤੇ, ਜਿਹੜੇ ਸਾਡੇ ਕਵੀ ਦਰਬਾਰ ਨੇ, ਸਾਡੀਆਂ ਗੋਸ਼ਟੀਆਂ ਨੇ, ਉੱਥੇ ਤੁਸੀਂ ਇੱਕ ਕਵੀ ਇਕੱਠੇ ਹੋ ਜਾਂਦੇ ਨੇ, ਹੈ ਨਾ, ਉੱਥੇ ਕੋਈ ਆਮ ਲੋਕ ਵੀ ਨਹੀਂ ਹੁੰਦਾ, ਉਹ ਚਾਰ ਪੰਜ ਗੱਲਾਂ ਜਾਂ ਕਰਕੇ ਬੜੀਆਂ ਉੱਪਰੋਂ ਲੰਘ ਜਾਂਦੀਆਂ ਹੁੰਦੀਆਂ ਸਾਡੇ, ਉਹ ਔਖੀਆਂ ਔਖੀਆਂ, ਸੋ ਉਹ ਗੱਲ ਖਤਮ ਹੋ ਜਾਂਦੀ ਹੈ ਉੱਥੇ। ਸੋ ਮੇਰਾ ਰੁਝਾਨ ਰਿਹਾ ਨਹੀਂ ਉਸ ਪਾਸੇ ਪਹਿਲਾਂ ਤੋਂ ਹੀ, ਨਾ ਹੀ ਰਾਣੀ ਦਾਦਾ ਸੀ ਕੁਛ ਕੀਤਾ ਕਿ ਇਹਦੀ ਘੁੰਡ ਚੁਕਾਈ ਕਰੀਏ, ਇਹਦਾ ਕੁਛ ਹੋਰ ਕਰੀਏ, ਇੱਦਾਂ ਦਾ ਕੁਛ ਮੈਨੂੰ ਪਸੰਦ ਨਹੀਂ ਹੈਗਾ ਉਹ ਚੀਜ਼ਾਂ। ਸੋ ਤਾਂ ਕਰਕੇ ਬੜਾ ਇੱਕ ਸਪਸ਼ਟ ਜਿਹਾ ਤਰੀਕਾ ਰਿਹਾ ਸਾਰਾ, ਲੋਕਾਂ ਨੇ ਵੀ ਉਹਨੂੰ ਇਸ ਤਰੀਕੇ ਨਾਲ ਹੀ ਅਪਣਾਇਆ। ਹੁਣ ਕਈ ਭਰਾਵਾਂ ਦੇ ਫੋਨ ਆਏ ਵੀ ਉਹਨਾਂ ਨੇ ਆਪਣੀਆਂ ਭੈਣਾਂ ਨੂੰ ਸ਼ਗਨ 'ਚ ਦਿੱਤੀ ਕਿਤਾਬ, ਕਈ ਗੁਰੂ ਘਰਾਂ ਦੇ ਵਿੱਚ ਫ੍ਰੀ ਇਹਨਾਂ ਨੇ ਸਟਾਲਾਂ ਲਾ ਕੇ ਵੰਡੀ ਕਿਤਾਬ, ਹੈ ਨਾ, ਜਾਂ ਬੜੇ ਇਸ ਤਰੀਕੇ ਦੇ ਬੜੇ ਮੈਨੂੰ ਨਵੇਂ ਨਵੇਂ ਉਹ ਤਜਰਬੇ ਹੋਏ ਕਿ ਕਿਤਾਬ ਨੂੰ ਇੰਨਾ ਪਿਆਰ ਮਿਲਿਆ। ਸੋ ਇਹ ਸਾਰਾ ਕੁਛ, ਸਾਰਾ ਯੋਗਦਾਨ ਸਾਡੀ ਭਾਸ਼ਾ ਦਾ ਹੀ ਹੈ ਜੀ, ਕਿਉਂਕਿ ਮੈਂ ਭਾਸ਼ਾ ਨੂੰ ਇਸ ਤਰੀਕੇ ਨਾਲ ਵਰਤ ਲਿਆ, ਕਿਉਂ ਐਂ ਲੱਗਣ ਲੱਗਾ ਕਿ ਕੰਮ ਮੇਰਾ ਮੇਰਾ ਨਾਂ ਲੱਗ ਗਿਆ, ਮੇਰਾ ਨਾਂ ਲੱਗਿਆ ਹੋਇਆ, ਹੈ ਨਾ, ਅਤੇ ਕੰਮ ਕੋਈ ਹੋਰ ਹੀ ਕਰ ਰਿਹਾ। ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਗੀਤ ਲਿਖਣ ਦਾ ਬਹੁਤ ਸ਼ੌਂਕ ਹੈ, ਤੁਸੀਂ ਇਸ ਤੋਂ ਪਹਿਲਾਂ ਜਦੋਂ ਇਹ ਕਿਤਾਬ ਲਿਖੀ ਹੈ ਰਾਣੀ ਤੱਤ, ਇਸ ਤੋਂ ਪਹਿਲਾਂ ਕੀ ਲਿਖਿਆ ਆ ਕਿ ਸਿੱਧਾ ਕਿਤਾਬ ਵੱਲ ਹੀ ਤੁਸੀਂ ਆਪਣੇ ਆਪ ਨੂੰ ਕੰਸਨਟ੍ਰੇਟ ਕਰ ਲਿਆ ਸੀ? ਨਹੀਂ, ਕਿਤਾਬ ਤਾਂ ਬਹੁਤ ਪਿੱਛੋਂ ਆਈ ਜੀ, ਪਹਿਲਾਂ ਮੈਨੂੰ ਗੀਤਾਂ ਦਾ ਬੜਾ, ਮੈਨੂੰ ਕਹਿ ਲਓ ਕਿ 8ਵੀਂ 9ਵੀਂ 10ਵੀਂ ਦਾ ਜਿਹੜਾ ਉਹ ਮਾਹੌਲ ਸੀ, ਉਦੋਂ ਮੈਨੂੰ ਗੀਤਾਂ ਦਾ ਬੜਾ ਚਾਅ ਸੀ ਕਿ ਗੀਤ ਕਰਨੇ ਆ ਬਸ, ਮੈਂ ਬਾਲੀਵੁੱਡ 'ਚ ਕੰਮ ਕਰਨਾ, ਮੈਂ ਆਪਣੇ ਪੰਜਾਬੀ ਇੰਡਸਟਰੀ 'ਚ ਗੀਤ ਲਿਖਣੇ ਨੇ, ਪਰ ਉਦੋਂ ਮੌਕਾ ਨਹੀਂ ਸੀ ਮਿਲਦਾ ਕੋਈ ਕੋਈ ਖਾਸ, ਮੈਨੂੰ ਉਦੋਂ ਮੌਕਾ ਨਹੀਂ ਮਿਲਿਆ। ਅਤੇ ਫਿਰ ਕੀ ਹੋਇਆ ਕਿ ਮਾਹੌਲ ਇੱਦਾਂ ਦਾ ਬਣ ਗਿਆ, ਰਾਣੀ ਤੱਤ ਆ ਗਈ, ਪੋਇਟਰੀ 'ਚ ਆ ਗਿਆ, ਪਰ ਗੀਤ ਮੇਰਾ ਹਮੇਸ਼ਾ ਹੀ ਇੱਕ ਮੇਨ ਮੇਰਾ ਇੱਕ ਫੋਕਸ ਰਿਹਾ ਕਿ ਗੀਤ ਲਿਖਣੇ ਲਿਖਣੇ ਆ, ਕਿਉਂਕਿ ਗੀਤਾਂ ਨੂੰ ਮੈਂ ਕਿਤੇ ਨਾ ਕਿਤੇ ਜਾ ਕੇ ਵੱਡਾ ਮੰਨਦਾ, ਗੀਤਾਂ ਨੇ ਇੱਕਦਮ ਅਸਰ ਕਰਨਾ ਹੁੰਦਾ ਤੁਹਾਡੇ ਤੁਹਾਡੇ ਆਪੇ 'ਤੇ ਔਰ ਤੁਹਾਡੇ ਆਲੇ ਦੁਆਲੇ 'ਤੇ, ਹੈ ਨਾ, ਜਦੋਂ ਸੁਣਦੇ ਆ। ਕਿਤਾਬ ਦਾ ਕੀ ਹੈ, ਕਿਤਾਬ ਹੌਲੀ ਹੌਲੀ ਇੱਕ ਸਲੋ ਪ੍ਰੋਸੈਸ ਹੈ ਇਹਦਾ ਕਾਫੀ, ਅਤੇ ਕਿਤਾਬ ਪਈ ਆ, ਪੜ੍ਹਦਾ ਕੋਈ, ਉਹਨੂੰ ਦੇਖਦਾ, ਪਰਖਦਾ। ਗੀਤਾਂ ਨੇ ਇੱਕਦਮ ਤੁਹਾਨੂੰ ਸੁਣਨਾ, ਕੰਨਾਂ 'ਚ ਵੱਜਣਾ, ਤੁਹਾਡੀਆਂ ਬੱਸਾਂ ਕਾਰਾਂ 'ਚ ਤੁਸੀਂ ਇੱਕਦਮ ਸੁਣਦੇ ਹੋ। ਸੋ ਗੀਤ ਬੜਾ ਸੌਖਾ, ਸਪਸ਼ਟ, ਸਿੱਧਾ ਅਤੇ ਸੋਹਣਾ ਹੋਣਾ ਚਾਹੀਦਾ। ਤਾਂ ਉਹ ਮੌਕੇ ਮਿਲੇ, ਮੈਂ ਗੀਤ ਕੀਤੇ, ਕਿਉਂਕਿ ਕਿਤਾਬ ਤੋਂ ਬਾਅਦ ਕੁਛ ਇਸ ਤਰ੍ਹਾਂ ਦੇ ਸਬੱਬ ਬਣੇ, ਸਰਵਣ ਫਿਲਮ ਸੀ ਜਾਂ ਲਾਹੌਰੀਏ ਸੀ ਜਾਂ ਹੁਣ ਕੁਛ ਹੋਰ ਫਿਲਮਾਂ ਸੀਗੀਆਂ, ਉਹਨਾਂ 'ਚ ਗੀਤ ਕੀਤੇ, ਹੈ ਨਾ, ਜਾਂ ਅੱਗੇ ਵੀ ਕਰ ਰਹੇ ਹਾਂ। ਸੋ ਇਹਨੂੰ ਬੜੇ ਇਮਾਨਦਾਰੀ ਔਰ ਸਿੱਧਤ ਨਾਲ ਮੈਂ ਕਰਨਾ ਚਾਹੁੰਦਾ ਜੀ ਗੀਤਾਂ ਨੂੰ। ਕਿ ਕਿੰਨੇ ਗੀਤ ਤੁਸੀਂ ਹੁਣ ਤੱਕ ਫਿਲਮ ਇੰਡਸਟਰੀ ਦੇ ਵਿੱਚ ਦੇ ਚੁੱਕੇ ਹੋ, ਅਤੇ ਪਹਿਲਾ ਗੀਤ ਆਪਣੇ ਵੱਲੋਂ ਲਿਖ ਕੇ ਕਿਹੜਾ ਗੀਤ ਤੁਸੀਂ ਦਰਸ਼ਕਾਂ ਦੇ ਰੂਬਰੂ ਕੀਤਾ ਹੈ? ਫਿਲਮਾਂ ਤੋਂ ਪਹਿਲਾਂ ਕਈ ਗੀਤ ਆ ਗਏ ਸੀ, ਇੱਕ ਦੋ ਗੀਤ ਆਏ ਸੀ,
ਕੁੜੀਆਂ ਕੇਸ ਹੋਣਦੀਆਂ, ਉਹਨੂੰ ਬੜਾ ਮਕਬੂਲ ਹੋਇਆ ਸੀ, ਮਨਪ੍ਰੀਤ ਦੀ ਆਵਾਜ਼ 'ਚ ਆਇਆ ਸੀ ਗੀਤ, ਔਰ ਹਰ ਫਾਰਮਰ ਉਹਨਾਂ ਨੇ ਕੀਤਾ ਸੀ ਰਿਲੀਜ਼। ਅਤੇ ਇੱਕ ਦੋ ਗੀਤ ਹੋਰ ਸੀਗੇ ਪਰ ਉਹ ਪ੍ਰੋਪਰ ਕੋਈ ਉਹਨਾਂ ਨੂੰ ਪੱਧਰ ਨਹੀਂ ਸੀ ਮਿਲਿਆ। ਫਿਰ ਕੀ ਹੋਇਆ ਕਿ ਗੁਰਸ਼ਬਦ ਸਾਡੇ ਮਿੱਤਰ ਨੇ, ਗੁਰਸ਼ਬਦ ਬੜਾ ਸੋਹਣਾ ਗਾਉਂਦੇ ਨੇ, ਤਾਂ ਉਹਨਾਂ ਥਰੂ ਇੱਕ ਅਮਰਿੰਦਰ ਬਾਈ ਹੋਰਾਂ ਦੀ ਫਿਲਮ ਸੀ, ਅਮਰਿੰਦਰ ਗਿੱਲ ਹੋਰਾਂ ਦੀ, ਕਿ ਸਰਵਣ ਉਹਨਾਂ ਦਾ ਨਾਮ ਸੀ ਨਾ ਉਸ ਫਿਲਮ ਦਾ, ਸਰਵਣ ਦੇ ਵਿੱਚ ਇੱਕ ਸਿਚੁਏਸ਼ਨ ਸੀ ਕਿ ਇੱਕ ਮੁੰਡਾ ਬਾਹਰ ਗਿਆ ਹੁੰਦਾ, ਉਹਦੀ ਮੌਤ ਹੋ ਜਾਂਦੀ ਹੁੰਦੀ ਆ, ਅਤੇ ਇਹੀ ਸਿਚੁਏਸ਼ਨ 'ਤੇ ਗੁਰਸ਼ਬਦ ਦੇ ਭਰਾ ਦੀ ਰਿਐਲਿਟੀ 'ਚ ਡੈਥ ਹੋਈ ਹੁੰਦੀ ਹੈ ਵੈਸੇ, ਹੈ ਨਾ। ਸੋ ਲਿਖਿਆ ਮੈਂ ਗੁਰਸ਼ਬਦ ਦੇ ਭਰਾ ਵਾਸਤੇ ਸੀ ਗੀਤ ਤੋਂ ਪਹਿਲਾਂ, ਤਾਂ ਫਿਲਮ ਦੇ ਵਿੱਚ ਸੇਮ ਸਿਚੁਏਸ਼ਨ ਬਣ ਗਈ, ਫਿਲਮ ਦੇ ਵਿੱਚ ਵੀ ਉਹ ਕਿਸੇ ਕਰੈਕਟਰ ਦਾ ਭਰਾ ਦੀ ਮੌਤ ਹੋ ਜਾਂਦੀ ਹੁੰਦੀ ਹੈ। ਸੋ ਗੀਤ ਉੱਥੇ ਬੜਾ ਫਿੱਟ ਆ ਗਿਆ, ਉਹਦਾ ਗੀਤ ਦਾ ਨਾਮ ਸੀ ਰਾਜਿਆ, ਦਿਲਾਂ ਦਿਆ ਰਾਜਿਆ। ਫਿਰ ਕੀ ਹੋਇਆ ਕਿ ਉਹ ਗੀਤ ਬੜਾ ਵਧੀਆ ਰਿਹਾ, ਔਰ ਉਹ ਸਾਰੀ ਟੀਮ, ਅਮਰਿੰਦਰ ਭਾਅ ਜੀ ਸੀ ਔਰ ਸਾਰੇ ਅੰਬਰਦੀਪ ਭਾਅ ਜੀ ਸੀ, ਇਹ ਸਾਰੀ ਟੀਮ ਸੀ, ਉਹਨਾਂ ਨੇ ਫਿਰ ਲਾਹੌਰੀ 'ਚ ਮੌਕਾ ਦਿੱਤਾ, ਲਾਹੌਰੀ 'ਚ ਕੁਝ ਗੀਤ ਕੀਤੇ, ਪਾਣੀ ਰਾਵੀ ਦਾ ਸੀ, ਗੁੱਤ 'ਚ ਲਾਹੌਰ ਸੀ, ਅਤੇ ਮਿੱਟੀ ਦਾ ਪੁਤਲਾ ਗੀਤ ਸੀ ਉਹਦੇ ਵਿੱਚ ਇੱਕ। ਫਿਰ ਚੱਲੀ ਗਿਆ ਹੌਲੀ ਹੌਲੀ, ਫਿਰ ਨਿੱਕਾ ਜ਼ੈਲਦਾਰ ਫਿਲਮ ਆਈ ਸੀ 2, ਉਹਦੇ ਵਿੱਚ ਕਲੀ ਜੋਟਾ ਗੀਤ ਸੀ, ਤਾਂ ਫਿਰ ਹੁਣ ਲੇਟੈਸਟ ਟੱਪੇ ਕੀਤੇ ਆ ਅਸੀਂ, ਸਤਿ ਸ਼੍ਰੀ ਅਕਾਲ ਇੰਗਲੈਂਡ ਫਿਲਮ 'ਚ ਟੱਪੇ ਕੀਤੇ, ਬੜੇ ਵਧੀਆ ਉਹਦਾ ਰਿਸਪੋਂਸ ਰਿਹਾ। ਅਤੇ ਅੱਗੇ ਕੁਛ ਤਿਆਰ ਨੇ ਪ੍ਰੋਜੈਕਟ, ਲੌਂਗ ਰਾਚੀ ਫਿਲਮ ਦਾ ਸਾਰਾ ਤਿਆਰ ਆ, ਬਸ ਹਰਜੀਤਾ ਫਿਲਮ ਕਰ ਰਹੇ ਹਾਂ ਜੀ, ਉਹ 'ਚ ਗੀਤ ਕਰ ਰਹੇ ਹਾਂ, ਬਾਕੀ ਕਰੀ ਜਾਣਾ ਕੰਮ, ਨਾਲ ਦੀ ਨਾਲ ਸਾਰਾ ਕੁਛ ਤੁਰੀ ਜਾਂਦਾ। ਗੀਤ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਗੀਤ ਲਿਖਿਆ ਆ ਗੁੱਤ 'ਚ ਲਾਹੌਰ ਗੁੰਦਲਾ, ਲਾਹੌਰੀਏ ਮੂਵੀ ਦਾ, ਤੁਹਾਨੂੰ ਨਹੀਂ ਲੱਗਦਾ ਕਿ ਇਸ ਗੀਤ ਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਸੋਸਾਇਟੀ ਦੇ ਵਿੱਚ ਬਣਦੀ ਨਹੀਂ ਹੈ? ਮਤਲਬ ਜਿੱਦਾਂ ਕਹਿ ਦਈਏ ਕਿ ਹਾਈਪਰ ਰਿਐਲਿਟੀ ਦੀ ਗੱਲ ਹੈ, ਕੋਈ ਅਤ ਕਥਨੀ ਅਲੰਕਾਰ ਲਾ ਦਿੱਤਾ ਵੀ ਗੁੱਤ 'ਚ ਲਾਹੌਰ ਗੁੰਦਲਾ, ਇੱਦਾਂ ਹੋ ਸਕਦਾ? ਸਾਹਿਤ ਦੀ ਇਹੀ, ਗੀਤਾਂ ਦੀ ਔਰ ਸਾਹਿਤ ਦੀ ਔਰ ਐਂਟਰਟੇਨ ਇੰਡਸਟਰੀ ਦੀ ਇਹੀ ਇਹੀ ਤਾਂ ਖੂਬੀ ਹੁੰਦੀ ਆ ਕਿ ਉਹਨਾਂ ਨੇ ਤੁਹਾਨੂੰ ਉਹ ਚੀਜ਼ਾਂ ਵੀ ਦੇ ਦਿੰਦਾ। ਸਾਹਿਤ ਦਾ ਕੀ ਆ, ਇੱਕ ਹੁਣ ਆਮ ਕੋਈ ਕਿਤਾਬ ਆ, ਆਮ ਕੋਈ ਵੇ ਆ, ਇੱਕ ਸਾਹਿਤ ਹੈ ਨਾ, ਸਾਹਿਤ ਦੇ ਵਿੱਚ ਕੀ ਹੈ ਕਿ ਗੱਲ ਉਹੀ ਹੁੰਦੀ ਹੈ, ਥੋੜ੍ਹੀ ਜਿਹੀ ਰੌਚਕ ਤਰੀਕੇ ਨਾਲ, ਥੋੜ੍ਹੀਆਂ ਜਿਹੀਆਂ ਇਸ ਤਰੀਕੇ ਦੇ ਮਾਹੌਲ 'ਚ ਗੁੰਨੀ ਜਾਂਦੀ ਹੈ। ਬਾਕੀ ਜਦੋਂ ਗੁੱਤ 'ਚ ਲਾਹੌਰ ਕੀ ਸੀ, ਸਿਚੁਏਸ਼ਨ ਕੀ ਸੀ ਕਿ ਕੁੜੀ ਔਰ ਮੁੰਡੇ ਦਾ ਇੱਕ ਰੋਮਾਂਸ ਸੀ, ਹੈ ਨਾ, ਅਤੇ ਔਰ ਪਿਆਰ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਕੁਛ ਵੀ ਪੋਸੀਬਲ ਆ, ਤੁਹਾਡੀ ਤੁਸੀਂ ਰਿਐਲਿਟੀ, ਤੁਸੀਂ ਇਮੈਜੀਨੇਸ਼ਨ ਜਿਉਣ ਲੱਗ ਜਾਂਦੇ ਹੋ ਨਾ, ਤੁਸੀਂ ਦੇਖਦੇ ਹੋ, ਪਰਖਦੇ ਹੋ ਵੀ ਐਂ ਹੋ ਜੂ, ਐਂ ਹੋ ਜੂ। ਸੋ ਗੱਲਾਂ ਸੀਗੀਆਂ ਉਹ, ਬੜੀ ਗੀਤ ਦਾ ਜਿਹੜੀ ਸਾਰੀ ਗੀਤ ਦਾ ਇੰਜਣ ਹੁੰਦਾ ਉਹ ਟੇਕ ਲਾਈਨ ਹੁੰਦੀ ਹੈ ਉਹਦੀ, ਮੇਨ ਲਾਈਨ। ਸੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਮੇਰੇ ਵਾਸਤੇ ਜਿਹੜੀ ਉਹਦੀ ਖੂਬਸੂਰਤੀ ਆ ਨਾ, ਜਿਹੜੀ ਅੱਖਰਾਂ ਦੀ ਖੂਬਸੂਰਤੀ ਆ, ਸ਼ਬਦਾਂ ਦੀ ਖੂਬਸੂਰਤੀ ਆ, ਉਹ ਮੈਂ ਉਹਨੂੰ ਬੜਾ ਧਿਆਨ 'ਚ ਰੱਖਦਾ ਹੁੰਦਾ ਕਿ ਜੇ ਤੂੰ ਆਖੇ ਤਾਂ ਮੈਂ ਗੁੱਤ 'ਚ ਲਾਹੌਰ ਗੁੰਦਲਾਂ, ਇਹ ਚੀਜ਼ ਸਿੰਬੋਲਿਕ ਆ। ਉਹ ਕੁੜੀ ਇਹ ਕਹਿ ਰਹੀ ਆ, ਮਤਲਬ ਇਹ ਆ ਕਿ ਤੇਰੇ ਵਾਸਤੇ ਮੈਂ ਕੁਛ ਵੀ ਕਰ ਲੂੰ, ਈਵਨ ਕਿ ਮਤਲਬ ਗੁੱਤ 'ਚ ਲਾਹੌਰ ਵੀ ਗੁੰਦਣਾ ਪੈ ਜਾਵੇ ਮੈਂ ਉਹ ਵੀ ਗੁੰਦ ਲੂੰ। ਹਰ ਸਿੰਬੋਲਿਕ ਕਹਿਣ ਦਾ ਮਤਲਬ ਬੇਸਿਕਲੀ ਇਹ ਆ ਕਿ ਕੁਛ ਵੀ ਕਰ ਲੂੰ ਮੈਂ, ਹੈ ਨਾ। ਸੋ ਜਿੱਦਾਂ ਇਹਦੇ ਵਿੱਚ ਇੱਕ ਰਾਣੀ ਦੱਤ 'ਚ ਇੱਕ ਪੋਇਟਰੀ ਆ ਕਿ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਇਹ ਤਾਂ ਹੁਣ ਦੇਖੀਏ ਤਾਂ ਪਤਾ ਹੀ ਆ ਆਪਾਂ ਨੂੰ ਕਿ ਸੂਰਜ ਉੱਪਰ ਆ, ਕਣੀਆਂ ਥੱਲੇ ਆ, ਭਿੱਜੂ ਕਿਵੇਂ, ਇਹ ਤਾਂ ਪਤਾ ਹੀ ਆ। ਪਰ ਉੱਥੇ ਇਹ ਸੁੱਚੀ ਸਿੰਬੋਲਿਕ ਸੀ ਕਿ ਜਿਹੜੀ ਸੂਰਜ ਨੇ, ਜਿਹੜੇ ਦਗਦੇ ਹੋਏ ਬੰਦੇ ਨੇ, ਜਿਨ੍ਹਾਂ ਕੋਲ ਵਾਕਈ ਕੋਈ ਚੀਜ਼ ਆ, ਉਹ ਕਦੇ ਵੀ ਆ ਨਿੱਕੇ ਮੋਟੇ ਝਗੜਿਆਂ 'ਚ ਨਹੀਂ ਉਲਝਦੇ ਹੁੰਦੇ, ਉਹ ਨਿੱਕੇ ਮੋਟੀਆਂ ਲੋਕ ਇਹਨਾਂ ਦੀ ਜਿਹੜੀ ਗੱਲਾਂ ਦੀ ਪਰਵਾਹ ਨਹੀਂ ਕਰਦੇ। ਸੋ ਪੋਇਟਰੀ ਦੇ ਵਿੱਚ, ਗੀਤਾਂ 'ਚ, ਸਾਹਿਤ 'ਚ ਕੁਛ ਗੱਲਾਂ ਸਿੰਬੋਲਿਕ ਹੁੰਦੀਆਂ ਨੇ, ਹੈ ਨਾ। ਸੋ ਇਹ ਸਿੰਬੋਲਿਕ ਹੀ ਸੀ। ਸਾਹਿਤ ਦੀ ਗੱਲ ਕੀਤੀ ਹੈ ਤੁਸੀਂ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਹਾਡੀ ਜ਼ਿੰਦਗੀ ਵਿੱਚ ਸਾਹਿਤ ਦਾ ਕੀ ਯੋਗਦਾਨ ਹੈ, ਅਤੇ ਜਿਹੜਾ ਤੁਸੀਂ ਰਚਿਆ ਸਾਹਿਤ ਉਹਦੀ ਸਮਾਜ ਨੂੰ ਕੀ ਦੇਣ ਹੈ? ਯੋਗਦਾਨ ਬੜਾ ਜੀ, ਕਿਉਂਕਿ ਸਾਹਿਤ ਤੁਹਾਡੀਆਂ ਜ਼ਿੰਦਗੀ ਦੀਆਂ ਉਲਝਣਾਂ ਨੂੰ ਸੁਲਝਾਉਂਦਾ। ਜਦੋਂ ਤੁਸੀਂ ਨੋਵਲ ਪੜ੍ਹਦੇ ਹੋ, ਕੋਈ ਕਹਾਣੀ ਪੜ੍ਹਦੇ ਹੋ, ਕੁਛ ਵੀ ਪੜ੍ਹਦੇ ਹੋ, ਤੁਸੀਂ ਉਹਨਾਂ ਦੇ ਕਰੈਕਟਰਸ ਨਾਲ ਆਪਣੇ ਆਪ ਨੂੰ ਮੇਚਦੇ ਹੋ ਕਿ ਯਾਰ ਆਹ ਤਾਂ ਮੇਰੇ ਵਰਗੀ ਗੱਲ ਕਰੀ ਜਾਂਦਾ, ਮੈਂ ਵੀ ਕਿਸੇ ਮੌਕੇ 'ਤੇ ਕਿਸੇ ਪੱਧਰ 'ਤੇ ਇਹੀ ਚੀਜ਼ ਕੀਤੀ ਸੀਗੀ। ਸੋ ਜਦੋਂ ਤੁਸੀਂ ਉਹਨਾਂ ਲੋਕਾਂ ਨਾਲ ਵਾਬਸਤਾ ਤੁਹਾਡਾ ਹੁੰਦਾ, ਦੇਖਦੇ ਹੋ ਕਿ ਹਾਂ ਯਾਰ ਆਹ ਲੋਕਾਂ ਦਾ ਸਾਰਾ ਸੰਬੰਧ ਮੇਰੇ ਨਾਲ ਹੀ ਆ, ਤਾਂ ਮੇਰੇ ਲੋਕ ਹੀ ਨੇ, ਇਹ ਤਾਂ ਸਾਡੇ ਵਰਗੀਆਂ ਗੱਲਾਂ ਹੀ ਕਰੀ ਜਾਂਦੇ ਨੇ, ਜਾਂ ਇਹ ਤਾਂ ਉਵੇਂ ਸੋਚੀ ਜਾਂਦਾ ਜਿੱਦਾਂ ਮੈਂ ਸੋਚਦਾ, ਫਿਰ ਤੁਹਾਨੂੰ ਉਹਨਾਂ ਨਾਲ ਬੜੀ ਇੱਕ ਸਾਂਝ ਬਣਦੀ ਆ, ਅਤੇ ਜਦੋਂ ਸਾਂਝ ਬਣਦੀ ਆ ਫਿਰ ਉਹ ਸਾਰਾ ਕੁਛ ਹੀ, ਜਿਹੜੀਆਂ ਸਾਰੀਆਂ ਨੋਟਸ ਨੇ ਉਹ ਸਾਰੀਆਂ ਸੁਲਝਦੀਆਂ ਨੇ ਤੁਹਾਡੀਆਂ, ਤੁਹਾਡੇ ਅੰਦਰਲੇ ਕੋਈ ਉਲਝਣ ਹੁੰਦੀ ਆ, ਜਾਂ ਵੈਸੇ ਉਲਝਣ ਨਹੀਂ ਵੀ ਹੈਗੀ ਨਾ, ਮੈਂ ਤਾਂ ਇਹ ਮੰਨਦਾ ਹੁੰਦਾ ਕਿ ਜੇ ਤੁਸੀਂ ਵਾਕਿਆ ਹੀ ਪੋਇਟਰੀ ਦੇ ਰਹੇ ਹੋ, ਤੁਸੀਂ ਕੁਛ ਲਿਖ ਕੇ ਦੇ ਰਹੇ ਹੋ, ਤਾਂ ਸਾਰਾ ਕੁਛ ਸਮਾਜ ਵਾਸਤੇ ਹੀ ਹੁੰਦਾ ਉਹ। ਸਾਡੇ ਕੋਲ ਇੱਕ ਬੜੀ ਉਲਝਣ ਹੈ ਇਹ, ਇੱਕ ਵਾਰੀ ਮੈਂ ਪਹਿਲਾਂ ਵੀ ਗੱਲ ਕਿਸੇ ਇੰਟਰਵਿਊ 'ਚ ਕੀਤੀ ਸੀ, ਸਾਡੇ ਸਾਨੂੰ ਇਹ ਲੱਗਦਾ ਕਿ ਜਿਹੜੀਆਂ ਸੋਸ਼ਲ ਗੱਲ ਕਰਨੀ ਹੀ ਸਮਾਜ ਵਾਸਤੇ ਹੁੰਦੀ ਆ, ਜਾਂ ਸਰਕਾਰ ਦੇ ਵਿਰੁੱਧ ਕੋਈ ਬੋਲਣਾ ਜਾਂ ਕੋਈ ਇਸ਼ੂ 'ਤੇ ਗੱਲ ਕਰਨਾ ਹੀ ਸੋਸ਼ਲ ਹੁੰਦਾ,
है ना, या यही लोक भलाई होंगी है। पर मैं ये लगता कि जड़िया शब्दों दिया बनतरों अखरों दनतरों भाषा को सही तरीके परोस देना भी एक एक लोगों वास्ते ही हों। ईवन के जो तुम रोमांटिक भी लिखे ना तो भी वह लोगों वास्ते ही है, क्योंकि रोमांस कदे भी मनफी नहीं हो सकता। ठीक है, कदे भी कुछ भी ला लो, कुछ भी टॉपिक ला लो, ये कुछ भी आ जाता। बेशक उस थोड़े को सोशल कोई इदा की थोड़ी प्रॉब्लम है ना, साढ़े को हम अजकल प्रदूषण की बड़ी एक देखी है पिछले असी दिनों, तो उस गल ने हर एक प्रभावित किया। तो यह जी गलों चो भी गीत निकलते हैं। फिर पिछले जैसे गीत लिखे धरती हीर है ना, धरती हीर बरोबर बैठी गला करा मैं कि नाल। सो यह गल्लां सुमेल है सोशली, तुसी किदा बिहेव करते हो, किदा तुसी ऑब्जर्व किदा करते हो, थोड़ी जी ऑब्जर्व करने की जी कैपेसिटी आ उही कितने ना कितने जाके किताबां च गीतां च किसी पोइट्री च निकलती है ना। सो सारा कुछ ही क्योंकि साहित नूं तोड़ के देखो, साहित सब दे हित च, साहित दे रूप च जदों कुछ भी आ गया वो सारिया वास्ते ही है। सो राणी तत् दा जिहड़ा रहा भी, राणी तत् ने की योगदान पाया वो मेरे ख्याल सामने ही आ। लोगों असी लोगों तो ज़्यादा पूछ सकते हैं क्योंकि लोगों ने जिदा उन्होंने प्यार दिता ना, या लोगों की जिनी कि वो नाल शमूलीयत रही, तो वो प्यार ही उन्हों का एक प्रमाण सी। अच्छा, जिदा तुहाडी किताब नूं इनाम भी काफ़ी मिले ने, तुहानूं भी उहदी बदौलत काफ़ी मकबूलीत मिली है, तुसीं थोड़ा जिहा दस्सो कि कीड़े कीड़े इनाम तुहानूं इस किताब दे जरिए मिले ने। जी किताब तो बाद पहला सी नाभे, एक पोइट्री का उत्सव सी जी, उत्थे श्री कंवर चौहान यादगारी नज़म पुरस्कार कोई इदां दा नाम सी उहनां दा, वो मिलिया राणी तत् नूं। ते फिर एक डिस्ट्रीब्यूशन कर दी है साइट है हुक टू बुक .com है ना, काफ़ी ऑल इंडिया उन्हों का काम सारा संभालते हो। सो उन्होंने बेस्ट सैलर का अवार्ड दिता सी किताब नूं। फिर यह होया कि जून 2017 के भारतीय साहित्य अकादमी का जो युवा पुरस्कार से दिल्ली का, वो अनाउंस होया, वो इस किताब को मिलया। क्योंकि उन्होंने की होंगे कि सारे इंडिया दी 24 भाषावां च उन्होंने चुनना होंगे कि अलग अलग जिवें गुजराती आसामी है ना इदा सारिया, और पंजाबी उन्होंने अपन चुनिया सी इस किताब को। सो ये मेरी खुशकिस्मती सी कि उस तरह का अवार्ड किताब को मिलया। सो उन्होंने सारे की जिन्होंने इस चीज़ में देखिया परखिया मेहरबानी है उन्होंने लोगों की। जिदा आप लिखते हाँ, लेखक दे लाइफ दे विच कई बार इस तरह के वाक्य भी होते हैं, जिमें कोई किसी नूं छड्ड के चला जाता, ज किसी किस्म किसी दे नाल कोई मुहब्बत होंगी है। तुहाडे कोई इस तरह की जिंदगी कोई सबब बनिया कि तुसीं उहदे लई लिखिया होवे, जिदा आप अपनी एनर्जी नूं चैनलाइज करते हैं या कथारसिस विचों कुछ उपजा हो, तुहाडी कोई इस तरह की? कहने ना जिदा शुरुआत होंगी थोड़ी लिटरेचर वाले पास या साहित्य वाले पास, कुछ ना कुछ चीज़ा तो फिर भी होंगे ने जिन्होंने थोड़े असर पाया होंगे है ना। ज उम्र ही इस तरह की होंगी है जी, 16, 17, 18, 19 साल 20 साल तक की जी उम्र होंगी है, वो बड़े थोड़े इमेजिनेशन की दुनिया रहने उदो है ना, हौली 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 तुम्हें पता लगता कि असली चीज़ा तो होर ने। सो उस तरह के माहौल बनते रहे है ना। ते पर ये नहीं कि एक 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 जी मैं इतने गल वी करदा कि आम साढ़े प्रचलित गल यह होंगी है कि कोई छड़ के चला गया है ना तां लिखदा कोई बंदा, एक ये बड़ा पॉइंट है जिहड़ा मैं इतने गल करनी चाहुंदा कि लिखण वास्ते ये जरूरी नहीं होंदा कदे भी कि जे तुहानूं कोई छड़ के जाऊगा जां तुहाडी जिंदगी च कोई आऊगा फिर ही तुसीं लिखण लगोगे। लिखण वास्ते वालियां तां गल्लां ही होर होंदियां ने है ना, लिखण वाले तो जिहड़े मुकाम ने जां लिखण वाले जिहड़े इनक्लीनेशनस ने जिहड़ियां वो टेंडेंसीज ने जिहड़ियां झुकाव ने वो होर ने। ये जरूर है कि जिहड़ियां इस तरह दियां गल्लां ने थोड़ी लाइफ च किसी का आना जां जाना उहनां विच रंग भर सकदा, एक नवा रंग नवा टेस्ट नवा फ्लेवर तो दे सकदा तुहानूं, पर यह नहीं कि तुसीं लिखण लग जाओगे इदां, मैनूं नहीं लगता। क्योंकि वो थोड़े च हुंदा पहलां तो ही हैगा, जे जे थोड़े च पहलां ही तो थोड़ी मोटी कोई कण हैगा सी तां वो कण ही इलैबोरेट हो गया उहदे करके किसी जाण करके किसी दे आउण करके ना। सो जिहड़ा फिर भी जिहड़ा मेरा मैं योगदान मानदा
ਰਾਣੀ ਤੱਤ ਦਾ ਜਿਹੜਾ ਸਾਰਾ ਇੱਕ ਮਾਹੌਲ ਸਿਰਜਿਆ ਉਹ ਮੇਰੇ ਵਾਈਫ ਅੰਮ੍ਰਿਤ ਹੈ ਨਾ, ਕਿਉਂਕਿ ਅਸੀਂ ਜਿੱਦਾਂ ਦਾ ਮੈਨੂੰ ਲੱਗਦਾ ਕਿ ਇਹ ਬੜੀ ਜ਼ਰੂਰਤ ਹੁੰਦੀ ਆ ਇੱਕ ਪਰਿਪੱਕਤਾ ਦੀ ਸੰਪੂਰਨ ਹੋਣ ਦੀ ਹੈ ਨਾ, ਤਾਂ ਉਹਨਾਂ ਦਾ ਬੜਾ ਇਸ ਸਾਰੀ ਸੰਗ੍ਰਹਿ ਦੇ ਵਿੱਚ ਉਹਨਾਂ ਦਾ ਇੱਕ ਉਹਨਾਂ ਦਾ ਨਾਮ ਮੈਂ ਕਹਿਣਾ ਨਾ ਕਿ ਉਹਨਾਂ ਦਾ ਨਾਮ ਇਸ ਦੇ ਪਿੱਛੇ ਡੱਗੇ ਵਾਂਗੂ ਗੂੰਜ ਰਿਹਾ। ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਹੁੰਦੇ ਹਾਂ ਤਾਂ ਸਾਡੇ ਕਈ ਦੋਸਤ ਅਕਸਰ ਗੱਲਾਂ ਕਰਦੇ ਨੇ ਕਿ ਕੁਝ ਪਾਠਕਾਂ ਦਾ ਤੁਹਾਡੀ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਹ ਨਜ਼ਰੀਆ ਸੀ ਕਿ ਮੱਧਕਾਲੀ ਸਮੇਂ 'ਚ ਲੈ ਕੇ ਗਿਆ ਆ ਹਰਮਨ ਸਾਨੂੰ, ਮਤਲਬ ਪੁਰਾਣੀਆਂ ਜਿਹੀਆਂ ਗੱਲਾਂ ਕਰਦਾ ਆ ਹਰਮਨ ਅਤੇ ਸਮਾਜ ਨੂੰ ਕੁਝ ਦੇ ਨਹੀਂ ਰਿਹਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਪਿੱਛੇ ਜੇ ਕਿਸੇ ਕੋਈ ਮੈਂ ਸੁਣਿਆ ਸੀ ਕਿ ਇਹ ਵੀ ਕਹਿ ਰਿਹਾ ਕਿ ਫੇਸਬੁੱਕ 'ਤੇ ਬੜੀਆਂ ਪ੍ਰਮੋਸ਼ਨਸ ਹੋ ਰਹੀਆਂ ਨੇ, ਇਹਨਾਂ ਨੇ ਤਾਂ ਕਹਿ ਕੇ ਪ੍ਰਮੋਸ਼ਨਸ ਕਰਵਾਈਆਂ ਨੇ ਹੈ ਨਾ, ਮਤਲਬ ਮੈਂ ਇੱਥੇ ਇਹ ਵਧੀਆ ਪਲੇਟਫਾਰਮ ਅੱਜ ਗੱਲ ਕਰਨ ਦਾ ਕਿ ਲੋਕ ਫੋਟੋਆਂ ਭੇਜ ਰਹੇ ਨੇ, ਇਹ ਵੀ ਇਹਨਾਂ ਦਾ ਪਲੈਨਡ ਸੀ ਸਾਰਾ ਕੁਝ ਪਹਿਲਾਂ, ਜਾਂ ਈਵਨ ਕਿ ਇਨਾਮ ਨੂੰ ਵੀ ਇਹ ਕਿਹਾ ਗਿਆ ਕਈ ਲੋਕਾਂ ਨੇ। ਤਾਂ ਸਪਸ਼ਟ ਗੱਲ ਇਹ ਹੈ ਕਿ ਇਹ ਮੇਰਾ ਪ੍ਰੋਡਕਟ ਆ ਹੈ ਨਾ, ਇਹ ਇੱਕ ਪ੍ਰੋਡਕਟ ਆ ਮੇਰਾ, ਜਿੱਦਾਂ ਕਿਸੇ ਦਾ ਵੀ ਇੱਕ ਪ੍ਰੋਡਕਟ ਹੁੰਦਾ ਕੋਈ, ਇਹ ਰਾਣੀ ਤੱਤ ਮੇਰਾ ਇੱਕ, ਹੁਣ ਮੈਂ ਕੀ ਕੀਤਾ, ਮੇਰੀ ਸ਼ਮੂਲੀਅਤ ਕਿੰਨੀ ਕੁ ਆ, ਮੈਂ ਕਿਉਂ ਲਿਖਦਾ, ਇਹਨਾਂ ਨੂੰ ਦਿਖਾਉਣਾ ਵੀ ਫਿਰ ਮੇਰਾ ਫਰਜ਼ ਬਣਦਾ ਕਿ ਆਹ ਚੀਜ਼ ਮੈਂ ਕੀਤੀ ਹੈ ਨਾ। ਜੇ ਮੈਂ ਦਿਖਾਊਂਗਾ ਨਹੀਂ ਜਾਂ ਪਰੋਸੂੰਗਾ ਹੀ ਨਹੀਂ, ਜੇ ਉਹਦੀ ਉਸ ਤਰ੍ਹਾਂ ਦੀ ਸਾਹਮਣੇ ਆਊਗੀ ਹੀ ਨਹੀਂ ਤਾਂ ਫਿਰ ਉਹ ਪਤਾ ਕਿਵੇਂ ਲੱਗੂ ਲੋਕਾਂ ਨੂੰ। ਸੋ ਇੱਕ ਸੋਸ਼ਲ ਮੀਡੀਆ ਮੇਰੇ ਵਾਸਤੇ ਉਸ, ਕਿਉਂਕਿ ਇਹ ਜ਼ਰੂਰ ਹੈ ਕਿ ਚਮਕ ਦਮ ਕੇ ਕਾਫੀ ਹੁੰਦੀ ਆ, ਥੋੜ੍ਹੇ ਜਿਹੇ ਭਰਮ ਭੁਲੇਖੇ ਜ਼ਰੂਰ ਹੁੰਦੇ ਆ ਸੋਸ਼ਲ ਮੀਡੀਆ 'ਤੇ ਤੁਹਾਨੂੰ, ਪਰ ਮੇਰੇ ਵਾਸਤੇ ਅਸੀਂ ਬੜੇ ਸਪਸ਼ਟ ਰਹੇ ਕੋਈ ਇਸ ਤਰ੍ਹਾਂ ਦਾ, ਕਿਉਂਕਿ ਲੋਕਾਂ ਨੇ ਸਾਰਾ ਪ੍ਰਮਾਣ ਦਿੱਤਾ, ਮੈਨੂੰ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ ਪਈ, ਲੋਕਾਂ ਨੇ ਹੀ ਉਹਨਾਂ ਨੂੰ ਹੱਥਾਂ 'ਤੇ ਚੱਕ ਲਿਆ ਉਸ ਚੀਜ਼ ਨੂੰ। ਤਾਂ ਕਰਕੇ ਜਿਹੜੀ ਗੱਲ ਹੈ ਕਿ ਸਮਾਜ ਨੂੰ ਕੀ ਦੇਣਾ ਹੈ ਨਾ ਪੁਰਾਣੀ ਚੀਜ਼ਾਂ ਦੀ ਜਾਂ ਜਿੱਦਾਂ ਦੀ, ਤਾਂ ਮੇਰੇ ਖਿਆਲ ਜੋ ਤੁਸੀਂ ਲਿਖਣ ਲਿਖ ਲਿਖਣ ਦੀ ਜਿਹੜੀ ਸਾਰਾ ਪ੍ਰੋਸੈਸ ਹੈ ਇਹਦੇ ਵਿੱਚ ਪੁਰਾਣਾ ਨਵਾਂ ਕੁਛ ਵੀ ਨਹੀਂ ਹੁੰਦਾ, ਇਹ ਆ ਕਿ ਤੁਸੀਂ ਦੇ ਕੀ ਰਹੇ ਹੋ ਹੈ ਨਾ, ਉਹ ਉਹ ਕਿਸੇ ਵੀ ਤਰੀਕੇ ਨਾਲ ਅਫੈਕਟ ਕਰ ਰਿਹਾ ਹੈ ਨਾ। ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਮੰਨਦੇ ਹਾਂ ਕਿ ਸੋਸ਼ਲੀ ਉਹੀ ਹੁੰਦਾ ਜਿਹੜਾ ਸਰਕਾਰ ਨੂੰ ਜਾਂ ਕਿਸੇ ਮੁੱਦੇ ਨੂੰ ਹੀ ਚੁੱਕਿਆ ਜਾਵੇ, ਸੋਸ਼ਲੀ ਤਾਂ ਸਾਰਾ ਕੁਛ ਹੀ ਆ, ਜਦੋਂ ਤੁਸੀਂ ਸਮਾਜ 'ਚ ਰਹਿੰਦੇ ਹੁੰਦੇ ਹੋ ਤਾਂ ਤੁਹਾਡੀ ਹਰ ਇੱਕ ਐਕਟੀਵਿਟੀ ਹੀ ਉੱਥੇ ਕਾਊਂਟ ਹੋਊਗੀ ਹੈ ਨਾ। ਸੋ ਰਾਣੀ ਤੱਤ ਦੀ ਸਮਾਜ ਨੂੰ ਦੇਣ ਇਹੀ ਕਹਿ ਸਕਦਾ ਮੈਂ, ਜਾਂ ਜਿੰਨਾ ਕੁ ਮੈਂ ਲੋਕਾਂ ਤੋਂ ਸੁਣਿਆ ਕਿ ਲੋਕ ਜਾਂ ਜਿਹੜਾ ਯੁਵਾ ਵਰਗ ਸੀ ਉਹ ਇਸ ਦੇ ਜ਼ਰੀਏ ਇਸ ਨੂੰ ਬਹਾਨਾ ਮੰਨ ਕੇ ਕਿਤਾਬਾਂ ਨਾਲ ਜੁੜ ਗਿਆ, ਕਈ ਨਵੇਂ ਨਵੇਂ ਮੁੰਡੇ ਲਿਖਣ ਲੱਗ ਗਏ ਜਾਂ ਮੇਰੇ ਕੋਲ ਘਰ ਵੀ ਆ ਜਾਂਦੇ ਨੇ। ਹੁਣ ਅਸੀਂ ਘਰ ਇੱਕ ਲਾਇਬ੍ਰੇਰੀ ਸ਼ੁਰੂ ਕਰ ਰਹੇ ਹਾਂ ਪਿੰਡ ਵਾਸਤੇ ਜਾਂ ਆਲੇ ਦੁਆਲੇ ਦੇ ਪਿੰਡਾਂ ਵਾਸਤੇ। ਸੋ ਇਸ ਤਰੀਕੇ ਦੇ ਜਦੋਂ ਮਿਲਦੇ ਆ ਫੀਡਬੈਕਸ ਮਿਲਦੀਆਂ ਨੇ ਤਾਂ ਮੈਨੂੰ ਲੱਗਦਾ ਕਿ ਚਲੋ ਕੁਛ ਤਾਂ ਹੋਇਆ, ਕੁਛ ਤਾਂ ਮਤਲਬ ਗੱਲ ਤੁਰੀ ਅੱਗੇ। ਇਹ ਕੋਈ ਮੈਂ ਕਿਤਾਬ ਦੇ ਵਿੱਚ ਇੱਕ ਤੁਸੀਂ ਪੜ੍ਹੋਗੇ ਨਾ ਮੁੱਖ ਵਾਂ 'ਚ ਇੱਕ ਗੱਲ ਲਿਖੀ ਹੋਈ ਆ ਕਿ ਮੈਂ ਕੋਈ ਬਹੁਤੀ ਵੱਡੀ ਮੱਲ ਨਹੀਂ ਮਾਰੀ ਹੈ ਨਾ, ਇਹ ਕੋਈ ਇਹ ਨਹੀਂ ਕਿ ਪਤਾ ਨਹੀਂ ਕੀ ਹੋ ਗਿਆ, ਇਹ ਤਾਂ ਮੇਰਾ ਕੰਮ ਸੀ, ਮੈਂ ਇਹਨੂੰ ਬੜੀ ਸ਼ਿੱਦਤ ਨਾਲ ਕੀਤਾ, ਕੰਮ ਮੰਨ ਕੇ ਕੀਤਾ, ਜ਼ਿੰਮੇਵਾਰੀ ਮੰਨ ਕੇ ਕੀਤਾ, ਅਤੇ ਬਸ ਉਹ ਹੋ ਗਿਆ, ਬਾਕੀ ਸਾਰਾ ਲੋਕਾਂ 'ਤੇ ਆ। ਜੇ ਹੁਣ ਮੈਂ ਰਾਣੀ ਤੱਤ ਦੇ ਚੱਕਰ ਕੱਢੀ ਜਾਵਾਂ ਬਸ ਮੈਂ ਤਾਂ ਆਹ ਕੰਮ ਕੀਤਾ ਸੀ ਮੇਰਾ ਤਾਂ ਇਹੀ ਕੰਮ ਆ, ਫਿਰ ਉਹ ਮੇਰੀ ਕੋਈ ਵਧੀਆ ਗੱਲ ਨਹੀਂ ਹੋਊਗੀ। ਰਾਣੀ ਤੱਤ ਨੂੰ ਲਿਖਿਆ ਤੈਨੂੰ ਭੁੱਲ ਜਾਓ, ਬਸ ਅੱਗੇ ਕੀ ਕਰਨਾ ਇਹ ਦੇਖਣਾ ਹੁਣ ਮੈਂ ਹੈ ਨਾ। ਸੋ ਜਿਹੜੀਆਂ ਉਹ ਗੱਲਾਂ ਸੀਗੀਆਂ ਕਿ ਉਹ ਰਿਲੇਟਿਵ ਆ, ਉਹ ਅਲੱਗ ਅਲੱਗ ਨਜ਼ਰੀਏ ਨੇ। ਹੁਣ ਟਾਈਮ ਹੈ ਬ੍ਰਹਿਮੰਡ ਦੇ ਕਿਸੇ ਹਿੱਸੇ 'ਚ ਜਾ ਕੇ ਟਾਈਮ ਇਹ ਰਹਿਣਾ ਹੀ ਨਹੀਂ, ਇਹ ਸਾਡੀ ਧਰਤੀ ਵਾਸਤੇ ਆ ਟਾਈਮ ਜਿਹੜਾ ਅਸੀਂ ਬਣਾ ਲਿਆ, ਘੜੀਆਂ ਘੰਟੇ ਬਣਾ ਲਏ, ਬੇਸਿਕਲੀ ਟਾਈਮ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ। ਸੋ ਸਾਡੀ ਸਹੂਲਤ ਵਾਸਤੇ ਸੀ ਨਾ ਸਾਰਾ ਕੁਛ, ਮਤਲਬ ਦੁਨੀਆ ਦਾ ਜੋ ਵੀ ਕਾਰ ਵਿਹਾਰ ਆ ਇਹ ਕੋਈ ਚੰਗੀ ਕੋਈ ਚੀਜ਼ ਮੇਰੇ ਵਾਸਤੇ ਚੰਗੀ ਹੋ ਸਕਦੀ ਆ, ਉਹੀ ਚੀਜ਼ ਤੁਹਾਡੇ ਵਾਸਤੇ ਉਹ ਤੁਹਾਨੂੰ ਮਾੜੀ ਲੱਗ ਸਕਦੀ ਆ ਹੈ ਨਾ। ਇਹਦਾ ਮਤਲਬ ਚੰਗਾ ਮਾੜਾ ਤਾਂ ਫਿਰ ਕੁਛ ਵੀ ਨਹੀਂ ਹੈਗਾ, ਕੁਛ ਵੀ ਦੁਨੀਆ 'ਤੇ ਇੱਦਾਂ ਦਾ ਕੋਈ ਇਸ ਤਰ੍ਹਾਂ ਦੀ ਚੀਜ਼ ਹੀ ਹੈ ਨਹੀਂ ਵੀ ਉਹਨੂੰ ਚੰਗੀ ਕਹਿ ਸਕੀਏ ਜਾਂ ਮਾੜੀ ਕਹਿ ਸਕੀਏ, ਬਸ ਉਹ ਹੈਗੀ ਹੈ, ਉਹਦੀ ਐਗਜ਼ਿਸਟੈਂਸ ਹੈ ਬਸ ਇਹੀ ਆ। ਉਹ ਹੁਣ ਕਿੰਨਾ ਕੁ ਪ੍ਰਭਾਵਿਤ ਕਰਦੀ ਆ ਇਹ ਉੱਥੋਂ ਉਸ ਤੁਹਾਡੇ ਜਿਹੜੀ ਉਹ ਚੀਜ਼ ਆ ਉਹ ਉੱਥੇ ਡਿਪੈਂਡ ਕਰਦਾ, ਤੁਹਾਡੀ ਸ਼ਿੱਦਤ 'ਤੇ ਡਿਪੈਂਡ ਕਰਦਾ ਨਾ ਵੀ ਉਹ ਸ਼ਿੱਦਤ ਕਿੰਨੀ ਕੁ ਸੀ ਤੁਹਾਡੇ ਕੋਲ ਲਿਖਣ ਵੇਲੇ। ਸੋ ਇਹੀ ਆ। ਤੁਸੀਂ ਕੀ ਮੰਨਦੇ ਹੋ ਕਿ ਤੁਹਾਡੀ ਪਬਲਿਸਿਟੀ ਤੋਂ ਬਾਅਦ, ਸੋਸ਼ਲ ਮੀਡੀਆ ਦੇ ਉੱਪਰ ਪਬਲਿਸਿਟੀ ਕਰਨ ਤੋਂ ਬਾਅਦ ਕਿਤਾਬ ਜ਼ਿਆਦਾ ਵਿਕੀ ਹੈ, ਜਾਂ ਉਸ ਤੋਂ ਪਹਿਲਾਂ ਵੀ ਇਹਨੂੰ ਖਰੀਦਣ ਵਾਲੇ ਪਿਆਰ ਕਰਨ ਵਾਲਿਆਂ ਨੇ ਇਹਨੂੰ ਹੁੰਗਾਰਾ ਦਿੱਤਾ ਸੀ? ਅਸਲ ਦੇ ਵਿੱਚ ਇੱਥੇ ਮੈਂ ਇੱਕ ਗੱਲ ਐਡ ਕਰਦਾ ਕਿ ਮੈਂ ਲਿਖੀ ਹੈ ਨਾ, ਮੈਂ ਲੇਖਕ ਮੈਨੂੰ ਕਹਿੰਦੇ ਆ, ਤਾਂ ਕਿਤਾਬ ਨੂੰ ਬਣਾਉਣਾ ਕਈ ਵਾਰੀ ਕੀ ਹੁੰਦਾ ਕਿ ਲੇਖਕ ਕੀ ਹੁੰਦਾ ਕਿ ਲੇਖਕ ਕਹਿੰਦਾ ਕਿ ਮੈਂ ਕਿਤਾਬ ਲਿਖਤੀ ਬਸ ਮੇਰਾ ਕੰਮ ਖਤਮ,
ਪਰ ਮੈਂ ਕਹਿਣਾ ਕਿ ਕੰਮ ਉੱਥੋਂ ਸਟਾਰਟ ਹੁੰਦਾ। ਤੁਸੀਂ ਲਿਖੀ, ਤੁਸੀਂ ਉਹਨੂੰ ਬਣਾਇਆ ਕਿੱਦਾਂ, ਇਹ ਵੀ ਸ਼ਾਇਰੀ ਆ। ਤੁਸੀਂ ਉਹਨੂੰ ਉਹਦਾ ਡਿਜ਼ਾਇਨ ਕਿੱਦਾਂ ਕੀਤਾ, ਇਹ ਵੀ ਸ਼ਾਇਰੀ ਆ, ਹੈ ਨਾ। ਤੁਸੀਂ ਉਹਨੂੰ ਪਰੋਸ ਕਿੱਦਾਂ ਰਹੇ ਹੋ, ਮਾਰਕੀਟ 'ਚ ਕਿੱਦਾਂ ਉਤਾਰ ਰਹੇ ਹੋ, ਇਹ ਵੀ ਸ਼ਾਇਰੀ ਆ। ਇਹ ਵੀ ਵੇਜ਼ ਨੇ। ਮੈਂ ਪਹਿਲਾਂ ਗੱਲ ਕੀਤੀ ਵੀ ਸ਼ਾਇਰੀ ਤਾਂ ਲਿਵਿੰਗ ਹੁੰਦੀ ਹੈ, ਸ਼ਾਇਰੀ ਤਾਂ ਐਕਟੀਵਿਟੀਜ਼ ਹੁੰਦੀਆਂ ਨੇ, ਤਾਂ ਉਸ ਚੀਜ਼ ਨੂੰ ਪਰੋਸਣਾ ਹੁਣ ਪੈਸਾ ਹੀ ਆ। ਮੈਂ ਕਿਤੇ ਲਿਖਿਆ ਸੀ ਕਿ ਪੈਸਾ ਫਕੀਰ ਆ। ਅਸੀਂ ਪੈਸੇ ਨੂੰ ਤਾਂ ਮਾੜਾ ਕਹਿ ਦਿੰਦੇ ਹਾਂ, ਪਰ ਜਿਹੜੀ ਅੰਦਰਲੀ ਚੀਜ਼ ਉਹਨੂੰ ਦੇਖ ਕੇ ਭ੍ਰਮਿਤ ਹੁੰਦੀ ਆ, ਉਹਨੂੰ ਮਾੜਾ ਨਹੀਂ ਕਹਿੰਦੇ। ਆਪਣੇ ਆਪ ਨੂੰ ਨਹੀਂ ਅਸੀਂ ਕਦੇ ਕਹਿੰਦੇ ਕਿ ਮੈਂ ਪੈਸੇ ਨੂੰ ਦੇਖ ਕੇ ਡੋਲ ਗਿਆ, ਉਹਨੂੰ ਤਾਂ ਜ਼ਰੂਰ ਕਹਿ ਦਿੰਦੇ ਹਾਂ ਸਾਹਮਣੇ ਵਾਲੇ ਚੀਜ਼ ਨੂੰ। ਸੋ ਪੈਸਾ ਤਾਂ ਟਰੈਵਲਰ ਆ, ਪੈਸਾ ਤਾਂ ਫਕੀਰ ਆ, ਪੈਸਾ ਇੱਕ ਮੀਡੀਅਮ ਆ, ਹੈ ਨਾ। ਅਤੇ ਜਿਹੜੀ ਪਬਲਿਸਿਟੀ ਸੀ, ਉਹ ਕੋਈ ਵੀ ਚੀਜ਼ ਆ, ਤੁਸੀਂ ਕੋਈ ਵੀ ਪ੍ਰੋਡਕਟ ਆ, ਕੁਛ ਵੀ ਆ, ਸਾਹਮਣੇ ਤਾਂ ਲੈ ਕੇ ਆਉਣਾ ਹੀ ਪਊਗਾ। ਉਹਨੂੰ ਬੇਸ਼ੱਕ ਪਬਲਿਸਿਟੀ ਦਾ ਨਾਮ ਦੇ ਦਿਉ, ਬੇਸ਼ੱਕ ਉਹਨੂੰ ਕੋਈ ਮਸ਼ਹੂਰੀ ਦਾ ਨਾਮ ਦੇ ਦਿਉ, ਹੈ ਨਾ। ਜੇ ਸਾਹਮਣੇ ਹੀ ਨਹੀਂ ਆਊਗਾ, ਜੇ ਖਾਣਾ ਪਰੋਸਿਆ ਹੀ ਨਹੀਂ ਜਾਊਗਾ, ਤਾਂ ਖਾਣ ਨੂੰ ਜੀ ਨਹੀਂ ਕਰਨਾ, ਜੇ ਸਹੀ ਤਰੀਕੇ ਨਾਲ ਨਹੀਂ ਪਰੋਸਿਆ ਹੋਇਆ ਆਪਾਂ। ਸੋ ਪਬਲਿਸਿਟੀ ਕਹਿ ਲਓ ਜਾਂ ਉਹਨੂੰ ਕੁਛ ਵੀ ਕਹਿ ਲਓ, ਮੇਰੀ ਆਈਡੀ ਫੇਸਬੁੱਕ ਤੇ ਸੀਗੀ, ਮੈਂ ਉੱਥੇ ਪਾ ਆਉਂਦਾ ਸੀ ਵੀ ਆਹ ਕਿਤਾਬ ਇੱਥੋਂ ਮਿਲੂਗੀ ਭਾਈ, ਆਹ ਲੋਕਾਂ ਨੇ ਆਹ ਫੋਟੋਆਂ ਭੇਜੀਆਂ ਨੇ, ਆਹ ਇੱਥੇ ਪਾ ਦੀਆਂ, ਆਹ ਚੀਜ਼ ਆ, ਜਾਂ ਆਹ ਇਨਾਮ ਮਿਲਿਆ। ਇੰਨੀ ਕਿ ਮੇਰਾ ਇੰਨਾ ਕਸੂਰ ਕਹਿ ਸਕਦੇ ਹੋ ਤੁਸੀਂ ਕਿ ਮੇਰਾ ਇੰਨਾ ਕਸੂਰ ਆ ਕਿ ਮੈਂ ਉਹ ਚੀਜ਼ਾਂ ਉੱਥੇ ਅਪਡੇਟ ਕਰਦਾ ਰਿਹਾ, ਹੈ ਨਾ। ਅਤੇ ਉਹ ਚੀਜ਼ ਮੇਰੇ ਖਿਆਲ 'ਚ ਕਰਨੀ ਵੀ ਬਣਦੀ ਸੀ। ਰਾਣੀ ਤੱਤ ਦੇ ਵਿੱਚੋਂ ਕੋਈ ਖਾਸ ਚੀਜ਼ ਜਿਹੜੀ ਤੁਹਾਡੇ ਬਿਲਕੁਲ ਕਰੀਬ ਹੋਵੇ, ਕੋਈ ਵਾਰਤਕ ਜਾਂ ਕਵਿਤਾ? ਇਹ 'ਚ ਵਾਰਤਕ ਸੀ ਜੀ, ਜੋ ਗੋਬਿੰਦ ਕੀਆ ਸੋ ਭਲਾ ਕੀਆ, ਉਹ ਮੈਨੂੰ ਬੜੀ ਵਧੀਆ ਲੱਗਦੀ ਆ। ਉਸ ਦੇ ਵਿੱਚ ਜੋ ਗੱਲਾਂ ਹੋਈਆਂ ਸੀਗੀਆਂ, ਜਾਂ ਗੁਰੂ ਸਾਹਿਬ ਬਾਰੇ ਜੋ ਵੀ ਉੱਥੇ ਵਿਥਿਆ ਵਿਖਿਆਨ ਸਾਰਾ ਸਿਰਜਿਆ ਸੀ, ਉਹ ਮਾਹੌਲ ਹੀ ਬੜਾ ਕਮਾਲ ਸੀ ਜਦੋਂ ਉਹ ਮੈਂ ਲਿਖ ਰਿਹਾ ਸੀ, ਤਾਂ ਉਹ ਮੈਨੂੰ ਬੜਾ ਮੇਰੇ ਦਿਲ ਦੇ ਕਰੀਬ ਆ। ਔਰ ਇੱਕ ਜਿੱਦ ਤੁਸੀਂ ਪਹਿਲਾਂ ਗੱਲ ਕੀਤੀ ਜੰਗਲੀ ਕਬੂਤਰੀਆਂ, ਉਹ ਜਿਹੜਾ ਵਾਰਤਕ ਆ ਬੋਡੀ ਨੂੰ ਲੈ ਕੇ, ਉਹ ਮੈਨੂੰ ਬੜਾ ਪਿਆਰਾ ਲੱਗਦਾ। ਬਾਕੀ ਪੋਇਟਰੀ ਸਾਰੀ, ਕਿਉਂਕਿ ਖਾਸ ਖਾਸ ਮਾਹੌਲਾਂ 'ਚ ਲਿਖੀਆਂ ਹੁੰਦੀਆਂ ਨੇ, ਖਾਸ ਜਿਵੇਂ ਕਹਿ ਹੁੰਦੇ ਆ ਨਾ ਕਿ ਜਿਹੜਾ ਗੀਤ ਹਜੇ ਤੱਕ ਨਹੀਂ ਲਿਖਿਆ ਉਹ ਸਭ ਤੋਂ ਪਿਆਰਾ ਹੁੰਦਾ, ਜਿਹੜਾ ਕੁਛ ਹਜੇ ਸਿਰਜਣਾ। ਅਤੇ ਸਭ ਤੋਂ ਪਿਆਰੀ ਤਾਂ ਉਹੀ ਚੀਜ਼ਾਂ ਨੇ ਜਿਹੜੀਆਂ ਮੈਂ ਹਜੇ ਸਿਰਜੀਆਂ ਨਹੀਂ ਹੈਗੀਆਂ, ਜਾਂ ਮੇਰੇ ਦਿਮਾਗ 'ਚ ਇੱਕ ਰੰਗ ਜਿਹਾ ਬਣ ਕੇ ਉੱਡੀਆਂ ਫਿਰਦੀਆਂ ਨੇ, ਹਜੇ ਉਹ ਸ਼ਬਦਾਂ 'ਚ ਨਹੀਂ ਉਤਰੀਆਂ। ਜਦੋਂ ਵੀ ਨਵਾਂ ਚੀਜ਼ ਲਿਖਦੇ ਆ ਨਾ, ਕੋਈ ਨਵੀਂ ਕੋਈ ਗੀਤ ਬਣਦਾ ਜਾਂ ਕੋਈ ਨਵੀਂ ਪੋਇਟਰੀ ਹੁੰਦੀ ਆ, ਤਾਂ ਉਦੋਂ ਲੱਗਦਾ ਕਿ ਸਭ ਤੋਂ ਬੈਸਟ ਹੈ, ਪਰ ਫਿਰ ਉਹ ਪੁਰਾਣੀ ਲੱਗਣ ਲੱਗ ਜਾਂਦੀ ਆ। ਸੋ ਇੱਕ ਇਹ ਲੜੀ ਆ, ਧਾਗੇ ਨੇ ਜਿਹੜੇ ਜੁੜੇ ਆਉਂਦੇ ਨੇ, ਪਰ ਫਿਰ ਵੀ ਉਹਨਾਂ 'ਚ ਕੁਛ ਚੀਜ਼ਾਂ ਸੀਗੀਆਂ, ਜਿਵੇਂ 'ਚ ਇੱਕ ਪੋਇਟਰੀ ਸੀਗੀ ਮੇਰੀ, ਨਹੀਂ ਕਿਤਾਬ 'ਚ ਨਹੀਂ ਸੀਗੀ ਪਰ ਮੈਨੂੰ ਪਸੰਦ ਆ। ਕਿਤਾਬ 'ਚ ਉਸ ਦਾ ਇੱਕ ਪਾਰਟ ਸੀਗਾ ਕਿ ਮੈਂ ਗਿੱਧਿਆਂ ਦੀ ਧੂੜ ਹਾਂ ਤੇਰੀਆਂ ਅੱਖਾਂ ਵਿੱਚ ਨਹੀਂ ਪੈਂਦੀ, ਕਿ ਮੈਂ ਹੀ ਤੁਹਾਡੀਆਂ ਮਾਵਾਂ ਬਣ ਕੇ ਸੁੱਚਾ ਦੁੱਧ ਪਿਆਇਆ, ਮੈਂ ਹੀ ਉਹ ਭਰਜਾਈ ਜਿਹੜੀ ਵੀਰ ਵਿਆਹ ਕੇ ਲਿਆਇਆ, ਜ਼ੁਲਮ ਦੀ ਹਨੇਰੀ ਮੂਹਰੇ ਜਦ ਵੀ ਨੱਚੀਆਂ ਸੀ ਕਿਰਪਾਨਾਂ, ਤੁਹਾਡੇ ਪੁਰਖੇ ਵਾਰ ਗਏ ਸੀ ਮੇਰੇ ਸਿਰ ਤੋਂ ਜਾਨਾਂ, ਕੱਲ੍ਹ ਨੂੰ ਤੁਹਾਡੀਆਂ ਧੀਆਂ ਦੀ ਹੀ ਬਣ ਜਾਊਂਗੀ ਮਹਿੰਦੀ, ਵੇ ਮੈਂ ਗਿੱਧਿਆਂ ਦੀ ਧੂੜ ਹਾਂ ਤੇਰੀਆਂ ਅੱਖਾਂ ਵਿੱਚ ਨਹੀਂ ਪੈਂਦੀ, ਉਹ ਮੈਨੂੰ ਬੜੀ ਪਸੰਦ ਆ ਜੀ। ਜਿੱਦਾਂ ਬਾਕੀ ਲੋਕ ਵੀ ਗੱਲਾਂ ਕਰਦੇ ਆ ਰੋਮਾਂਸ ਬਾਰੇ, ਆਪਣੀਆਂ ਕਵਿਤਾਵਾਂ ਵਿੱਚ ਜ਼ਿਕਰ ਕਰਦੇ ਆ, ਤੂੰ ਮੈਨੂੰ ਛੱਡ ਗਈ, ਤੇਰੇ ਬਿਨਾਂ ਮੇਰੇ ਨਾਲ ਆਹ ਹੋ ਗਿਆ, ਜਾਂ ਗੀਤ ਨੇ ਜਾਂ ਕੁਛ ਵੀ, ਤੁਸੀਂ ਵੀ ਗੱਲ ਰੋਮਾਂਸ ਦੀ ਕੀਤੀ ਹੈ, ਪਰ ਸ਼ਬਦਾਂ ਦਾ ਹੇਰ ਫੇਰ ਕਹਿ ਲਈਏ ਜਾਂ ਲਵਿਸ਼ ਲੁੱਕ ਦੇਤੀ ਹੈ ਆਪਣੀ ਲੇਖਣੀ ਨੂੰ, ਵੀ ਉਹ ਗੱਲਾਂ ਜਿਹੜੀਆਂ ਨੇ ਉਹ ਰੋਮਾਂਸ ਨੂੰ ਤੁਸੀਂ ਮੈਨੂਪਲੇਟ ਕੀਤਾ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਵੀ ਤੁਸੀਂ ਵੀ ਇਸ ਕੰਮ 'ਚ ਯੋਗਦਾਨ ਪਾਇਆ, ਵੀ ਕੀਤਾ ਤਾਂ ਤੁਸੀਂ ਵੀ ਬਾਕੀਆਂ ਵਾਂਗੂ ਹੀ ਆ, ਪਰ ਥੋੜ੍ਹੇ ਸ਼ਬਦ ਘੁਮਾ ਲਏ। ਜਿਵੇਂ ਕਹਿ ਹੁੰਦੇ ਆ ਨਾ ਕਿ ਤੁਹਾਡੀ ਤੁਹਾਡੀ ਸ਼ੈਲੀ ਹੀ ਸਾਰਾ ਕੁਛ ਹੁੰਦੀ ਆ, ਲਿਖਦੇ ਸਾਰੇ ਆ, ਸਾਰਿਆਂ ਨੇ ਲਿਖਣਾ, ਅੱਗੇ ਵੀ ਲਿਖਦੇ ਰਹਿਣਾ, ਯਾਦ ਸਿਰਫ ਸ਼ੈਲੀ ਰਹਿੰਦੀ ਹੁੰਦੀ ਆ। ਹੀਰ ਕਿੰਨੇ ਬੰਦਿਆਂ ਨੇ ਲਿਖੀ ਆ, ਹੈ ਨਾ, ਦਮੋਦਰ ਨੇ ਲਿਖੀ ਆ, ਹੋਰ ਬੜੇ ਬੰਦਿਆਂ ਨੇ ਲਿਖੀ ਆ, ਪਰ ਵਾਰਿਸ ਦੀ ਹੀਰ ਹੀ ਕਿਉਂ ਜਾਣੀ ਜਾਂਦੀ ਆ? ਇਹ ਇੱਥੇ ਇਹਦਾ ਜਵਾਬ ਇਹ ਆ ਕਿ ਵਾਰਿਸ ਦੀ ਹੀਰ ਹੀ ਕਿਉਂ ਪਸੰਦ ਆਈ, ਕਿਉਂਕਿ ਵਾਰਿਸ ਨੇ ਇੱਕ ਨਵੀਂ ਲੁੱਕ ਦੇ ਦਿੱਤੀ ਸੀ। ਵਾਰਿਸ ਨੇ ਕੀ ਕੀਤਾ ਸੀ ਕਿ ਉਸੇ ਚੀਜ਼ ਨੂੰ, ਸੇਮ ਕਹਾਣੀ ਨੂੰ, ਨਵੇਂ ਸ਼ਬਦਾਂ 'ਚ ਗੁੰਨਤਾ ਸੀ। ਸੋ ਜਿਵੇਂ ਪਹਿਲਾਂ ਕਿਹਾ ਕਿ ਸ਼ਬਦ ਨਵੇਂ ਹੋਣ, ਸ਼ਬਦ ਆਲੀਸ਼ਾਨ ਹੋਣ, ਸ਼ਬਦ ਲੈਵਿਸ਼ ਲੁੱਕ ਹੋਵੇ, ਜਿਹਦਾ ਤੁਸੀਂ ਆਖਿਆ, ਉਹ ਜ਼ਰੂਰੀ ਆ, ਕਿਉਂਕਿ ਜਦੋਂ ਤੁਹਾਡੇ ਕੋਲ ਭਾਸ਼ਾ ਪਈ ਆ, ਸਾਰਾ ਭਾਸ਼ਾ ਦਾ ਜੰਗਲ ਸਾਡੇ ਸਾਹਮਣੇ ਆ, ਤਾਂ ਫਿਰ ਤੁਸੀਂ ਛੱਡੋ ਨਾ ਕੁਛ, ਤੁਸੀਂ ਫਿਰ ਇੱਕ ਦਰਖਤ ਕੋਲੇ ਬੱਝੇ ਨਾ ਰਹੋ, ਸਾਰੇ ਦਰਖਤ ਨੂੰ ਦੇਖੋ, ਸਾਰੇ ਦਰਖਤਾਂ ਦੇ ਤਣਿਆਂ ਨੂੰ ਦੇਖੋ, ਜੜ੍ਹਾਂ ਦੇਖੋ, ਪੱਤੇ ਦੇਖੋ, ਕਿ ਇੱਦੋਂ ਇੱਥੋਂ ਇੱਥੋਂ ਕੀ ਕੁਛ ਬਣ ਸਕਦਾ। ਸੋ ਕਾਫੀ ਗੱਲਾਂ ਨੇ ਇਹਦੇ ਵਿੱਚ, ਜਿਵੇਂ ਹੁਣ ਆਪਾਂ ਹੁਣੇ ਜ਼ਿਕਰ ਕੀਤਾ, ਗੁਰੂ ਸਾਹਿਬ ਦੀ ਗੱਲ ਕੀਤੀ, ਪਾਣੀ ਦੀ ਗੱਲ ਕੀਤੀ, ਬੋਡੀ ਦੀ ਗੱਲ ਕੀਤੀ, ਠੀਕ ਹੈ, ਅਤੇ ਸਾਡੀ ਸੱਭਿਆਚਾਰ ਦੀ ਗੱਲ ਕੀਤੀ, ਸਾਡੇ ਲੋਕਾਂ ਦੀ ਗੱਲ ਕੀਤੀ, ਠੀਕ ਹੈ, ਇੱਕ ਮੈਂ ਵਿੱਚ ਨਵੀਂ ਨੇਕ ਚੰਦ ਹੋਰਾਂ ਦੀ ਗੱਲ ਕੀਤੀ ਸੀ। ਸੋ ਕਾਫੀ ਟੌਪਿਕ ਆ ਗਏ ਸੀ ਇਹਦੇ ਵਿੱਚ, ਕਵਰ ਹੋ ਗਏ ਸੀਗੇ। ਅਤੇ ਕੁਦਰਤੀ ਇੱਕ ਜਿਹੜੀ ਮੈਂ ਖੁਸ਼ਕਿਸਮਤੀ ਮੰਨਦਾ ਹੁੰਦਾ ਕਿ ਅਸੀਂ ਬਾਅਦ 'ਚ ਨੋਟ ਕੀਤੀ ਗੱਲ ਕਿ ਇਹ ਗੁਰੂ
ਨਾਨਕ ਦੇਵ ਹੋਰਾਂ ਤੋਂ ਸ਼ੁਰੂ ਹੁੰਦੀ ਆ ਅਤੇ ਗੁਰੂ ਗੋਬਿੰਦ ਸਾਹਿਬ 'ਤੇ ਮੁੱਕਦੀ ਆ ਜਾ ਕੇ। ਸੋ ਬੜਾ ਅਸੀਂ ਉਹਨੂੰ ਸੰਪੂਰਨਤਾ ਮੰਨਦੇ ਹੁੰਦੇ ਹਾਂ ਨਾ, ਅਤੇ ਕੁਦਰਤੀ ਹੋਇਆ ਸਾਰਾ ਕੁਛ। ਰੋਮੈਂਸ ਮੇਰੇ ਖਿਆਲ 'ਚ ਪਹਿਲਾਂ ਮੈਂ ਜ਼ਿਆਦਾ ਕਰਦਾ, ਮਤਲਬ ਮੇਰੀਆਂ ਪਹਿਲਾਂ ਦੀਆਂ ਕਵਿਤਾਵਾਂ ਕਿਤਾਬ ਤੋਂ ਉਹ 'ਚ ਸਿਰਫ ਰੋਮੈਂਸ ਸੀ। ਹੁਣ ਮੇਰੇ ਖਿਆਲ 'ਚ ਮੈਂ ਇਹ ਮੈਨੂੰ ਲੱਗਦਾ ਜਿੱਥੋਂ ਤੱਕ ਮੇਰਾ ਲੱਗਦਾ ਕਿ ਹੁਣ ਤਾਂ ਮੈਂ ਹੋਰ ਵੀ ਕਾਫੀ ਕੁਛ ਮਤਲਬ ਇਹ ਲੈਂਦਾ ਕਿ ਨਵੀਆਂ ਗੱਲਾਂ ਹੋਣ, ਹੈ ਨਾ, ਇਹ ਸਿਰਫ ਇਹੀ ਨਹੀਂ ਨਵੀਆਂ ਗੱਲਾਂ ਹੋਣ। ਬਾਕੀ ਇਹਦੇ ਸ਼ਬਦਾਂ ਦਾ ਹੇਰ ਫੇਰਾ ਉਹ ਮੈਂ ਵਾਕਿਆ ਹੀ ਮੈਂ ਉਹਦਾ ਜਵਾਬ ਦੇ ਹਾਂ, ਉਹਦਾ ਮੈਂ ਜ਼ਿੰਮੇਵਾਰੀ ਚੱਕਦਾ ਉਸ ਚੀਜ਼ ਦੀ ਕਿ ਸ਼ਬਦਾਂ ਦਾ ਜਿਹੜਾ ਹੇਰ ਫੇਰਾ ਜਿਹੜਾ ਇਹੀ ਤਾਂ ਤੁਹਾਡਾ ਫਿਰ ਤਰੀਕਾ ਹੁੰਦਾ, ਫਿਰ ਉਹ ਤੁਸੀਂ ਉਹ ਕਰ ਵੀ ਕੀ ਸਕਦੇ ਹੋ, ਤੁਸੀਂ ਲੇਖਕ ਹੀ ਤਾਂ ਹੋ ਤੁਸੀਂ, ਕਿਉਂਕਿ ਤੁਹਾਨੂੰ ਸ਼ਬਦਾਂ ਦਾ ਹੇਰ ਫੇਰ ਕਰਨਾ ਆਉਂਦਾ, ਨਹੀਂ ਤਾਂ ਫਿਰ ਤੁਸੀਂ ਆਮ ਤੁਸੀਂ ਤੁਰੇ ਫਿਰੋ, ਫਿਰ ਤੁਸੀਂ ਨਾ ਲਿਖੋ। ਜੇ ਤੁਹਾਡੇ ਕੋਲ ਵੱਲ ਹੈ ਸ਼ਬਦਾਂ ਨੂੰ ਹੇਰ, ਮੈਂ ਸ਼ੁਰੂ 'ਚ ਕਿਹਾ ਕਿ ਸ਼ਬਦਾਂ ਦੀ ਚੱਕ ਧਰ ਕੀਤੀ, ਤਾਂ ਤੁਹਾਡਾ ਲੇਖਕ ਹੋਣ ਦਾ ਸਵਾਦ ਹੀ ਤਾਂ ਹੈ ਜੇ ਤੁਸੀਂ ਸ਼ਬਦਾਂ ਨਾਲ ਲੋਕਾਂ ਦੀ ਸਾਂਝ ਪਵਾ ਦਿਓ ਕਿ ਲੋਕ ਲੱਭਦੇ ਫਿਰਨ ਕਿ ਆਹ ਸ਼ਬਦ ਕਿਵੇਂ ਸੀ ਯਾਰ, ਆਹ ਕੀ ਸੀ, ਜਾਂ ਵਿਸ਼ੇਸ਼ਣ ਇਹੋ ਜਿਹੇ ਲਾ ਦਿਓ ਤੁਸੀਂ। ਸੋ ਇਹ ਤਾਂ ਇੱਕ ਤੁਹਾਡਾ, ਪਰ ਇਹ ਨਾਲ ਇੱਕ ਪੁਆਇੰਟ ਇਹ ਵੀ ਹੈ ਕਿ ਇਕੱਲੇ ਸ਼ਬਦਾਂ ਦੀ ਖੂਬਸੂਰਤੀ ਹੀ ਸਾਰਾ ਕੁਛ ਨਹੀਂ ਹੁੰਦੀ। ਮੈਂ ਇੱਕ ਪੋਇਟਰੀ ਕਰਦਾ ਪੂਰੀ, ਇਕੱਲੇ ਸ਼ਬਦ ਦੀ ਬਸ ਬੜੇ ਵਧੀਆ ਵਧੀਆ ਆਈ ਜਾਂਦੇ, ਵਿੱਚ ਕੁਛ ਹੈ ਨਹੀਂ, ਇਹ ਵੀ ਨਹੀਂ ਹੁੰਦਾ। ਨਾ ਹੀ ਇਕੱਲਾ ਇਮੋਸ਼ਨਲ ਹੋ ਜਾਣਾ ਵਧੀਆ ਹੁੰਦਾ, ਇਮੋਸ਼ਨਲ ਬੜੀ ਖਤਰਨਾਕ ਚੀਜ਼ ਬਣ ਜਾਂਦੀ ਕਈ ਵਾਰੀ, ਕਿਉਂਕਿ ਪੋਇਟਰੀ ਵਾਸਤੇ ਜਾਂ ਗੀਤ ਵਾਸਤੇ ਸਾਰੇ ਥੰਮਾਂ ਦਾ ਬਰਾਬਰ ਖੜਾ ਹੋਣਾ, ਉਹ ਰੰਗ ਉਹਦਾ ਕਿੱਦਾਂ ਦਾ, ਉਹਦਾ ਤੁਸੀਂ ਕੀ ਆਕਾਰ ਰੱਖਿਆ, ਉਹਦੀ ਜਿਹੜੀ ਸ਼ਬਦ ਕੈਸੇ ਰੱਖੇ ਨੇ, ਵਿਸ਼ਾ ਕੀ ਰੱਖਿਆ, ਸਾਰਾ ਕੁਛ ਹੀ ਆ। ਨਾ ਤਾਂ ਇਕੱਲੇ ਸ਼ਬਦ ਵੱਡੇ ਨੇ, ਨਾ ਇਕੱਲਾ ਵਿਸ਼ਾ ਵੱਡਾ, ਜਦੋਂ ਸਾਰਿਆਂ ਦਾ ਸੁਮੇਲ ਹੋ ਜਾਂਦਾ ਉਹ ਚੀਜ਼ ਵੱਡੀ ਆ। ਤੁਸੀਂ ਮਤਲਬ ਸਾਰੀ ਚੀਜ਼ ਨੂੰ ਗੁੰਨ ਕਿਵੇਂ ਦਿੱਤਾ, ਕਿਸ ਮਿੱਟੀ 'ਚ ਗੁੰਨਿਆ, ਉਹ ਹੈ। ਹੋਰ ਇਸ ਤੋਂ ਬਿਨਾਂ ਤੁਹਾਡੇ ਕਿਹੜੇ ਸ਼ੌਂਕ ਨੇ, ਲਿਖਣ ਤੋਂ ਬਿਨਾਂ, ਗੀਤਕਾਰੀ ਤੋਂ ਬਿਨਾਂ ਹੋਰ ਕਿਹੜੇ ਸ਼ੌਂਕ ਤੁਸੀਂ ਰੱਖੇ? ਹੋਰ ਜੀ, ਲਿਖਣ ਤੋਂ ਬਿਨਾਂ ਸ਼ੌਂਕ ਇਹੀ ਆ ਕਿ ਕੁਛ ਟਾਈਮ ਜਿੰਨਾ ਵੀ ਮਿਲਦਾ ਇਕੱਲਾ ਬੈਠਾ ਜਾਵੇ, ਆਪਦੇ ਅੰਦਰ ਉਤਰਿਆ ਜਾਵੇ, ਆਪਦੇ ਆਪਣਾ ਗੱਲਾਂ ਕੀਤੀਆਂ ਜਾਣ, ਕਿਉਂਕਿ ਅਸੀਂ ਸਾਰੇ ਕਾਰ ਵਿਹਾਰਾਂ 'ਚ ਨਾ ਸਾਰੀਆਂ ਊਚ ਨੀਚਾਂ ਦੁਨੀਆਦਾਰੀ ਇਹਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੀ ਅਸਲੀ ਚੀਜ਼ ਸੀ, ਜਿਹੜੀ ਨਿੱਗਰ ਚੀਜ਼ ਆ, ਜਿਹੜਾ ਸੈਂਟਰ ਹੈ, ਉਹ ਤਾਂ ਆਪਦੇ ਕੋਲ ਸੀ, ਉਹਨੂੰ ਗਵਾ ਦਿੰਦੇ ਹਾਂ, ਫਿਰ ਅਸੀਂ ਲੱਭਦੇ ਫਿਰਦੇ ਹਾਂ ਕਿਸੇ ਹੋਰ ਚੀਜ਼ਾਂ 'ਚੋਂ ਸਕੂਨ ਲੱਭਦੇ ਫਿਰਦੇ ਹਾਂ ਨਾ। ਸੋ ਮੇਰਾ ਇਹ ਹੁੰਦਾ ਕਿ ਜਿਹੜੀ ਅੰਦਰ ਦੀ ਰਿਚਨੈਸ ਆ ਉਹਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਕੱਢਦਾ ਰਹਾਂ, ਉਹਨੂੰ ਘੜਦਾ ਰਹਾਂ ਤਾਂ ਕਿ ਉਹ ਉੱਭਰ ਕੇ ਕੁਛ ਸਾਹਮਣੇ ਆ ਜਾਵੇ। ਬਾਕੀ ਗੀਤ ਸੁਣਨੇ, ਗੀਤ ਲਿਖਣੇ, ਫਿਲਮਾਂ ਦੇਖਣੀਆਂ, ਫਿਲਮਾਂ ਦਾ ਕੁਛ ਉਹਨਾਂ ਨਾਲ ਜੁੜਿਆ ਕੁਛ ਕਰਦੇ ਰਹਿਣਾ, ਕਿਤਾਬਾਂ ਮੈਗਜ਼ੀਨ ਪੜ੍ਹਦੇ ਰਹਿਣਾ, ਹੈ ਨਾ, ਜਾਂ ਘੁੰਮਣ ਫਿਰਨ ਦਾ ਮੈਨੂੰ ਕਾਫ਼ੀ ਮੇਰਾ ਹੈਗਾ ਕਿ ਟਰੈਵਲਿੰਗ ਦਾ ਮੈਨੂੰ ਸ਼ੌਂਕ ਆ। ਮੈਨੂੰ ਇੱਦਾਂ ਲੱਗਦਾ ਆ ਕਿ ਇਹ ਜਿਹੜੇ ਤੁਹਾਡੇ ਗੀਤ ਨੇ ਉਹ ਦੂਜੀ ਦੁਨੀਆ ਦੀਆਂ ਗੱਲਾਂ ਕਰਦੇ ਨੇ, ਅਤੇ ਅਕਸਰ ਜਿਹੜੇ ਗੀਤ ਨੇ ਉਹਨਾਂ ਦਾ ਇੱਕ ਮਕਸਦ ਹੁੰਦਾ, ਜਿਵੇਂ ਆਪਾਂ ਕੋਈ ਵੀ ਗੀਤ ਲਗਾ ਲਈਏ ਤਾਂ ਉਹਦੇ ਵਿੱਚ ਕੁਝ ਕੁਝ ਸੁਨੇਹਾ ਦੇਣਾ, ਕੁਝ ਸਮਾਜ ਨੂੰ ਸੁਨੇਹਾ ਦੇਣਾ, ਜਾਂ ਕਹਿ ਲਈਏ ਕਿ ਕੋਈ ਖਾਸ ਮਕਸਦ ਦੇ ਨਾਲ ਜੁੜੇ ਹੁੰਦੇ ਨੇ, ਪਰ ਤੁਹਾਡੇ ਗੀਤ ਮੈਨੂੰ ਗੀਤ ਘੱਟ ਅਤੇ ਥੋੜ੍ਹੇ ਪ੍ਰਗੀਤ ਜ਼ਿਆਦਾ ਲੱਗੇ ਨੇ। ਤੁਸੀਂ ਕੀ ਸੋਚਦੇ ਹੋ ਕਿ ਗੀਤ ਅਤੇ ਪ੍ਰਗੀਤ ਦੇ ਵਿੱਚ ਕੀ ਅੰਤਰ ਹੈ ਤੁਹਾਡੇ ਨਜ਼ਰੀਏ? ਜਿੱਦਾਂ ਯਥਾਰਥ ਹੁੰਦਾ ਨਾ, ਆਪਾਂ ਕਹਿੰਦੇ ਯਥਾਰਥ, ਜਿੱਦਾਂ ਨਾ ਮਤਲਬ ਮੇਰਾ ਯਥਾਰਥ ਮੇਰਾ, ਹੈ ਨਾ, ਮੇਰਾ ਯਥਾਰਥ ਜਿੱਦਾਂ ਦਾ ਮੈਂ ਜਿਸ ਮਾਹੌਲ 'ਚ ਰਿਹਾ, ਜਿਸ ਮਾਹੌਲ 'ਚ ਮੈਂ ਦੁਨੀਆ ਦੇਖ ਰਿਹਾ, ਜਿੱਦਾਂ ਦਾ ਮੈਂ ਗੱਲਾਂ ਕਰ ਰਿਹਾ, ਸਭ ਬੰਦਿਆਂ ਦਾ ਯਥਾਰਥ ਆਪੋ ਆਪਣਾ, ਜਿਸ ਤਰ੍ਹਾਂ ਦੇ ਉਹ ਯਥਾਰਥ ਉਹਨਾਂ ਨੂੰ ਸਮਝਦੇ ਨੇ ਉਸ ਤਰ੍ਹਾਂ ਦੀ ਉਹ ਅੱਗੇ ਕਾਰ ਵਿਹਾਰ ਕਰਦੇ ਆ ਨਾ। ਸੋ ਜਿਹੜੀ ਗੀਤਾਂ ਦੀ ਗੱਲ ਹੈ ਕਿ ਗੀਤਾਂ ਦੇ ਵਿੱਚ ਜਿੱਦਾਂ ਮਤਲਬ ਹੋਰ ਜਹਾਨ ਦੀਆਂ ਗੱਲਾਂ, ਹੈ ਨਾ, ਸੋ ਕਿਉਂਕਿ ਅਸੀਂ ਬੰਦੇ ਹਾਂ, ਅਸੀਂ ਆਮ ਬੰਦੇ ਹਾਂ, ਹੈ ਨਾ, ਅਤੇ ਸਾਨੂੰ ਛੋਟੇ ਹੁੰਦਿਆਂ ਨੂੰ ਜਿੱਦਾਂ ਅਸੀਂ ਛੋਟੇ ਹੁੰਦੇ ਗਿੱਠ ਮੁੱਠੀਆਂ ਦੀਆਂ ਕਹਾਣੀਆਂ ਪੜ੍ਹਦੇ ਹਾਂ, ਤਲਿਸਮੀ ਜਾਦੂ ਜੇ ਵੋ, ਹੈ ਨਾ, ਤਾਂ ਕਿ ਇੱਕ ਮਤਲਬ ਇਸ ਚੀਜ਼ ਦਾ ਸਾਡੇ ਸਾਨੂੰ ਸਾਹਿਤ ਨਾਲ ਜੋੜਨ ਵਾਸਤੇ, ਸਾਨੂੰ ਐਂਟਰਟੇਨ ਕਰਨ ਵਾਸਤੇ, ਜਾਂ ਸਾਨੂੰ ਸਾਨੂੰ ਪਰੀਆਂ ਦੀਆਂ ਕਹਾਣੀਆਂ, ਸਾਨੂੰ ਮਤਲਬ ਪਰੀਆਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਨਿੱਕੇ ਹੁੰਦਿਆਂ ਨੂੰ, ਹੈ ਨਾ, ਉਦੋਂ ਮਤਲਬ ਬੇਸ਼ੱਕ ਅਸੀਂ ਬੱਚੇ ਸੀ, ਚਲੋ ਬੱਚਿਆਂ ਨੂੰ ਸੁਣਾਉਣੀਆਂ ਵੀ ਇੱਦਾਂ ਹੀ ਚਾਹੀਦੀਆਂ ਨੇ, ਪਰ ਕਿਤੇ ਨਾ ਕਿਤੇ ਇਹ ਅੰਸ਼ ਜਿਹੜਾ, ਇਹ ਕਣੀ ਜਿਹੜੀ ਹੈਗੀ ਆ, ਇਹ ਰਹਿੰਦੀ ਆ ਕਿ ਇਸ ਚੀਜ਼ ਨੂੰ ਰਿਐਲਿਟੀ ਨਾਲ ਗੁੰਨ ਕੇ ਪੇਸ਼ ਕਰਨ ਦੀ, ਹੈ ਨਾ, ਕਿ ਕੋਈ ਵੀ ਗੀਤ ਲਾ ਲਓ, ਜਿਵੇਂ ਹੁਣ ਗੁੱਤ 'ਚ ਲਾਹੌਰ ਦੀ ਗੱਲ ਕੀਤੀ ਸੀ, ਜਦੋਂ ਵਿੱਚ ਦੀਆਂ ਗੱਲਾਂ ਕਰਾਂਗੇ ਆਪਾਂ, ਵਿੱਚ ਦੀਆਂ ਗੱਲਾਂ ਤੁਸੀਂ ਉਹ 'ਚ ਸੁਣਿਆ ਹੋਣਾ ਕਿ ਕਦੇ ਆਓ ਨਨਕਾਣੇ ਤੁਹਾਨੂੰ ਅੱਖਾਂ 'ਤੇ ਬਿਠਾਈਏ, ਆ ਜਾਓ ਤੁਹਾਨੂੰ ਅੰਮ੍ਰਿਤਸਰ ਦੀਆਂ ਗਲੀਆਂ ਘੁਮਾਈਏ, ਨੇੜੇ ਹੁੰਦੀਆਂ ਸੀ ਹੋ ਗਈਆਂ ਕਿ ਦੂਰ ਦੀਆਂ ਗੱਲਾਂ, ਲਾਇਲਪੁਰ ਸਰਗੋਧੇ ਅਤੇ ਕਸੂਰ ਦੀਆਂ ਗੱਲਾਂ, ਹੈ ਨਾ। ਸੋ ਅਸਲ ਦੇ ਵਿੱਚ ਪਤਾ ਕੀ ਆ, ਇਹ ਜਿਹੜੇ ਗੀਤਕਾਰ ਹੋਣਗੇ ਉਹ ਮੇਰੀ ਗੱਲ ਸਮਝ ਸਕਣਗੇ ਮੇਰੇ ਖਿਆਲ 'ਚ, ਜਾਂ ਜਿਹੜੇ ਇਸ ਨਾਲ ਜੁੜੇ ਹੋਣਗੇ, ਉਹ ਇਹ ਆ ਕਿ
ਤੁਸੀਂ ਜਦੋਂ ਲਿਖਣ ਬਹਿੰਦੇ ਹੋ ਤੁਹਾਡੇ ਕੋਲੇ ਉਹ ਜਿਹੜੀਆਂ ਤਰਤੀਬਾਂ ਹੁੰਦੀਆਂ ਜਿਹੜੀਆਂ ਬਣਤਰਾਂ ਹੁੰਦੀਆਂ ਉਹ ਤੁਹਾਨੂੰ ਹੀ ਪਤਾ ਹੁੰਦੀਆਂ ਨੇ ਕਿ ਇਹ ਕਿੱਦਾਂ ਕਰਨੀ ਆ, ਕਿੱਦਾਂ ਆਹ ਆਹ ਕਿਹੜੀ ਚੀਜ਼ ਲੋਕਾਂ 'ਤੇ ਅਸਰ ਵੱਧ ਕਰਨੀ ਆ ਨਾ, ਕਿਹੜੀ ਚੀਜ਼ ਦਾ ਕੀ ਮਾਹੌਲ ਬਣਨਾ, ਕਿਹੜੀ ਚੀਜ਼ ਦਾ ਕੀ ਬਣਨਾ। ਸੋ ਜਿੱਦਾਂ ਕੋਈ ਗੋਲੀ ਹੁੰਦੀ ਆ, ਸ਼ੂਗਰ ਕੋਟਡ ਆਪਾਂ ਕਹਿ ਦਿੰਦੇ ਹਾਂ ਨਾ, ਵਿੱਚ ਕੁਛ ਹੋਰ ਹੁੰਦਾ, ਉੱਪਰ ਸ਼ੂਗਰ ਹੁੰਦਾ ਤਾਂ ਕਿ ਮਿੱਠੀ ਲੱਗੇ ਅਤੇ ਅਸਰ ਵੀ ਕਰਦੇ, ਹੈ ਨਾ। ਸੋ ਚੀਜ਼ ਮਤਲਬ ਅੰਦਰੋਂ ਉਹਦੀ ਬਾਡੀ ਸਟਰਕਚਰ ਕਿੱਦਾਂ ਦੀ ਆ, ਉਹ ਉਹ 'ਚ ਗੱਲਾਂ ਉਸ ਤਰ੍ਹਾਂ ਦੀਆਂ ਹੋਣ। ਔਰ ਜਿਹੜੀ ਮੇਨ ਲਾਈਨ ਆ, ਮੇਨ ਲਾਈਨ ਕੈਚੀ ਹੋਣੀ ਚਾਹੀਦੀ ਆ, ਕਿਉਂਕਿ ਇੱਥੇ ਕਿਉਂਕਿ ਮੈਂ ਜ਼ਿਆਦਾ ਫਿਲਮਾਂ 'ਚ ਗੀਤੇ ਲਿਖਿਆ, ਇੱਕ ਇਹ 'ਚ ਵੀ ਇਹ ਵੀ ਇੱਕ ਪੁਆਇੰਟ ਆ, ਜਿਹੜੇ ਕੈਚੀ ਟਾਈਟਲ ਉਹ ਤੁਹਾਨੂੰ ਕਰਨੇ ਹੀ ਪੈਣੇ ਆ। ਜੇ ਤੁਸੀਂ ਨਹੀਂ ਕਰੋਗੇ, ਜੇ ਤੁਸੀਂ ਬੋਰੀਅਤ ਜੀ ਵਾਲਾ ਕੁਛ ਕਰ ਦੋਗੇ, ਫਿਰ ਤੁਹਾਨੂੰ ਉਹ ਕੋਈ ਆਉਟਪੁੱਟ ਨਹੀਂ ਆਉਣੀ ਉਸ ਚੀਜ਼ ਦੀ, ਹੈ ਨਾ। ਸੋ ਤੁਹਾਨੂੰ ਇਹ ਕਰਨਾ ਹੀ ਪੈਣਾ। ਔਰ ਮੇਰਾ ਜਿਹੜਾ ਮੇਰਾ ਮੇਰਾ ਤੌਰ ਤਰੀਕਾ ਰਿਹਾ ਲਿਖਣ ਦਾ, ਹਮੇਸ਼ਾ ਇਹ ਰਿਹਾ, ਤੁਸੀਂ ਰਾਣੀ ਤੱਤ 'ਚ ਵੀ ਦੇਖੋਗੇ, ਇਹ ਜੋ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ, ਦੱਬੀਏ ਤਾਂ ਕਿੱਥੇ ਅਤੇ ਕਿੱਥੇ ਲੁਕਾਈਏ। ਪਰ ਜੇ ਤੁਸੀਂ ਸਾਰਾ ਪੜ੍ਹੋਗੇ, ਉਸ ਚੀਜ਼ 'ਚੋਂ ਲੰਘੋਗੇ, ਉਹ ਤੁਹਾਨੂੰ ਲੱਗੂਗਾ ਕਿ ਨਹੀਂ ਆ ਤਾਂ ਆਹ ਚੀਜ਼ ਵੀ ਇਹਦੇ ਵਿੱਚ ਆ ਗਈ, ਹੈ ਨਾ। ਸੋ ਤਾਂ ਕਰਕੇ ਇਹ ਜਿਹੜੀਆਂ ਬਣਤਰਾਂ ਨੇ, ਇਹਨਾਂ ਨੂੰ ਉਸ ਚੀਜ਼ ਨੂੰ ਮੇਰੇ ਖਿਆਲ 'ਚੋਂ ਬੰਦਾ ਜ਼ਿਆਦਾ ਸਮਝੂਗਾ ਜਿਹੜਾ ਇਸ ਮੇਰੇ ਵਰਗੇ ਮਾਹੌਲ 'ਚੋਂ ਲੰਘ ਰਿਹਾ, ਜਿਹੜਾ ਮੇਰੇ ਵਰਗੇ ਮਾਹੌਲ 'ਚੋਂ ਲੰਘ ਰਿਹਾ ਜਾਂ ਉਸ ਤਰ੍ਹਾਂ ਚੀਜ਼ਾਂ ਨੂੰ ਦੇਖ ਪਰਖ ਰਿਹਾ, ਤਾਂ ਕਰਕੇ ਆ ਉਹ। ਮਤਲਬ ਹੋਰ ਕੋਈ ਇਹਦੇ ਵਿੱਚ ਕੋਈ ਖਾਸ ਇੰਟੈਂਸ਼ਨ ਨਹੀਂ ਹੈਗੀ। ਬਾਕੀ ਹੋਰ ਜਹਾਨ ਜਿਹੜਾ ਆਪਾਂ ਗੱਲ ਕੀਤੀ ਹੈ ਕਿ ਕਿਸੇ ਹੋਰ ਦੁਨੀਆ ਦੀ ਗੱਲ, ਦੁਨੀਆ ਦੀ ਗੱਲ ਇਹੀ ਆ ਕਿ ਅਸੀਂ ਜਿਸ ਦੁਨੀਆ 'ਚ ਰਹਿੰਦੇ ਹੁੰਦੇ ਹਾਂ, ਜਿਸ ਦੁਨੀਆ 'ਚ ਰਹਿੰਦੇ ਹੁੰਦੇ ਹਾਂ, ਉਹੀ ਦੁਨੀਆ ਨੂੰ ਦੇਖ ਕੇ ਹੀ, ਜੇ ਹੋਰ ਦੁਨੀਆ ਦੀ ਗੱਲ ਹੀ ਆਊਗੀ ਤਾਂ ਉਸੇ ਭਾਸ਼ਾ 'ਚ ਹੀ ਆਊਗੀ ਨਾ। ਜਿਵੇਂ ਅੰਬਰ ਦੀ ਸਿੱਧੀ ਗੱਲ ਕਰ ਦੇਣੀ, ਤਾਰੇ ਤੋੜਨ ਦੀ ਗੱਲ ਕਰ ਦੇਣੀ, ਹਾਲਾਂਕਿ ਰਿਐਲਿਟੀ 'ਚ ਕੁਛ ਵੀ ਨਹੀਂ ਹੁੰਦਾ ਉਸ ਤਰ੍ਹਾਂ, ਉਹੀ ਗੱਲ ਫਿਰ ਸਿੰਬੋਲਿਕ ਸਿੰਬੋਲਿਕ ਇਹ ਹੁੰਦਾ ਕਿ ਮੈਂ ਕੁਛ ਵੀ ਕਰਦਾ ਤੇਰੇ ਵਾਸਤੇ, ਭਾਈ ਮੈਂ ਤੇਰੇ ਵਾਸਤੇ ਆਹ ਵੀ ਕਰ ਸਕਦਾ, ਹੈ ਨਾ। ਅਸੀਂ ਇੱਕ ਸੁਣਦੇ ਹੁੰਦੇ ਹਾਂ ਕਿ ਕੋਈ ਫਕੀਰ ਸੀ, ਉਹਨਾਂ ਦੀ ਮੌਤ ਹੋਈ, ਜਿਹੜੀ ਬਾਡੀ ਸੀ ਕੁਛ ਟਾਈਮ ਬਾਅਦ ਬਾਡੀ ਗਾਇਬ ਹੋ ਗਈ ਔਰ ਉੱਥੇ ਫੁੱਲ ਰਹਿ ਗਏ ਗੱਲੇ, ਤਾਂ ਦੇਖਣ 'ਚ ਕਰਾਮਤ ਲੱਗੂਗੀ ਕਿ ਉਹਦਾ ਜਾਦੂ ਜਾਇਆ, ਤਾਂ ਐਵੇਂ ਉਲਝਾ ਹੀ ਜਾਂਦੇ ਸਾਨੂੰ ਜਾਦੂ ਭਰਮ ਦੇ ਵਿੱਚ। ਪਰ ਉਹ ਗੱਲ ਸਿੰਬੋਲਿਕ ਸੀ ਕਿ ਉਹ ਫੁੱਲਾਂ ਦਾ ਮਤਲਬ ਇਹ ਸੀ ਕਿ ਇਹ ਇੱਕ ਸੰਦੇਸ਼ ਦੇ ਗਏ ਕਿ ਸਾਰੇ ਇਕੱਠੇ ਰਹੋ, ਫੁੱਲਾਂ ਵਾਂਗੂ ਮਹਿਕਦੇ ਰਹੋ। ਅਸੀਂ ਲੋਕਾਂ ਅਸੀਂ ਸੰਦੇਸ਼ ਨੂੰ ਪਕੜਨ ਦੀ ਗੱਲ ਕਰੀਏ ਕਿ ਉਹਦੇ ਵਿੱਚੋਂ ਅਸੀਂ ਸਿੰਬਲ ਕੀ ਜਾ ਰਿਹਾ, ਹੈ ਨਾ। ਸੋ ਇਹੀ ਇਹੀ ਇੱਕ ਪਲੱਸ ਪੁਆਇੰਟ ਹੁੰਦਾ ਲਿਖਣੀ ਦਾ ਕਿ ਤੁਸੀਂ ਕਿੱਦਾਂ ਗੱਲ ਕਰ ਰਹੇ ਹੋ, ਠੀਕ ਹੈ। ਸੋ ਬਾਕੀ ਸਾਰਾ ਕੁਛ ਹੀ ਆ, ਐਕਟੀਵਿਟੀਜ਼ ਵੀ ਚੱਲਦੀਆਂ ਰਹਿੰਦੀਆਂ ਨੇ। ਅਸੀਂ ਕੱਲ੍ਹ ਇੱਕ ਗੀਤ ਡੱਬ ਕੀਤਾ ਕਿ ਇੱਕ ਐਕਟੀਵਿਟੀ ਆ ਕੁੜੀਆਂ 'ਚ ਕਿ ਅਸੀਂ ਚੁੰਨੀ ਲੈਂਦੇ ਹਾਂ ਸਿਰ 'ਤੇ, ਉਹ ਚੁੰਨੀ ਤਿਲਕ ਜਾਂਦੀ ਆ, ਥੱਲੇ ਆ ਜਾਂਦੀ ਆ, ਹੈ ਨਾ। ਉਹ ਇੱਕ ਇਹ ਐਕਟੀਵਿਟੀ ਹੈ, ਇੱਕ ਮੈਂ ਐਕਟੀਵਿਟੀ 'ਚ ਬੜੇ ਮੈਨੂੰ ਲੱਗਦਾ ਕਿ ਗੀਤ ਬਣਾ ਸਕਦੇ ਹਾਂ ਅਸੀਂ, ਕਿ ਉਹ ਗੀਤ ਦਾ ਟਾਈਟਲ ਹੀ ਹੈ ਕਿ ਚੁੰਨੀ ਸਿਰ 'ਤੇ ਨਾ ਖੜਦੀ ਮੇਰੀ ਰੇਸ਼ਮੀ, ਉਹ ਬੜਾ ਪਿਆਰਾ ਕੰਪੋਜ਼ ਹੋਇਆ ਨਾ। ਸੋ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਾਂ ਨਿੱਕੇ ਨਿੱਕੇ ਗੀਤ ਗੱਲਾਂ 'ਚੋਂ ਗੀਤ ਬਣ ਜਾਣੇ, ਸੋ ਮੈਨੂੰ ਵਧੀਆ ਮੰਨਦਾ ਹੁਣ ਇਸ ਚੀਜ਼ ਨੂੰ। ਬਾਕੀ ਜਿਹੜਾ ਉਹ ਰੰਗੀਨੀਅਤ ਆ, ਉਹ ਮੈਂ ਕਰਦਾ ਹੀ ਰਹੂੰਗਾ, ਉਹ ਮੇਰਾ ਇੱਕ ਮੇਰੀ ਸ਼ੈਲੀ ਆ, ਹੈ ਨਾ। ਕਿਸੇ ਕ੍ਰਿਟਿਕ ਕੋਲ ਤੁਹਾਡੀ ਕਿਤਾਬ ਪਹੁੰਚੀ ਹੋਵੇ ਅਤੇ ਉਹਨੇ ਤੁਹਾਡੇ ਹੋਰਾਂ ਲੋਕਾਂ ਤੋਂ ਵੱਖਰੇ ਜਿਹੜੇ ਵਿਚਾਰ ਤੁਹਾਡੀ ਕਿਤਾਬ ਬਾਰੇ ਦਿੱਤੇ ਹੋਣ ਜਾਂ ਕੁਝ ਨੈਗੇਟਿਵ ਕਿਹਾ ਹੋਵੇ, ਕੁਝ ਇਸ ਤਰ੍ਹਾਂ ਦਾ ਹੋਇਆ? ਹਾਂਜੀ, ਅਸਲ 'ਚ ਸਾਡੀ ਜਿਹੜੀ ਕ੍ਰਿਟੀਸਿਜ਼ਮ ਦੀ ਜਿਹੜੀ ਪ੍ਰੋਬਲਮ ਆ, ਉਹ ਹੈ ਕਿ ਸਾਡੇ ਅਸੀਂ ਸੁਹਿਰਦਤਾ ਨਾਲ ਨਹੀਂ ਕਰਦੇ ਉਹ ਚੀਜ਼, ਅਸੀਂ ਸੁਹਿਰਦ ਨਹੀਂ ਹੁੰਦੇ, ਅਸੀਂ ਉਹਦੇ ਵਿੱਚ ਇੱਕ ਜੈਲਸ ਹੋਣਾ ਜਾਂ ਨਫ਼ਰਤ ਦੀ ਕੋਈ ਅੰਸ਼ ਮਿਲਾ ਲੈਂਦੇ ਹੁੰਦੇ ਹਾਂ, ਉਦੋਂ ਫਿਰ ਜਿਹੜੀ ਕ੍ਰਿਟੀਸਿਜ਼ਮ ਵਾਲੀ ਆਲੋਚਨਾ ਵਾਲੀ ਗੱਲ ਆ, ਉਹ ਵਿਗੜ ਜਾਂਦੀ ਹੈ ਨਾ। ਸੋ ਕਈ ਨਾਮ ਤਾਂ ਨਹੀਂ ਲੈਣੇ ਹੁੰਦੇ, ਕਈ ਆਲੇ ਦੁਆਲਿਆਂ ਵਾਲੇ ਲੋਕਾਂ ਨੂੰ ਜਾਂ ਕਿਸੇ ਇਸ ਫੀਲਡ ਨਾਲ ਜੁੜੇ ਲੋਕਾਂ ਨੂੰ ਇਹੀ ਵੱਡੀ ਪ੍ਰੋਬਲਮ ਲੱਗੀ ਕਿ ਇਹਦੀ ਕਿਤਾਬ ਕਿਉਂ ਵਿਕ ਰਹੀ ਆ, ਕਿ ਇਹਦੀ ਮੁੰਡੇ ਜੀ ਦੀ ਕਿਤਾਬ ਕਿਉਂ ਵਿਕੀ ਜਾਂਦੀ ਹੈ, ਮਤਲਬ ਇਸ ਤਰ੍ਹਾਂ ਦੀ ਸਟੇਟਮੈਂਟਸ ਮੈਂ ਦੇਖੀਆਂ ਨਾ। ਜਾਂ ਹੋਰ ਵੀ ਕਈ ਜਗ੍ਹਾ ਤੋਂ ਮਤਲਬ ਆਏ ਉਹਨਾਂ ਲੋਕਾਂ ਤੋਂ ਜਿਹੜੇ ਇਸ ਫੀਲਡ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੂੰ ਲਿਟਰੇਚਰ ਵਾਲੇ ਬੰਦਿਆਂ ਦਾ ਨਾ, ਇੱਕ ਦੋ ਥਾਵਾਂ ਤੋਂ। ਸੋ ਪਰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਜੇ ਵਾਕਈ ਸਹੀ ਆ ਤਾਂ, ਜੇ ਉਹ 'ਚ ਕੁਛ ਹੋਰ ਹੀ ਘੁਲਿਆ ਮਿਲਿਆ ਹੋਇਆ ਫਿਰ ਗਲਤ ਆ। ਜਿੱਦਾਂ ਹੁਣ ਅਵਾਰਡ ਦੀ ਗੱਲ ਸੀ, ਬੜੇ ਲੋਕਾਂ ਨੇ ਅਵਾਰਡ, ਕੁਛ ਮੀਡੀਆ ਵਾਲੇ ਸੀਗੇ ਇੱਕ ਦੋ ਬੰਦੇ, ਕਿ ਇਹ ਅਵਾਰਡ ਤਾਂ ਪਹਿਲਾਂ ਹੀ ਸੀ, ਇੱਦਾਂ ਹਰਮਨ ਨੇ ਤਾਂ ਪਤਾ ਨਹੀਂ ਕੀ ਕੀਤਾ ਹੋਇਆ, ਹਰਮਨ ਤਾਂ ਪਤਾ ਨਹੀਂ ਐਂ ਕਰਦਾ ਨਾ। ਸੋ ਅਜੀਬ ਲੋਕਾਂ ਨੂੰ ਇੱਕ ਭਰਮ ਬਣਾ ਕੇ ਦਿਖਾਇਆ ਉਹਨਾਂ ਨੇ, ਪਰ ਫਰਕ ਪੈਂਦਾ ਨਹੀਂ, ਫਰਕ ਕੁਛ ਵੀ ਨਹੀਂ ਪੈਂਦਾ, ਤੁਸੀਂ ਆਪਣੀ ਲਗਨ ਆਪਣੀ ਮਿਹਨਤ ਨਾਲ ਕੰਮ ਕਰੀ ਜਾਣਾ ਹੁੰਦਾ। ਮੈਨੂੰ ਕੁਛ ਨਹੀਂ ਫਰਕ ਪਿਆ, ਮੈਂ ਉਸੇ ਹੀ ਤਰੀਕੇ ਨਾਲ ਲੱਗਿਆ ਹੋਇਆ, ਸਗੋਂ ਹੋਰ ਦੁੱਗਣਾ ਹੋ ਗਿਆ ਮੈਂ ਕੰਮ ਕਰਨ ਨੂੰ, ਹੈ ਨਾ। ਆਲੋਚਨਾ ਦਾ ਤਾਂ ਹੈ ਨਾ, ਜੇ ਤੁਸੀਂ ਬਰਾਬਰ ਉਸ ਦੀ
ਜੇ ਤੁਹਾਨੂੰ ਪਤਾ ਹੋਵੇ ਹੁਣ ਕੋਈ ਕਿਤਾਬ ਆਈ ਕੋਈ ਫਿਲਮ ਆਈ ਮੰਨ ਲਓ ਅੱਜ ਕੱਲ੍ਹ ਕੀ ਟਰੈਂਡ ਆ ਕਿ ਫਿਲਮ ਆਈ ਤਾਂ ਨਾਲ ਦੀ ਨਾਲ ਰਿਵਿਊ ਲਿਖ ਦਿੰਦੇ ਆ ਲੋਕ ਸਿਨੇਮੇ 'ਚ ਖੜੇ ਖੜੇ ਕਦੇ ਵੀ ਇੱਦਾਂ ਨਹੀਂ ਹੋ ਸਕਦਾ ਇੰਸਟੈਂਟ ਰਿਵਿਊ ਕਦੇ ਨਾ ਲਿਖੋ ਫਿਲਮ ਨੂੰ ਉਤਰਨ ਦਿਓ ਆਪਣੇ ਮਨ 'ਚ ਕਈ ਵਾਰੀ ਫਿਲਮ ਦਾ ਇੱਕ ਸੀਨ ਹੀ ਸਾਰੀ ਤੁਹਾਡੀ ਕਮਾਈ ਬਣ ਜਾਂਦਾ ਹੁੰਦਾ ਕਿਤਾਬ ਵੀ ਇਹੀ ਆ ਗੀਤ ਵੀ ਇਹੀ ਆ ਇੰਸਟੈਂਟ ਦੋ ਅਸੀਂ ਸਾਡੇ 'ਚ ਕਾਹਲ ਬੜੀ ਆ ਹਰੇਕ ਕੰਮ ਨੂੰ ਲੈ ਕੇ ਕਾਹਲ ਕਾਹਲ ਮਤਲਬ ਅਸੀਂ ਟਿੱਕ ਕੇ ਬੈਠ ਨਹੀਂ ਸਕਦੇ ਨਾ ਇੱਕ ਥਾਂ 'ਤੇ ਸੋ ਕਾਹਲ ਨੂੰ ਛੱਡ ਕੇ ਜਦੋਂ ਅਸੀਂ ਐਨ ਤਰੀਕੇ ਨਾਲ ਦੇਖਾਂਗੇ ਪਰਖਾਂਗੇ ਫਿਰ ਗੱਲ ਬਣਦੀ ਹੈ ਜੇ ਅਸੀਂ ਇੱਕਦਮ ਹੀ ਬਸ ਵੀ ਕੁਛ ਚੀਜ਼ ਆਈ ਤਾਂ ਉਹਨੂੰ ਅਸੀਂ ਆਪਣੇ ਸ਼ਬਦਾਂ 'ਚ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਉਹਨੂੰ ਦੇਤਾ ਤਾਂ ਉਹ ਗਲਤ ਆ ਬਾਕੀ ਮੈਂ ਜ਼ਿਆਦਾ ਵਿਚਰਦਾ ਵੀ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੱਦਾਂ ਹੁਣ ਸਕੂਲ ਕਾਲਜਸ ਨੇ ਜੋ ਮੈਨੂੰ ਉੱਥੇ ਕੋਈ ਬੁਲਾਉਂਦਾ ਮੈਂ ਭੱਜ ਕੇ ਜਾਣਾ ਹੁੰਦਾ ਕੋਈ ਯੂਨੀਵਰਸਿਟੀ ਆ ਕਿਸੇ ਮੁੰਡੇ ਕੁੜੀਆਂ ਨਾਲ ਸਾਹਮਣੇ ਬੈਠ ਕੇ ਗੱਲਾਂ ਕਰਨੀਆਂ ਮੈਂ ਭੱਜ ਕੇ ਜਾਣਾ ਉੱਥੇ ਹੈ ਨਾ ਉਹ ਲੋਕਾਂ ਨਾਲ ਬੈਠਣਾ ਅਤੇ ਜਿਹੜੀ ਇਹ ਮਾਹੌਲ ਆ ਇਹ ਮੇਰੇ ਮੇਰੇ ਸੁਭਾਅ 'ਚ ਹੈ ਨਹੀਂ ਜਿਹੜਾ ਇਹਨਾਂ ਦਾ ਜਿਹੜੀ ਵੀ ਅਸੀਂ ਸਾਹਿਤਕਾਰ ਹਾਂ ਅਸੀਂ ਇੱਦਾਂ ਹੁੰਦੇ ਹਾਂ ਅਸੀਂ ਥੋੜ੍ਹੇ ਜਿਹੇ ਅਲੱਗ ਹੁੰਦੇ ਹਾਂ ਦੁਨੀਆ ਤੋਂ ਹੈ ਨਾ ਅਸੀਂ ਆਹ ਮਾਹੌਲ 'ਚ ਬੈਠ ਕੇ ਕਰਦੇ ਹਾਂ ਕੰਮ ਉਹ ਮੈਨੂੰ ਉਹ ਮੈਂ ਟੁੱਟਿਆ ਹੋਇਆ ਉਸ ਮਾਹੌਲ ਤੋਂ ਹਾਂਜੀ ਹਰਮਨ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿ ਅਗਲੇ ਭਵਿੱਖ ਦੇ ਲਈ ਤੁਹਾਡੀਆਂ ਕੀ ਤਿਆਰੀਆਂ ਨੇ ਕੀ ਦਰਸ਼ਕਾਂ ਦੇ ਲਈ ਪਾਠਕਾਂ ਦੇ ਲਈ ਸਰੋਤਿਆਂ ਦੇ ਲਈ ਤੁਸੀਂ ਕੀ ਲੈ ਕੇ ਆ ਰਹੇ ਹੋ ਕਿਤਾਬ 'ਤੇ ਕੰਮ ਕਰ ਰਹੇ ਹਾਂ ਜੀ ਕਿਤਾਬ ਸਰਬੱਤ ਦਾ ਨਾਮ ਹੋਊਗਾ ਔਰ ਸਰਬੱਤ ਵਿੱਚ ਸਾਰਾ ਕੁਝ ਹੀ ਸ਼ਾਮਿਲ ਕਰਨਾ ਅਸੀਂ ਜਿੱਦਾਂ ਵੀ ਉਹਦਾ ਮਾਹੌਲ ਬਣਨਾ ਬਾਕੀ ਕੁਛ ਫਿਲਮਾਂ ਨੇ ਲੌਂਗ ਲਾਚੀ ਫਿਲਮ ਅੰਬਰਦੀਪ ਭਾਅ ਜੀ ਡਾਇਰੈਕਸ਼ਨ ਹੈ ਨੀਰੂ ਬਾਜਵਾ ਔਰ ਐਮੀ ਵਿਰਕ ਉਹਨਾਂ ਨਾਲ ਨੇ ਉਹ 'ਚ ਗੀਤ ਕਰ ਰਹੇ ਹਾਂ ਅਤੇ ਹਰਜੀਤਾ ਮੂਵੀ 'ਚ ਕਰ ਰਹੇ ਹਾਂ ਗੀਤ ਉਹ ਹਾਕੀ ਬੇਸਡ ਫਿਲਮ ਹੈ ਅਤੇ ਇਸ ਤੋਂ ਬਿਨਾਂ ਮਨਪ੍ਰੀਤ ਮੁੰਡਾ ਮੇਰਾ ਮਿੱਤਰ ਅਮਨ ਉਹਨਾਂ ਦੀ ਗੀਤ ਕਰ ਰਹੇ ਹਾਂ ਅਤੇ ਸਰਦਾਰ ਕਿਸਾਨ ਸਿੰਘ ਇੱਕ ਮੂਵੀ ਕਰ ਰਹੇ ਹਾਂ ਬਾਕੀ ਇੱਦਾਂ ਦੀ ਕਈ ਐਕਟੀਵਿਟੀਜ਼ ਨੇ ਜਿਨ੍ਹਾਂ 'ਚ ਕੁਛ ਗੀਤ ਨੇ ਕੁਛ ਕਵਿਤਾਵਾਂ ਨੇ ਕੁਛ ਹੋਰ ਤੌਰ ਤਰੀਕੇ ਨੇ ਉਹ ਕਰ ਰਹੇ ਹਾਂ ਅਤੇ ਲੱਗੇ ਹੋਏ ਹਾਂ ਜੀ ਹਾਂਜੀ ਫਿਲਮ ਵਾਰਤਾ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਆਪਣੀ ਮੁਲਾਕਾਤ ਦੇ ਅੰਤ ਵਿੱਚ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ ਸੁਨੇਹਾ ਇਹੀ ਹੈ ਕਿ ਜਿਹੜੀ ਅੰਦਰ ਦੇ ਉਛਾਲ ਆ ਰਹੀਆਂ ਗੱਲਾਂ ਸਾਡੀ ਜਿਹੜੀ ਪਿਓਰਿਟੀ ਆ ਜਿਹੜੀ ਅੰਦਰ ਦੀ ਉਹਨੂੰ ਵੇਖਣ ਦੇ ਉਹਨੂੰ ਤੱਕਣ ਦੇ ਉਹਦੇ ਕੋਲ ਬੈਠਣ ਦੇ ਸਬੱਬ ਬਣਾਈਏ ਇਸ ਤਰ੍ਹਾਂ ਦੇ ਅਸੀਂ ਘਾੜਤਾਂ ਘੜੀਏ ਕਿ ਉਹਨਾਂ ਉਸ ਐਨਰਜੀ ਦੇ ਕੋਲ ਅਸੀਂ ਬੈਠਣ ਦੀ ਯੋਗਤਾ ਉਹਨੇ ਸਮਰੱਥ ਹੋ ਜਾਈਏ ਅਸੀਂ ਕਿਉਂਕਿ ਜਿੱਦਾਂ ਕੋਈ ਪੈੱਨ ਹੈ ਪੈੱਨ ਪਿਆ ਇੱਥੇ ਅਸੀਂ ਜੰਮਦੇ ਮੈਂ ਕਹਿੰਦਾ ਕਿ ਪੈੱਨ ਦੇ ਰੂਪ 'ਚ ਜੰਮੇ ਮੰਨ ਲਓ ਅਸੀਂ ਅਸੀਂ ਮਰਨ ਵੇਲੇ ਅਸੀਂ ਜ਼ਿੰਦਗੀ ਦੇ ਖਾਤਮੇ ਵੇਲੇ ਖਾਤਮਾ ਤਾਂ ਸੱਚ ਨਹੀਂ ਹੁੰਦਾ ਉਹ ਉਦੋਂ ਵੀ ਅਸੀਂ ਉਸ ਰੂਪ 'ਚ ਹੀ ਮਰੀਏ ਇਹ ਨਹੀਂ ਕਿ ਕਿਤੇ ਸਾਡਾ ਕੈਪ ਕਿਤੇ ਹੋਰ ਆ ਜਿਵੇਂ ਜਿੱਦਾਂ ਪੈੱਨ ਮੈਂ ਦੇਖ ਰਿਹਾ ਨਾ ਕਿ ਸਿੱਕਾ ਕਿਤੇ ਜਿਹੜਾ ਰਿਫਲ ਉਹਦਾ ਹੋਰ ਕਿਤੇ ਪਿਆ ਅਸੀਂ ਬੜੇ ਸੰਪੂਰਨਤਾ ਨਾਲ ਹੀ ਸੰਪੂਰਨ ਹੋਈਏ ਅਸੀਂ ਇਹ ਨਹੀਂ ਕਿ ਸਾਡੇ 'ਚ ਕੋਈ ਕਮੀ ਰਹਿ ਜੀ ਉਦੋਂ ਉਹ ਤਾਂ ਹੀ ਆ ਜੇ ਅਸੀਂ ਆਪਣੇ ਅੰਦਰ ਦੀ ਜਿਹੜੀ ਸ਼ਕਤੀ ਆ ਆਪਣੇ ਅੰਦਰ ਦਾ ਜਿਹੜਾ ਸੀ ਆਫ ਐਨਰਜੀ ਹੈ ਨਾ ਉਹਨੂੰ ਜਾਣਾਂਗੇ ਉਹ ਕਿਵੇਂ ਜਾਣਾਂਗੇ ਇਹ ਤੁਹਾਡੇ 'ਤੇ ਆ ਕਿ ਤੁਸੀਂ ਕਿੱਦਾਂ ਦੁਨੀਆ ਨੂੰ ਦੇਖ ਰਹੇ ਹੋ ਕਿੱਦਾਂ ਆਪਣੇ ਆਪ ਨੂੰ ਦੇਖ ਰਹੇ ਹੋ ਕਿੱਦਾਂ ਸਾਰਾ ਤੁਸੀਂ ਅਪਣਾਇਆ ਹੋਇਆ ਮਾਹੌਲ ਇੰਨਾ ਕੁ ਦੁਨੀਆ ਨੂੰ ਤੁਸੀਂ ਥੋੜ੍ਹਾ ਜਿਹਾ ਇੰਨਾ ਕੁ ਟਾਈਮ ਕੱਢ ਲਓ ਇੰਨਾ ਕੁ ਇਗਨੋਰ ਤਾਂ ਕਰੋ ਤੁਹਾਡੇ ਕੋਲ ਇਗਨੋਰ ਕਰਨ ਦੀ ਪਾਵਰ ਵੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਮਤਲਬ ਇੱਕ ਇੰਨੀ ਕੁ ਵੀ ਆਸ ਵਹਾ ਤੋਂ ਮੈਂ ਇੱਥੇ ਆ ਕੇ ਕੁਛ ਕਰਨਾ ਮੈਂ ਆਪਣੇ ਵਾਸਤੇ ਕਰਨਾ ਜੇ ਆਪਣੇ ਵਾਸਤੇ ਹੋਊਗਾ ਤਾਂ ਹੀ ਦੁਨੀਆ ਵਾਸਤੇ ਹੋਊਗਾ ਜੇ ਆਪਣੇ ਆਪ ਨਾਲ ਪਿਆਰ ਆ ਤਾਂ ਹੀ ਕਿਸੇ ਹੋਰ ਨਾਲ ਪਿਆਰ ਹੋਊ ਜੇ ਤੁਹਾਡਾ ਆਪਣੇ ਆਪ ਨਾਲ ਪਿਆਰ ਹੀ ਹੈ ਨਹੀਂ ਕੋਈ ਤੁਹਾਨੂੰ ਤੁਸੀਂ ਆਪਣਾ ਕਦੇ ਸਰੀਰ ਹੀ ਨਹੀਂ ਦੇਖਿਆ ਸੀ ਕਦੇ ਵੀ ਇੰਨਾ ਸੋਹਣਾ ਸੁਹੱਪਣ ਸਾਡੇ ਕੋਲ ਭਰਿਆ ਪਿਆ ਤਾਂ ਅਸੀਂ ਦੂਸਰੇ ਪਾਸੇ ਵੀ ਨਹੀਂ ਜਾ ਸਕਦੇ ਕਿਤੇ ਸੋ ਇਹੀ ਸੁਨੇਹਾ ਇਹੀ ਮੇਨ ਆ ਕਿ ਇਸ ਤਰ੍ਹਾਂ ਦੇ ਵਹਾਅ ਤੋਂ ਪਾਸੇ ਹੋ ਕੇ ਆਪਣੇ ਆਪ ਵਾਸਤੇ ਅਸੀਂ ਟਾਈਮ ਕੱਢਦੇ ਰਹੀਏ ਜੀ ਸੋ ਦੋਸਤੋ ਇਹ ਸਨ ਹਰਮਨ ਜਿਨ੍ਹਾਂ ਨੇ ਮੁਲਾਕਾਤ ਦੌਰਾਨ ਬਹੁਤ ਹੀ ਖੂਬਸੂਰਤ ਸਮਾਂ ਸਾਡੇ ਨਾਲ ਬਿਤਾਇਆ ਕਾਫੀ ਕੁਝ ਜਾਣਿਆ ਸੀ ਉਹਨਾਂ ਦੀ ਜ਼ਿੰਦਗੀ ਬਾਰੇ ਸੋ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਉਹਨਾਂ ਦੀ ਹੀ ਕਿਤਾਬ ਵਿੱਚੋਂ 4 ਸਤਰਾਂ ਦੇ ਨਾਲ ਇਸ ਮੁਲਾਕਾਤ ਨੂੰ ਸਮਾਪਤੀ ਵੱਲ ਲੈ ਕੇ ਜਾਂਦੇ ਹਾਂ ਉਹਨਾਂ ਦੀ ਹੀ ਕਿਤਾਬ ਦੇ ਵਿੱਚੋਂ ਇੱਕ ਕਵਿਤਾ ਹੈ ਉਹਨਾਂ ਦੀ ਸੂਰਜ ਮੰਨਿਆ ਕਿ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ ਏ ਉਹ ਚਾਨਣ ਦੇ ਫੰਬਿਆਂ ਤਾਈਂ ਸੋਖ ਵੀ ਲੈਂਦੀ ਏ ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਜੀ ਦੋਸਤੋ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਕਿ ਹਰਮਨ ਦਾ ਨਾਮ ਸੂਰਜ ਦੀ ਤਰ੍ਹਾਂ ਹਮੇਸ਼ਾ ਚਮਕਦਾ ਰਹੇ ਦੂਜਿਆਂ ਨੂੰ ਵੀ ਰੋਸ਼ਨੀ ਦੇਵੇ ਕਿ ਉਹਨਾਂ ਦੀ ਕਿਤਾਬ ਤੋਂ ਬਾਅਦ ਉਹ ਮੰਨਦੇ ਨੇ ਕਿ ਬਹੁਤ ਸਾਰੀ ਯੁਵਾ ਪੀੜ੍ਹੀ ਇਸ ਚੀਜ਼ ਤੋਂ ਮੁਤਾਸਰ ਹੋਈ ਹੈ ਕਿ ਕਿਤਾਬਾਂ ਦੇ ਨਾਲ ਜੁੜਿਆ ਜਾਵੇ ਅਸੀਂ ਹੋਰ ਵੀ ਦੁਆ ਕਰਦੇ ਹਾਂ ਕਿ ਜਿਹੜੇ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਹੋਣ ਉਹ ਵੀ ਇਸੇ ਲੜੀ ਦੇ ਵਿੱਚ ਹੋਰ ਇਜ਼ਾਫਾ ਕਰਨ ਸ਼ੁਕਰੀਆ ਜੀ ਸੋ ਦੋਸਤੋ ਅਸੀਂ ਮੁਲਾਕਾਤਾਂ ਦਾ ਇਹ ਸਿਲਸਿਲਾ ਜਾਰੀ ਰੱਖਾਂਗੇ ਮਿਲਦੇ ਹਾਂ ਅਗਲੀ ਮੁਲਾਕਾਤ ਵਿੱਚ ਕਿਸੇ ਹੋਰ ਹਸਤੀ ਦੇ ਨਾਲ
तद तक तुसी साडा चैनल यूट्यूब ते फिल्म वार्ता सबसक्राइब करना ना भुल्यो जी। शुक्रिया।